ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਜੀ ਮਿਸਟਰ ਐਂਡ ਮਿਸਿਸ ਗਿੱਲ ਅੱਜ ਤੁਹਾਨੂੰ ਮਾਈ ਟੀਵੀ ਸਟੂਡੀਓ ਦੇ ਵਿੱਚ ਜਿਹੜਾ ਕਿ USA ਵਾਸ਼ਿੰਗਟਨ DC ਦੇ ਵਿੱਚ ਹੈ ਅੱਜ ਤੁਹਾਨੂੰ ਚਿਲ ਕਰਾ ਰਹੇ ਹਾਂ ਇੱਕ ਵੱਖਰੇ ਕਿਸਮ ਦੇ ਆਰਟਿਸਟ ਦੇ ਨਾਲ ਸੁਰਾਂ ਦੇ ਨਾਲ ਚਿਲ ਕਰਾਵਾਂਗੇ ਔਰ ਸੁਰ ਵੀ ਐਸੇ ਸੁਰ ਕਿ ਜਿਹੜੇ ਇੰਡੀਆ ਔਰ ਪਾਕਿਸਤਾਨ 'ਚ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਆਪਣੇ ਦੇਸੀ ਮਿਊਜ਼ਿਕ 'ਚ ਘੱਟ ਸੁਣਨ ਨੂੰ ਮਿਲਦੇ ਨੇ ਬਹੁਤ ਘੱਟ ਫਨਕਾਰ ਨੇ ਜੋ ਇਸ ਤਰ੍ਹਾਂ ਦਾ ਸੰਗੀਤ ਲੈ ਕੇ ਆਉਂਦੇ ਨੇ ਕਿ ਬਾ ਕਮਾਲ ਮਿਊਜ਼ੀਸ਼ੀਅਨ ਹੋਵੇ ਔਰ ਬਾ ਕਮਾਲ ਸਿੰਗਰ ਹੋਵੇ ਔਰ ਹਰ ਕਿਸਮ ਦੀ ਨੌਲੇਜ ਹੋਵੇ ਭਾਵੇਂ ਉਹ ਇੰਗਲਿਸ਼ ਮਿਊਜ਼ਿਕ ਹੋਵੇ ਜਾਂ ਦੇਸੀ ਹੋਵੇ ਤਾਂ ਇਸ ਤਰ੍ਹਾਂ ਦਾ ਮਿਕਸਚਰ ਬਹੁਤ ਘੱਟ ਲੋਕਾਂ 'ਚ AR ਰਹਿਮਾਨ ਕਹਿ ਸਕਦੇ ਹਾਂ ਜੀ ਸਾਡੇ ਇੰਡੀਆ ਦੇ AR ਰਹਿਮਾਨ ਸਾਹਿਬ ਨੇ ਇਸ ਤਰ੍ਹਾਂ ਦਾ ਇੰਗਲਿਸ਼ ਟਾਈਪ ਦਾ ਮਿਊਜ਼ਿਕ ਵੀ ਪੇਸ਼ ਕਰਦੇ ਨੇ ਔਰ ਦੇਸੀ ਮਿਊਜ਼ਿਕ ਵੀ ਪੇਸ਼ ਕਰਦੇ ਨੇ ਔਰ ਇਸੇ ਟਾਈਪ ਦਾ ਹੀ ਸਾਨੂੰ ਮਾਈ ਟੀਵੀ 'ਤੇ ਸਾਨੂੰ ਬੜੀ ਮੈਂ ਕਹਾਂ ਕਿ ਭਾਗਾਂ ਵਾਲਾ ਹੈ ਕਿ ਮਾਈ ਟੀਵੀ 'ਤੇ ਕਿਸ ਤਰ੍ਹਾਂ ਫਨਕਾਰ ਆ ਰਿਹਾ ਜਿਹਦਾ ਕਿ ਮੈਂ ਬਹੁਤ ਫੈਨ ਹਾਂ ਪਰਸਨਲੀ ਕਿਉਂਕਿ ਕ੍ਰੀਏਟੀਵਿਟੀ ਜਿਹਨੂੰ ਰਾਈਟ ਵਰਡ ਹੈ ਮਿਊਜ਼ਿਕ ਦੇ ਵਿੱਚ ਕ੍ਰੀਏਟੀਵਿਟੀ ਹੋਣਾ ਬਹੁਤ ਜ਼ਰੂਰੀ ਹੈ ਅਦਰਵਾਈਜ਼ ਤੁਸੀਂ ਯੰਗ ਜਨਰੇਸ਼ਨ ਦੇ ਨਾਲ ਜੁੜ ਨਹੀਂ ਪਾਉਂਦੇ ਸੋ ਬੇਸਿਕਲੀ ਅਸੀਂ ਇਹ ਕਹਿ ਰਹੇ ਹਾਂ ਕਿ ਜਿਵੇਂ AR ਰਹਿਮਾਨ ਸਾਹਿਬ ਇੰਡੀਆ ਦੀ ਸ਼ਾਨ ਹੈ ਐਂਜੀ ਜਿਹੜੇ ਉਸਤਾਦ ਸਾਡੇ ਨਾਲ ਹਨ ਇਹ ਪਾਕਿਸਤਾਨ ਦੀ ਸ਼ਾਨ ਨੇ ਇਹਨਾਂ ਬਾਰੇ ਹੁਣ ਜ਼ਿਆਦਾ ਕੀ ਬੋਲੀਏ ਅਸੀਂ ਇਹਨਾਂ ਨੂੰ ਪਹਿਲਾਂ ਕੈਮਰੇ ਤੇ ਪਾਉਂਦੇ ਹਾਂ ਤੇ ਕੈਮਰੇ ਦੇ ਪਾਉਂਦੇ ਪਾਉਂਦੇ ਨਾਲ ਮੈਂ ਤਾਰੁਫ ਕਰਾ ਦਾਂ ਉਸਤਾਦ ਨਦੀਮ ਸਲਾਮਤ ਜੀ ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਤੇ ਸਤਿ ਸ਼੍ਰੀ ਅਕਾਲ ਸਲਾਮ ਜਨਾਬ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸਲਾਮ ਤੁਸੀਂ ਦੋਨੋਂ ਬਹੁਤ ਪਿਆਰੇ ਹੋ ਔਰ ਬੜੀ ਖਿਦਮਤ ਕਰ ਰਹੇ ਹੋ ਮਿਊਜ਼ਿਕ ਦੀ ਇਸ ਕਰਕੇ ਮੇਰਾ ਕਿੰਨੀ ਵਾਰੀ ਤੁਹਾਨੂੰ ਸਲਾਮ ਵਾਜੀ ਵਾ ਥੈਂਕ ਯੂ ਵੈਰੀ ਸੁਣਿਆ ਉੱਥੇ ਅੱਜ ਪਾਕਿਸਤਾਨ 'ਚ ਬਾਰਿਸ਼ ਬੜੀ ਪੈ ਰਹੀ ਹੈ ਹਾਂ ਜੀ ਹਾਂ ਜੀ ਬਾਰਿਸ਼ ਉਹ ਕਾਫੀ ਦਿਨਾਂ ਤੋਂ ਕੁਛ ਇਨਫੋਰਮੇਸ਼ਨ ਹੋ ਰਹੀ ਸੀ ਕਿ ਜੀ ਬਹੁਤ ਬਾਰਿਸ਼ ਹੋਣੀ ਆ ਤੇ ਫਿਰ ਉਹ ਬਾਰਿਸ਼ ਭੁੱਲਦੀ ਰਹੀ ਆਉਣ ਨੂੰ ਤੇ ਲੇਕਿਨ ਹੁਣ ਆਈ ਹੈ ਤੇ ਕਮਾਲ ਆਈ ਹੈ ਬਹੁਤ ਹੀ ਅੱਛੀ ਬਹੁਤ ਹੀ ਸਾਰੇ ਦਿਨ ਹੋ ਗਿਆ ਨਹਿਰਾਂ ਬਣ ਗਈਆਂ ਯੂ ਨੋ ਲਾਈਕ ਮੈਨੂੰ ਲੱਗਦਾ ਕਿ ਅੱਜ ਬਾਰਿਸ਼ ਔਰ ਬੱਦਲਾਂ ਨੂੰ ਵੀ ਪਤਾ ਸੀ ਕਿ ਅੱਜ ਸੁਰਾਂ ਵਜਣਗੀਆਂ ਬਾਜੇ ਤੇ ਅੱਜ ਉਹ ਵੀ ਖੁਸ਼ੀ ਨਾਲ ਬਰਕ ਖੁਸ਼ੀ ਨਾਲ ਗਰਜ ਰਹੇ ਨੇ ਤੇ ਉਹ ਖੁਸ਼ੀ ਦੇ ਬਾਰੇ ਕਿ ਜਿਵੇਂ ਜਿਵੇਂ ਤੁਹਾਡੀ ਉਂਗਲਾਂ ਬਾਜੇ ਤੇ ਚੱਲਦੀਆਂ ਨੇ ਜਿਵੇਂ ਤੁਹਾਡੀ ਮਿਊਜ਼ਿਕ ਹੈ ਮੌਸੀਕੀ ਹੈ ਅੱਜ ਬਾਰਿਸ਼ ਵੀ ਉਹੀ ਰੂਪ ਲੈ ਕੇ ਆਈ ਹੋਈ ਹੈ ਤੇ ਅਸੀਂ ਬੜੇ ਆਨਰਡ ਆ ਕਿ ਤੁਹਾਡੇ ਵਰਗਾ ਆਰਟਿਸਟ ਨੇ ਮੌਕਾ ਦਿੱਤਾ ਸਾਨੂੰ ਕਿ ਸਾਡੇ ਵੈਰੀ ਮਚ ਥੈਂਕ ਯੂ ਇਟ ਇਜ਼ ਅ ਗ੍ਰੇਟ ਆਨਰ ਫॉर ਮੀ ਆਲਸੋ ਜੀ ਬਿਕਾਜ਼ ਆਪ ਲੋਗ ਜੋ ਮਿਊਜ਼ਿਕ ਦੀ ਖਿਦਮਤ ਕਰਦੇ ਨੇ ਔਰ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਦੇ ਅੰਦਰ ਇਹ ਚੱਲਦਾ ਹੈ ਕਿ ਮਿਊਜ਼ਿਕ ਹੋਵੇ ਇੱਧਰ ਵੀ ਉਹਨਾਂ ਦੀ ਤੇ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਜੀ ਔਰ ਬਹੁਤ ਪਿਆਰ ਕਰਦਾ ਉਹਨਾਂ ਨਾਲ ਔਰ ਦੂਸਰਾ ਜਿਹੜਾ ਤੁਸੀਂ ਮੈਨੂੰ ਕਿਹਾ ਨਾ ਹੁਣੀ ਹਾਰਮੋਨੀਅਮ ਯਾਨੀ ਬਾਜੇ ਦਾ ਮੈਂ ਬਾਜੇ ਦਾ ਇੱਕ ਕਹਿਣਾ ਚਾਹਾਂਗਾ ਕਿ ਖੁਦਾ ਗਵਾਹ ਹੈ ਮੈਂ ਆਮ ਨਾਟ ਏ ਬਾਜੇ ਵਾਲਾ ਆਮ ਨਾਟ ਏ ਮਿਊਜ਼ੀਸ਼ੀਅਨ ਇਸ ਲਈ ਕਿ ਬਿਕੋਜ਼ ਦੈਟਸ ਵਾਈ ਕਿ ਜਿਹੜੇ ਬਾਜਾ ਵਜਾਉਂਦੇ ਨੇ ਸਰ ਉਹ ਤੇ ਤੋਬਾ ਕਰਾ ਦਿੰਦੇ ਨੇ ਬਾਜਾ ਵਜਾ ਕੇ ਕਿਉਂਕਿ ਦੇ ਹੈਵ ਦੇਅਰ ਸੋਲੋ ਟੈਲੈਂਟ ਅਬਾਊਟ ਬਾਜਾ ਐਂਡ ਦੇ ਆਰ ਪ੍ਰੋਫੈਸ਼ਨਲੀ ਹਾਰਮੋਨੀਅਮ ਪਲੇਅਰਸ ਆਈ ਐਮ ਨਾਟ ਹਾਰਮੋਨੀਅਮ ਪਲੇਅਰ ਮੈਂ ਸਿਰਫ ਔਰ ਸਿਰਫ ਜੀ ਕਹਿੰਦੀ ਆਈ ਆਲਵੇਜ਼ ਸੇਡ ਕਿ ਮੈਂ ਤਮਾਸ਼ਾ ਕਰਦਾ ਤਮਾਸ਼ਾ ਔਰ ਦੈਟ ਦੈਟ ਕਾਲ ਤਮਾਸ਼ਾ ਉਸਨੇ ਕੋਈ ਮੈਂ ਨਾਟ ਸ਼ੋਇੰਗ ਕਿ ਵੀ ਮੇਰਾ ਬਾਜਾ ਬਹੁਤ ਤੇਜ਼ ਤੇ ਤੋਬਾ ਤੋਬਾ ਲੋਕਾਂ ਨੇ ਜਿਹੜਾ ਵਜਾਏ ਨੇ ਬਾਜੇ ਔਰ ਮਤਲਬ ਉਹਨਾਂ ਦੇ ਉਹ ਬਾਜਾ ਉਹਨਾਂ ਤੇ ਉਤਰਿਆ ਮੈਨੂੰ ਪਤਾ ਨੀ ਕਿਉਂ ਕਹੀ ਜਾ ਰਹੇ ਨੇ ਲੋਕੀ ਤੇ ਮੈਂ ਸਰਪ੍ਰਾਈਜ਼ਲੀ ਹੈਪੀ ਯੂ ਨੋ ਲਾਈਕ ਦੈਟ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਥੈਂਕ ਯੂ ਕਰਾਂਗਾ ਜਿਹੜਾ ਤੁਹਾਡਾ ਸਟਾਫ ਹੈ ਉਹ ਜਿਹੜਾ ਕੈਮਰੇ ਦੇ ਪਿੱਛੇ ਕਦੀ ਇਧਰ ਨੂੰ ਘੁੰਮ ਜਾਂਦਾ ਕਦੀ ਉਧਰ ਨੂੰ ਘੁੰਮ ਜਾਂਦਾ ਬਹੁਤ ਥੈਂਕ ਯੂ ਲੇਕਿਨ ਬਹੁਤ ਆਮ ਵੈਰੀ ਅਪਰੀਸ਼ੀਏਟ ਕਿ ਪਿੱਛੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਤਸਵੀਰ ਲਵਾਈ ਹੈ ਤੁਸੀਂ ਸੋ ਹਾਂਜੀ ਤਸਵੀਰ ਦੀ ਖਾਨ ਸਾਹਿਬ ਦੀ ਲਾੜੀ ਪੈਂਦੀ ਹੈ ਨਾ ਜੀ ਮੈਂ ਔਰ ਮੇਰੇ ਅੱਬਾ ਜੀ ਉਸਤਾਦ ਬਖਸ਼ੀ ਸਲਾਮਤ ਕਵਾਲ ਔਰ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਮੇਰੀ ਵਾਲਿਦ ਸਾਹਿਬ ਦੀ ਡੈਥ ਤੋਂ ਬਾਅਦ ਨਾ ਜੀ ਜ਼ਿੰਦਗੀ ਦੇ ਜਿਹੜੇ ਜਵਾਨੀ ਉਹਨਾਂ ਦੀ ਫੌਜਗੀ ਤੋਂ ਬਾਅਦ ਜਵਾਨ ਹੋਏ ਆ ਤੇ ਉਹ ਸਾਰਾ ਵਕਤ ਮੇਰਾ ਉਸਤਾਦ ਜੀ ਨਾਲ ਮੈਂ ਚਾਚਾ ਜੀ ਕਹਿੰਦਾ ਸੀ ਉਹਨਾਂ ਨੂੰ ਉਹਨਾਂ ਨਾਲ ਗੁਜ਼ਰ ਗਿਆ ਬਸ ਇਹ ਤੁਹਾਡੀ ਬੜਪਨ ਹੈ ਜੀ
ਤੁਸੀਂ ਇੱਕ ਸ਼ੋਅ 'ਚ ਚੱਲਦੇ ਸ਼ੋਅ 'ਚ ਵੀ ਇੰਨਾ ਅਹਿਸਾਸ ਰੱਖਿਆ ਕਿ ਮੇਰੇ ਬਜ਼ੁਰਗ ਮੇਰੇ ਨਾਲ ਹੋਣ ਔਰ ਇਹ ਇੱਕ ਵੱਡੇ ਆਰਟਿਸਟ ਦੀ ਨਿਸ਼ਾਨੀ ਹੈ ਸੋ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ ਕਿ ਜੋ ਪਿੱਛੇ ਜੋ ਵੀ ਜਿੰਨੇ ਵੀ ਕੀਤਾ ਬਹੁਤ ਅੱਛਾ ਕੰਮ ਕੀਤਾ ਸਟੂਡੈਂਟ ਤੁਹਾਡਾ ਬਹੁਤ ਧਿਆਨ ਰੱਖ ਰਹੇ ਇਹਨਾਂ ਦੀ ਇਹ ਮੈਂ ਇੱਕ ਸਟੂਡੀਓ ਵਿੱਚ ਬੈਠਾ ਜੀ ਔਰ ਬੜੇ ਟੈਲੈਂਟਡ ਇੱਥੇ ਸਾਰਾ ਗਰੁੱਪ ਬੈਠਾ ਹੈ ਮੈਂ ਆਈ ਵਾਂਟ ਟੂ ਇੰਟਰੋਡਿਊਸ ਥੈਮ ਆਲਸੋ ਵਿਦ ਮਾਈ ਟੀਵੀ ਬਿਕੋਜ਼ ਇੱਥੇ ਡਾਇਰੈਕਟਰਸ ਨੇ ਜਿਹੜੇ ਪ੍ਰੋਫੈਸ਼ਨਲੀ ਸੌਂਗ ਡਾਇਰੈਕਸ਼ਨਸ ਕਰਦੇ ਨੇ ਔਰ ਪ੍ਰੋਫੈਸ਼ਨਲ ਰਿਕਾਰਡਿਸਟ ਕੰਪੋਜ਼ਰ ਹੈ ਜੀ ਬੱਚਾ ਹੈ ਹਮਾਰਾ ਮੇਰਾ ਸ਼ਾਗਿਰਦ ਹੈ ਜਿਸ ਪਰ ਮੁਝੇ ਪ੍ਰਾਊਡ ਹੈ ਅਲੀ ਸ਼ਾਬਾਸ ਉਹ ਵੀ ਮਾਸ਼ਾਅੱਲਾ ਯਹਾਂ ਪੇ ਯੇ ਬੈਠੇ ਹੋ ਫਿਰ ਮੇਰੇ ਇਹ ਛੋਟੀਆਂ ਛੋਟੀਆਂ ਬਰੀਕੀਆਂ ਕਹਿੰਦੇ ਨੇ ਔਰ ਰਾਤੀ ਕਹਿ ਰਹੇ ਸਨ ਕਿ ਜੀ ਤਸਵੀਰਾਂ ਤੁਹਾਡੀ ਕਿਹੜੀਆਂ ਲਵਾਉਂਦੇ ਚਾਹੁੰਦੇ ਹੋ ਮੈਂ ਕਿਹਾ ਮੈਂ ਤਸਵੀਰ ਚਾਹੁੰਦਾ ਆਪਣੇ ਭਰਾ ਜਾਵੇਦ ਸਲਾਮਤ ਸਾਹਿਬ ਜਿਹਨਾਂ ਵਰਗਾ ਪੈਦਾ ਨਹੀਂ ਹੋਣਾ ਕੋਈ ਵੀ ਉਹ ਉਹ ਫੌਤ ਹੋ ਗਏ ਉਹਨਾਂ ਦੀ ਤੇ ਆਪਣੇ ਵਾਲਿਦ ਤੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੈਸੇ ਤਾਂ ਮੈਂ ਸਭ ਕਾ ਗੁਲਾਮ ਹੂੰ ਜੀ ਜਿਤਨੇ ਮੇਰੇ ਬੜੇ ਹੈ ਉਨ ਸਭ ਕਾ ਗੁਲਾਮ ਸੱਚੀ ਬਾਤ ਔਰ ਲੇਕਿਨ ਇਹ ਮੇਰੇ ਮੇਰੇ ਅੰਦਰ ਬਸਤੇ ਹੈ ਐਵਰੀ ਟਾਈਮ ਇਹ ਰਹਿਤੇ ਹੈ ਮੈਂ ਆਜ ਜ਼ੀਰੋ ਹੂੰ ਕੁਛ ਵੀ ਹੂੰ ਵੋ ਇਨਕੇ ਤੁਫੈਲ ਹੂੰ ਬਸ ਜਾਵੇਦ ਸਲਾਮਤ ਸਾਹਿਬ ਦੇ ਸਭ ਤੋਂ ਵੱਡੇ ਬੇਟੇ ਤਲਬ ਜਾਵੇਦ ਸਲਾਮਤ ਦਾ ਬੇਟਾ ਹੈ ਜੀ ਹਸਨ ਹੈ ਔਰ ਇਸਕੋ ਯੇ ਵੀ ਆਜ਼ਾਦ ਹੈ ਕਿ ਯੇ ਜਾਵੇਦ ਸਾਹਿਬ ਕੀ ਜੋ ਸੀਟ ਹੈ ਜਾਵੇਦ ਸਾਹਿਬ ਜੋ ਪਗੜੀ ਜਿਹੜੀ ਬੰਨੀ ਜਾਂਦੀ ਹੈ ਵੱਡੇ ਬੱਚੇ ਦੀ ਉਹ ਇਹਦੇ ਅੱਬੇ ਤੇ ਨਹੀਂ ਬੰਨੀ ਗਈ ਇਹਦੇ ਤੇ ਬੰਨੀ ਗਈ ਓਏ ਹੋਏ ਹੋਏ ਕੀ ਬਾਤ ਬਿਕੋਜ਼ ਜਾਵੇਦ ਸਾਹਿਬ ਲਵਸ ਹਿਮ ਬਿਕੋਜ਼ ਹੀ ਇਜ਼ ਵੈਰੀ ਟੈਲੈਂਟਡ ਸਵਾਗਤ ਹੈ ਵੈਲਕਮ ਆ ਮਾਈ ਟੀਵੀ ਤੇ ਹਸਨੈਨ ਸਾਹਿਬ ਹਾਂਜੀ ਹਸਨੈਨ ਦਾ ਜੀ ਵੈਰੀ ਨਾਈਸ ਔਰ ਤੁਸੀਂ ਵੀ ਜੀ ਦੋਨੇ ਹੀ ਬਹੁਤ ਅੱਛੇ ਇੱਕ ਤੇ ਤੁਹਾਡੀ ਮੈਂ ਕਦੀ ਕੰਪੇਅਰ ਹੁੰਦਾ ਸਾਂ ਟੀਵੀ ਦਾ ਤੁਹਾਡੀ ਕੋਆਰਡੀਨੇਸ਼ਨ ਇਜ਼ ਸੋ ਗੁੱਡ ਵਿਦ ਕੰਪੇਅਰਿੰਗ ਔਰ ਇਹ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਤੋਂ ਕੋਈ ਕੱਚੀ ਗੱਲ ਨਹੀਂ ਹੁੰਦੀ ਓ ਥੈਂਕ ਯੂ ਖਾਨ ਸਾਹਿਬ ਮੈਂ ਬੜੀ ਪਿਆਰੀ ਗੱਲ ਤੁਹਾਨੂੰ ਕਹਿ ਰਿਹਾ ਕਿਉਂਕਿ ਅਕਸਰ ਕੰਪੇਅਰ ਜਿਹੜੇ ਨੇ ਨਾ ਬਿਕੋਜ਼ ਦੇ ਆਰ ਪਰਫੈਕਟਲੀ ਦੇ ਡੋਨਟ ਨੋ ਹਾਊ ਮਿਊਜ਼ਿਕ ਇਜ਼ ਐਕਚੁਅਲੀ ਬਟ ਦੇ ਆਰ ਡੂਇੰਗ ਦੇਅਰ ਡਿਊਟੀਜ਼ ਔਰ ਉਹ ਫਿਰ ਗਲਤ ਸਵਾਲ ਹੀ ਕਰੀ ਜਾਂਦੇ ਨੇ ਲੋਕਾਂ ਨੂੰ ਹੈ ਦੁਬਾਰਾ ਦੁਬਾਰਾ ਹੋਰ ਹੀ ਹੋਰ ਤੁਸੀਂ ਕਿਉਂਕਿ ਪਿਆਰ ਕਰਦੇ ਹੋ ਤੁਹਾਡੇ ਘਰਾਂ ਵਿੱਚ ਵੱਡੇ ਵੱਡੇ ਲੋਕ ਰਹੇ ਤੁਸੀਂ ਉਹਨਾਂ ਦੀ ਇੱਜ਼ਤ ਰਿਸਪੈਕਟ ਕੀਤੀ ਹੈ ਤੇ ਉਹਦਾ ਕੁਛ ਤੇ ਤੁਹਾਨੂੰ ਮਿਲਣਾ ਹੀ ਹੈ ਔਰ ਉਹ ਤੁਹਾਨੂੰ ਮਿਲ ਰਿਹਾ ਹੈ ਕਿ ਆਰਟਿਸਟ ਦੇ ਆਲ ਆਰਟਿਸਟ ਦੇ ਲਵਸ ਯੂ ਵੈਰੀ ਗੁੱਡ ਜਦੋਂ ਤੁਸੀਂ ਬਹੁਤ ਕੁਛ ਯੂ ਕਰ ਰਹੇ ਹੋ ਆਰਟਿਸਟ ਤੇ ਅੱਗਿਓਂ ਅਗਲੇ ਨੂੰ ਪਤਾ ਨਹੀਂ ਲੱਗ ਰਿਹਾ ਤੇ ਫਿਰ ਕੀ ਕੀਤਾ ਤੁਸੀਂ ਯੂ ਨੋ ਦੈਟ ਤੁਹਾਡਾ ਸੋ ਲਿਸਨਿੰਗ ਦਾ ਅਗਰ ਤੁਸੀਂ ਪੀ ਐਚ ਡੀ ਲੈਵਲ ਇੰਟਰੋਡਿਊਸ ਕਰਾ ਰਹੇ ਹੋ ਮਿਊਜ਼ਿਕ ਦੀ ਔਰ ਅੱਗੇ ਪੀ ਐਚ ਡੀ ਲੈਵਲ ਦੇ ਕੰਨ ਨਾ ਹੋਣ ਤੇ ਫਿਰ ਕੁਛ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਮੈਂ ਐਗਰੀ ਕਰਦੀ ਹਾਂ ਮੈਂ ਬੜੇ ਸਾਰੇ ਪ੍ਰੋਗਰਾਮ ਵੇਖੇ ਨੇ ਤੇ ਉਹਦੇ ਚ ਇਹ ਮੈਂ ਜ਼ਰੂਰ ਨੋਟਿਸ ਕੀਤੀ ਇਹ ਗੱਲ ਕਿ ਅੱਗੋਂ ਦੀ ਮੇਰੇ ਖਿਆਲ ਨਾਲ ਆਰਟਿਸਟ ਨੂੰ ਇੰਟਰਵਿਊ ਲੈਣ ਵਾਸਤੇ ਐਟਲੀਸਟ ਉਹਨਾਂ ਨੂੰ ਇਹੋ ਜਿਹਾ ਐਂਕਰ ਰੱਖਣਾ ਚਾਹੀਦਾ ਕਿ ਐਟਲੀਸਟ ਉਹਨੂੰ ਮਿਊਜ਼ਿਕ ਦੀ ਕੁਛ ਨੌਲੇਜ ਹੋਵੇ ਥੋੜੀ ਨਾ ਸੀ ਐਟਲੀਸਟ ਸੁਣਨ ਦੀ ਨੌਲੇਜ ਹੋਵੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਮੇਰੇ ਉਸਤਾਦ ਜੀ ਮੈਂ ਜਦੋਂ ਛੋਟਾ ਹੁੰਦਾ ਸੀ ਜੀ ਇਹ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਹ ਚੀਜ਼ਾਂ ਕੋਟ ਕਰ ਰਿਹਾ ਤੇ ਇਹ ਵੀ ਮੇਰੇ ਵੀ ਜਿਹੜੇ ਇੱਥੇ ਪਿਆਰ ਕਰਨ ਵਾਲੇ ਬੈਠ ਕੇ ਸੁਣ ਲਏ ਨੇ ਲਾਈਵ ਵੀ ਔਰ ਕਿ ਇਹ ਕੋਟ ਕਰਨਾ ਮੈਂ ਤੁਹਾਨੂੰ ਕਿਹਾ ਸੀ ਮੈਂ ਕੋਟ ਕਰੂੰਗਾ ਇਹ ਚੀਜ਼ ਕਿ ਮੇਰੇ ਉਸਤਾਦ ਜੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਮੈਂ ਛੋਟਾ ਹੁੰਦਾ ਨਾ ਜੀ ਜਦੋਂ I was too young at that time. ਤੇ ਮੈਂ ਨਾ ਗਾਉਣਾ ਤੇ ਗਾਉਣ ਵਾਲਿਆਂ ਨੇ ਬੈਠੇ ਹੋਣਾ ਤੇ ਮੈਂ ਗਾ ਜਾਣਾ ਉਹਨਾਂ ਨੇ ਮੈਨੂੰ ਦਾਦ ਹੀ ਨਾ ਦੇਣੇ ਚੁੱਪ ਕਰਕੇ ਬੈਠੇ ਨਾ ਉਹ ਚੰਗੇ ਭਲੇ ਲੋਕ ਹੋਣੇ ਉਹ ਗਾਉਣ ਵਾਲੇ
ਤੇ ਮੈਂ ਨਾ ਬੱਚਾ ਸੀ ਜਿਹਨੂੰ ਬੱਚਾ ਉਹ ਬੱਚਾ ਸੀ ਜਿਹਨੂੰ ਗਾਉਣਾ ਚੜਿਆ ਹੁੰਦਾ। ਇੱਕ ਵਕਤ ਆਤਾ ਹੈ ਬੱਚੋਂ ਪੇ ਜਿਸਕੋ ਗਾਣਾ ਚੜਾ ਹੋਤਾ ਹੈ, ਯੂ ਨੋ ਉਹ ਲੱਭ ਰਿਹਾ ਹੁੰਦਾ ਕਿ ਬੰਦੇ ਆਣ ਮੈਂ ਸੁਣਾਵਾਂ ਪੜੋ ਇਹਨਾਂ ਨੂੰ, ਯੂ ਨੋ ਲਾਈਕ ਦੈਟ। ਉਹ ਮੇਰੇ ਮੈਨੂੰ ਨਾ ਸੁਣਨਾ ਤੇ ਉਹਨਾਂ ਨੇ ਮੈਨੂੰ ਦਾਤ ਹੀ ਨਾ ਦੇਣੀ। ਤੇ ਮੈਂ ਚਾਚਾ ਜੀ ਕੋ ਗਿਆ, ਉਸਤਾਦ ਜੀ ਕੋ ਗਿਆ, ਉਹਨਾਂ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਜੀ ਮੈਂ ਨੀ ਹੁਣ ਗਾਇਆ ਕਰਨਾ, ਬਸ ਮੈਂ ਕੋਈ ਕੰਪੀਟੀਸ਼ਨ ਨਹੀਂ ਕਰਨੀ, ਮੈਂ ਇੰਜ ਨਹੀਂ ਕਰਦਾ, ਮੈਂ ਨੀ ਰਹਿਣ ਦਿਓ, ਜਿਵੇਂ ਲਾਡੇ ਨੀ ਕਰੀਦੇ। ਤੇ ਉਹ ਚੂੰਕਿ ਸਾਨੂੰ ਆਪਣੀ ਔਲਾਦ ਸਮਝਦੇ ਸਨ ਤੇ ਮੈਨੂੰ ਫੌਰਨ ਕਹਿੰਦੇ ਓਏ ਬਦਤਮੀਜ਼ਾ ਐ ਨੀ ਕਰਨਾ। ਤੈਨੂੰ ਇੱਕ ਦੱਸਦੀਆਂ ਕਿ ਹਰ ਗਾਉਣ ਵਜਾਉਣ ਵਾਲਾ ਕੰਨਾਂ ਦਾ ਬਰੀਕ ਨਹੀਂ ਹੁੰਦਾ, ਗਾਣ ਵਜਾਉਣ ਵਾਲਾ ਕਹਿੰਦੇ ਬੇਟਾ ਉਹ ਤੇ ਗਾ ਰਿਹਾ ਹੁੰਦਾ, ਉਹਨੂੰ ਦਾਤ ਮਿਲ ਰਹੀ ਹੁੰਦੀ ਹੈ, ਉਹ ਕਿਸੇ ਦੇ ਗਾਣੇ ਦੀ ਕਿਉਂ ਗੌਰ ਕਰੇ। ਸਮਝ ਆ ਰਹੀ ਨਾ, ਉਹਨੂੰ ਤੇ ਦਾਤ ਕਿਉਂ ਕਿਉਂ ਸੋਚੇ ਕਿ ਯਾਰ ਇਹ ਬਹੁਤ ਅੱਛਾ ਗਾ ਰਿਹਾ। ਔਰ ਦੂਸਰਾ ਕਹਿੰਦੇ ਤੈਨੂੰ ਦਾਤ ਇਸ ਤੋਂ ਨੀ ਮਿਲਦੀ, ਜਾਂ ਉਹਨਾਂ ਨੂੰ ਸਮਝ ਨੀ ਆ ਰਹੀ ਤੇ ਜਾਂ ਉਹ ਖਿੱਚ ਗਏ ਨੇ। ਤੇ ਕਹਿੰਦੇ ਜੋ ਤੇਰੇ ਦਿਲ ਚ ਆਏਗਾ ਨਾ ਜ਼ਿੰਦਗੀ ਚ, ਯਾਦ ਰੱਖੀ ਜੋ ਤੁਹਾਡੇ ਦਿਲ ਮੇ ਆ ਤੁਮਨੇ ਵੋ ਹੀ ਕਰਨਾ। ਤੁਹਾਰਾ ਇਤਨਾ ਨਾਮ ਹੁਆ ਇਤਨਾ ਹੁਆ ਵੋ ਮੌਲਾ ਕੋ ਪਤਾ ਹੈ, ਲੇਕਿਨ ਹੋਗਾ ਜ਼ਰੂਰ ਕੋਈ ਕਹਿੰਦਾ ਕਿ ਯੇ ਅੱਛਾ ਨਹੀਂ ਹੈ ਤੋ ਮੈਂ ਕਹਿੰਦਾ ਓਕੇ ਠੀਕ ਹੈ ਜੀ, ਔਰ ਅਗਰ ਕੋਈ ਕਹਿੰਦਾ ਯੇ ਬਹੁਤ ਅੱਛਾ ਹੈ, ਸੋ ਮੈਂ ਦਾਦ ਫਿਕਰ ਦੇ ਨਾਲ ਨਹੀਂ ਵਸੂਲ ਕਰਦਾ। ਕੋਈ ਮੈਨੂੰ ਦਾਦ ਦਿੰਦਾ ਤੇ ਉਹਨੂੰ ਨਗਾ ਦਿੰਦਾ, ਤੇ ਜੋ ਕੋਈ ਕਹਿੰਦਾ ਕਿ ਤੁਸੀਂ ਇਹ ਤੁਹਾਡੀ ਕੰਪੋਜੀਸ਼ਨ ਜਾਂ ਤੁਸੀਂ ਗਾਏ ਅੱਛਾ ਨਹੀਂ, ਤੇ ਉਹਨੂੰ ਮੈਂ ਪੂਰੇ ਗੋਰੀਆਂ ਦੇ ਸਟਾਈਲ ਚ ਕਹਿੰਦਾ ਓਕੇ ਫਾਈਨ ਨੋ ਪ੍ਰੋਬਲਮ। ਲੇਕਿਨ ਸ਼ੁਕਰ ਐਸਾ ਕਿਹਾ ਨਹੀਂ ਕਿਸੇ ਨੇ, ਸ਼ੁਕਰ ਹੈ ਅੱਲਾਹ ਪਾਕ ਦੀ ਬਹੁਤ ਹੀ। ਖਾਨ ਸਾਹਿਬ ਕਿੱਦਾਂ ਕਹਿਣਗੇ ਜਦੋਂ ਕੋਈ ਇੱਕ ਬੱਚਾ 10 ਸਾਲ ਦੀ ਉਮਰ ਦੇ ਵਿੱਚ, ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨੂੰ ਮੈਂ ਦੱਸ ਦਵਾਂ, ਬਹੁਤ ਸਾਰੇ ਲੋਕ ਜੁੜ ਵੀ ਗਏ ਨੇ ਬਾਏ ਦਵੇ, ਥੈਂਕ ਯੂ ਗਾਇਸ, ਥੋੜ੍ਹਾ ਪ੍ਰੋਗਰਾਮ ਲੇਟ ਹੋਇਆ ਉਹਦੇ ਲਈ ਸ਼ਮਾ ਚਾਹੁੰਦੇ ਹਾਂ, ਲੇਕਿਨ ਅਸੀਂ ਚਾਹ ਰਹੇ ਸੀ ਕਿ ਬੈਸਟ ਆਫ ਦਾ ਬੈਸਟ ਸਾਊਂਡ ਤੁਹਾਡੇ ਸਾਹਮਣੇ ਕੀਤੀ ਜਾਵੇ। ਔਰ ਮੈਂ ਵਾਪਸ ਮੁੱਦੇ 'ਤੇ ਆਵਾਂ ਕਿ 10 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚੇ ਖੇਡ ਰਹੇ ਹੁੰਦੇ ਆ ਨਾ ਬਾਹਰ ਗਲੀਆਂ 'ਚ, ਮੈਂ ਖੁਦ ਬੜਾ ਬਹੁਤ ਖੇਡੀ ਹਾਂ, ਆਈ ਵਾਸ ਟੌਮ ਬੋਇਸ਼, ਸੜਕ 'ਤੇ ਹੁੰਦੇ ਸੀ, ਕਦੀ ਬੈਡਮਿੰਟਨ ਖੇਡ ਰਹੇ ਹਾਂ, ਕਦੀ ਕੀ ਖੇਡ ਰਹੇ ਹਾਂ, ਤੇ 10 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਪਾਕਿਸਤਾਨ ਗੌਰਮੈਂਟ ਸਲੈਕਟ ਕਰਕੇ ਕਿਸੇ ਹੋਰ ਕੰਟਰੀ ਦੇ ਵਿੱਚ, ਈਰਾਨ ਦੇ ਵਿੱਚ ਇਹਨਾਂ ਨੂੰ ਪਰਫਾਰਮ ਕਰਨ ਵਾਸਤੇ ਲੈ ਜਾਏ, ਤੇ ਇਸ ਤੋਂ ਵੱਡੀ ਅਚੀਵਮੈਂਟ ਕੀ ਹੋਏਗੀ ਕਿ ਜਿੱਥੇ ਬੱਚੇ ਗੀਟੀਆਂ, ਪੰਜਾਬ 'ਚ ਕਹਿੰਦੇ ਸੀ ਗੀਟੀਆਂ ਖੇਡ ਰਹੇ ਨੇ, ਤੇ ਇਹ ਉੱਥੇ ਸੁਰਾਂ ਨਾਲ ਖੇਡ ਰਹੇ ਸੀ। ਹਾਂਜੀ ਇਹ ਬਾਜੀ ਇਹ ਬੜੀ ਅੱਲਾ ਦੀ ਕਰਮ ਨਵਾਜ਼ੀ ਸੀ ਜੀ, ਮੈਂ 10 ਸਾਲ ਦਾ ਜਾਂ 11 ਸਾਲ ਦਾ ਹੋਊਂਗਾ, ਤੇ ਮੇਰੇ ਵੱਡੇ ਭਾਈ ਮਸੂਦ ਸਲਾਮਤ ਸਾਹਿਬ ਉਹ 12-13 ਸਾਲ ਦੇ ਸਨ, ਤੇ ਇੱਕ ਪਿਛਲੇ ਦਿਨਾਂ ਮੇਰੇ ਤਾਇਆ ਜੀ ਦੇ ਬੇਟੇ ਫੌਤ ਹੋਏ ਨੇ, ਮੁਹੰਮਦ ਅਜਮਲ ਤਬਲਾ ਪਲੇਅਰ, ਬਹੁਤ ਬੜਾ ਨਾਮ ਥਾ ਉਨਕਾ, ਉਹ ਨਾਲ ਗਏ ਨੇ ਸਾਡੇ ਜੀ। ਤੇ ਇਹ ਬੜਾ ਮੈਂ ਤੁਹਾਨੂੰ ਇਹ ਵੀ ਇੱਕ ਬੜੀ ਅੱਛੀ ਗੱਲ ਹੈ, ਖਾਨਮ ਗੁਗੂਸ਼ ਉਹਨਾਂ ਦਾ ਨਾਮ ਸੀ, ਗੁਗੂਸ਼ ਯਾਨੀ ਇੱਕ ਖਾਨਮ ਗੁਗੂਸ਼ ਹੋਏ ਨੇ ਜਿਹੜੇ ਪਰਸ਼ੀਅਨ ਗਾਉਂਦੇ ਸਨ ਹਿੰਦੀ ਗਾਉਂਦੇ ਸਨ, ਔਰ ਇੱਕ ਮੈਡਮ ਨੂਰ ਜਾਂ ਹੋਏ ਜਿਹੜੇ ਹਿੰਦੀ ਪੰਜਾਬੀ ਗਾਉਂਦੇ ਸਨ, ਉਰਦੂ ਪੰਜਾਬੀ। ਇਹ ਚਾਰ ਔਰਤਾਂ ਦਾ ਬਹੁਤ ਨਾਮ ਹੋਇਆ ਆਪਣੀ ਆਪਣੀ ਸਾਈਡ ਚ, ਬਹੁਤ ਬਹੁਤ ਆਪਣੀ ਆਪਣੀ ਲੈਂਗੁਏਜ ਚ। ਤੇ ਖਾਨਮ ਗੁਗੂਸ਼ ਮੈਨੂੰ ਯਾਦ ਹੈ ਜੀ, ਮੈਂ 11 ਸਾਲਾਂ ਦਾ ਸੀ, ਬੜਾ ਮਤਲਬ ਉਹਨਾਂ ਦੀ ਬਿਊਟੀ ਮੈਨੂੰ ਅੱਜ ਤੱਕ ਯਾਦ ਹੈ, ਮੈਂ ਗਾਇਆ ਕੀ ਸੀ ਮੈਨੂੰ ਨਹੀਂ ਪਤਾ, ਇਤਨੀ ਖੂਬਸੂਰਤ ਔਰਤ ਕਮ ਦੇਖਣੇ ਮੈਂ ਆਤੀ ਹੈ। ਮੈਂ ਫਿਰ ਉੱਥੇ ਫਸਟ ਆਏ ਜੀ, ਅਸੀਂ ਦੋਨੇ ਭਰਾ ਸੀ, ਰਾਗ ਬਗੇਸ਼ਰੀ ਗਾਇਆ ਉੱਥੇ, ਤੇ 70 ਕੰਟਰੀਜ਼ ਵਰ ਇਨਵਾਈਟਿਡ ਥੇਅਰ ਐਂਡ ਦੇ ਵਰ ਪਾਰਟਿਸਿਪੇਟਿੰਗ ਇਨ ਕੰਪੀਟੀਸ਼ਨ, ਤੋ ਅਸੀਂ ਜਿੱਤ ਗਏ ਸਾਂ ਜੀ, ਅੱਲਾ ਨੇ ਬਜਤਾ ਦਿੱਤਾ ਸੀ, ਔਰ ਇਹ ਨਹੀਂ ਪਤਾ ਅਸੀਂ ਕੀ ਕੀਤਾ ਸੀ, ਲੇਕਿਨ ਅਸੀਂ ਜਾ ਜਿੱਤ ਗਏ। ਵਿਨਿੰਗ ਪਰਫਾਰਮੈਂਸ ਦਿੱਤੀ ਸੀ ਤੁਸੀਂ ਜੀ, ਹੋਰ ਕੀ ਕਰਨਾ ਸੀ, ਕੁਛ ਨਾ ਕੁਛ ਤੇ ਕੀਤਾ ਹੀ ਸੀ ਜਿਹੜਾ ਜਿੱਤ ਗਏ ਸੀ, ਕੁਛ ਨਾ ਕੁਛ ਤੇ ਕੀਤਾ ਜੀ। ਇਸ ਤੋਂ ਪਹਿਲ ਗੱਲਾਂ ਦਾ ਸਿਲਸਿਲਾ ਸੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਤੇ ਮੈਂ ਚਾਹਾਂਗੀ ਉਸਤਾਦ ਜੀ ਜਰਾ ਹੁਣ ਰੂਹਾਨੀਅਤ ਸਾਡੇ ਜਿਹੜੇ ਕਹਿੰਦੇ ਨੇ ਰਗਾਂ ਚ ਆ ਜਾਵੇ ਸਾਡੇ ਜ਼ਿਹਨ ਚ ਆ ਜਾਵੇ। ਮੈਂ ਤੁਹਾਨੂੰ ਜੀ ਇੱਕ ਬੜੀ ਮਸ਼ਹੂਰ ਗ਼ਜ਼ਲ ਹੈ ਜੀ, ਕਹਾਂ ਆ ਕੇ ਰੁਕਨੇ ਥੇ ਰਾਸਤੇ,
कहां मोड था उसे भूल जा, वो जो मिल गया उसे याद याद रख। यार मैं तो नहीं मिला ना, मैं भी तानू पढ़ के सुना मैं भी तानू, क्योंकि मैं भी टीवी पे कंपेयर है तो मैं भी तानू, वो जो मिल गया उसे याद रख, जो नहीं मिला उसे भूल जा। सुना आपने इस कंपोजिशन को, मैं अपनी तमाम ऑडियंस जो माय टीवी रेडियो से लव करने वाले लोग हैं, वो जो सारे अभी बैठे हैं, जो जुड़ गए हैं ये लवर्स जो बोल रही हैं, उन सबको पहले तो मेरा सलाम है जी। और सबको मैं ये कहना चाहूंगा कि ये गजल की मेलोडी और फील ऑफ कॉम्पोजिशन एंड द फ्यूजन ऑफ तबला एंड हारमोनी ऑलरेडी हुंदा ही है, लेकिन इसको भी गौर किया जाए। ठीक है ठीक है ठीक है, थैंक यू, सुनाता हूँ। ये अमजद इस्लाम अमजद साहब की गजल है। क्या बात, क्या बात, बारिश किसी और छत पे
ਦੇ ਬੇਖਬਰ ਮੇਰੀ ਬਾਤ ਸੁਣ ਉਸੇ ਭੁੱਲ ਜਾ ਉਸੇ ਭੁੱਲ ਜਾ बड़ी प्यारी ते मेरा ना फैमिली टर्म्स ने बड़ी अच्छी उन्हें गल की थी। कहिंदी यार ये कोरोना आया या नदीम ते सारे तेतरे हो गए ने you know, तेतरे I don't know कि you understand what तेतरा is। तेतरा ये हुंदा कि जदों तुसी इन प्रैक्टिस हुंदे हो शोज ते हुंदे हो ते तुसी रचे रहंदे हो जदों तुसी गान बजान हले ते मुके ही है ना जिहड़ा भी आ ओह कर अपनी तबा आजमाई कर रहे है मतलब नॉट डूइंग विद द ऑडियंस यू नो वो नहीं हो रहा है ना बड़ा मेनू ओहदा लफज अच्छा लगा तेतरे आला ये तेतरे होंदा जिहड़े तर तर के समंदर दे उत्ते सिर्फ एंड करके ना एक चुटकी मार के गाउंदा होंदा है एक उत्ते गाए जाना बहुत कह जानी छो सब तो पहला मुंडे नू वाह वाह कहना बहुत क्या बात क्या बात और बड़ी घट एक्चुअली अल्लाह पाक ने इनू ये दिता है और भी थैंक यू तुहानू बोल रहा जी लेकिन जो हुण कीता ना अपनी गजल मेनू आर डी बर्मन भी मिक्सचर नजर आ रही मैं कभी आर डी बर्मन सोच डे आर डी बर्मन ने कमाल करता बिलकुल पता है मैं आज ये कह देना चाहता हूँ कि आई एम नॉट मेहंदी हसन खान साहब आई एम नॉट गुलाम अली खान साहब यू नो आई एम नॉट कोई भी जो सीनियर गुजरे मैं वो नहीं सो बस मैं कहता हूँ कि मैं क्या कर सकता हूँ मेरा बुरा चंगा जो है मेरे तो कोई आवे ना कि भी इस तरह क्योंकि ये जिहड़ी मैं हारमोनियम की गल की थी ਉਹ ਮੈਂ ਕਦੋਂ ਉਹ ਹਾਰਮੋਨੀਅਮ ਜਿਹੜੇ ਵਜਾਉਂਦੇ ਅਗਲੇ ਤੇ ਨੇਰ ਪਾ ਦਿੰਦੇ ਨੇ ਮੈਂ ਤੇ ਮੈਂ ਮੇਰਾ ਤਮਾਸ਼ਾ ਨੇਰ ਹੋ ਜਾਏਗਾ ਤਮਾਸ਼ਾ ਨੇਰ ਕਲਾਕਾਰ ਤੁਸੀਂ ਤਮਾਸ਼ਾ ਤਮਾਸ਼ਾ ਵਰਡ ਅਸਲ ਚ ਤੁਸੀਂ ਜਾਦੂਗਰ ਹੋ ਜਾਦੂਗਰ ਵਾਹ 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 ਕੀ ਬਾਤ ਹੈ ਕੁਲਦੀਪ ਅੱਜ ਕਰ ਤੈਨੂੰ ਵੈਸੇ ਇਹ ਹੈ ਨਾ ਇਹਨਾਂ ਹੈ ਕਿ ਮੈਂ ਆਮ ਡੂਇੰਗ ਮਾਈ ਵਰਲਡ ਟੂਰਸ ਤੇ ਮੇਰੇ ਨਾਲ ਗਿਟਾਰਾਂ ਵਾਲੇ ਹੋਣ ਭਵੇਂ ਨਾ ਹੋਣ So I always need my tabla and harmonium. ते मैं रोटी कमा लेना जी। बस। बहुत। और generation नवी नवी कुड़ियां मुंडे जड़े होंदे ने ओना विच बैठ के। वाह वाह वाह। लो जी मैं ये तो ओना ली इस तरह दा ओना ली नवी चीज हुंदी है जेदे विच कोई हो जवे ते ओना ली नवी हुंदी के बाजा ओ फिर इन कहंदे ने ओए ओए हारमोनियम ऐसे भी बचता है देखो यार मैं भी ऐसे ही सोच रही थी वो कहते हैं हारमोनियम ऐसे भी बचता है सही गल बस ऐसी
दिस इज ऑल क्रिएशन ਆਪਾਂ ਅੱਗੇ ਜਾਣ ਤੋਂ ਪਹਿਲਾਂ ਮੈਂ ਕੁਝ ਲੋਕਾਂ ਦੇ ਥੈਂਕ ਯੂ ਕਰਾਂਗਾ ਗੁਰਜੀਤ ਸਿੰਘ ਰਿੰਕੂ ਗ੍ਰੇਟ ਵਰਕ ਮਾਈ ਟੀਵੀ ਅਲੀ ਰਜ਼ਾ ਜਾਵੇ ਸਲਾਮਤ ਗੱਲਾਂ ਸੁਣ ਮੇਰੀਆਂ ਨੌਸ਼ਾਦ ਸਾਵਰੀ ਅੱਲਾ ਆਪਕੋ ਸਲਾਮਤ ਰੱਖੇ ਵੈਭਵ ਸ਼੍ਰੀਵਾਸਤਵ ਢੋਲਨਾ ਪਲੀ ਸੁਣਾ ਦੇਣਾ ਮੁਨੀਬ ਹਸ਼ਰ ਫੈਜ਼ ਸੁਲਤਾਨੀ ਇਸ ਵਾਚਿੰਗ ਵੈਭਵ ਸ਼੍ਰੀਵਾਸਤਵ ਇਰਸ਼ਾਦ ਸਾਵਰੀ ਵਾਹ ਤਬਲਾ ਵੀ ਕਮਾਲ ਹੈ ਤਬਲਾ ਵੀ ਕਮਾਲ ਹੈ ਇਹ ਵੀ ਬਹੁਤ ਵੱਡੇ ਘਰਾਣੇ ਚੋ ਸਾਵਰੀ ਬ੍ਰਦਰਸ ਇੰਡੀਆ ਦੇ ਸਹੀ ਤੋਂ ਕਮਾਲ ਹੈ ਜੀ ਛੋਟਾ ਹੈ ਜੀ ਬਹੁਤ ਪਿਆਰ ਕਰਦਾ ਤੁਹਾਨੂੰ ਹਾਂ ਜੀ ਇਸ ਮਾਈ ਯੂਨਿਵਰਸ ਬ੍ਰਦਰ ਡੋਲੀ ਦੀਦੀ ਵੀ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਡੋਲੀ ਦੀਦੀ ਆਲ ਦਾ ਵੇ ਫਰਮ ਦਿੱਲੀ ਡੋਲੀ ਦੀਦੀ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਜੀ ਨਹੀਂ ਮੈਂ ਆਉਂ ਔਰ ਮੇਰੀ ਦੀਦੀ ਨਾ ਆਏ ਯਾਰ ਇਹ ਹੋ ਨਹੀਂ ਸਕਦਾ ਹਾਂ ਵਿਭਾ ਜੀ ਥੈਂਕ ਯੂ ਕਮਲ ਬਰਾੜ ਜੀ ਥੈਂਕ ਯੂ ਰੀਨਾ ਰੈਨਾ ਮੁਹੰਮਦ ਅਲੀ ਜੀ ਬਹੁਤ ਪਿਆਰੀ ਸੰਗਤ ਸੰਗਤ ਹੁਸੈਨ ਭਾਈ ਵਾਹ ਜੀ ਓਕੇ ਤੋ ਲੋ ਜੀ ਅਸੀਂ ਇਸੇ ਇਸੇ ਦੇਖੇ ਨਾ ਬਾਕੀ ਮੈਸੇਜ ਵੀ ਪੜਦੇ ਰਾਂਗੇ ਬ੍ਰੈਥ ਅ ਬ੍ਰੀਥ ਰੈਪਰ ਆਲ ਦਾ ਵੇ ਫਰਮ ਲੰਡਨ ਮੈਨ ਵਾਟਸ ਅਪ ਇਹ ਜੀ ਰੈਪਰ ਨੇ ਬਹੁਤ ਅੱਛਾ ਰੈਪ ਕਰਦੇ ਨੇ ਸਾਹ ਨਾਮ ਉਹਨੇ ਆਪਣਾ ਬ੍ਰੀਥ ਰੱਖਿਆ ਲੇਕਿਨ ਇੰਨਾ ਕੁ ਬਰੀਕ ਮੁੰਡਾ ਹੈ ਜਿਹਨੇ ਸਾਡੇ ਇਸ ਵਕਤ ਸਾਨੂੰ ਮੈਸੇਜ ਪਾ ਰਹੇ ਨੇ ਮੋਸਟਲੀ ਦੇ ਆਰ ਵੈਰੀ ਵੈਰੀ ਗੁੱਡ ਲਿਸਨਰਸ ਔਰ ਕਈ ਉਹਨਾਂ ਦੇ ਵਿੱਚ ਬੇਕਮਾਲ ਬਹੁਤ ਅੱਛਾ ਗਾ ਵੀ ਰਹੇ ਨੇ ਇਰਸ਼ਾਦ ਸਾਬਰੀ ਉਹਨਾਂ ਚ ਵਨ ਆਫ ਦੈਮ ਔਰ ਇਹ ਮੇਰੇ ਪਰਸਨਲ ਫੇਵਰੇਟ ਵੀ ਨੇ ਭਰਾ ਹੀ ਹੈ ਛੋਟਾ ਮੇਰਾ ਮੈਂ ਹੀ ਕਹਾਂਗੀ ਕਿ ਬੜਾ ਸੋਹਣਾ ਮੁੰਡਾ ਔਰ ਵਾਹਿਗੁਰੂ ਦੀ ਮਿਹਰ ਹੈ ਕਿ ਉਹਦੀ ਆਵਾਜ਼ ਵੀ ਬਹੁਤ ਖੂਬਸੂਰਤ ਹੈ ਇਹ ਇੱਕ ਸਿੰਗਰ ਵਾਸਤੇ ਸੋਨੇ ਪੇ ਸੁਹਾਗਾ ਹੁੰਦਾ ਜਿਵੇਂ ਖਾਨ ਸਾਹਿਬ ਤੁਸੀਂ ਕਿਹਾ ਨਾ ਕਿ ਤੁਸੀਂ ਤੁਹਾਡਾ ਜਿਹੜਾ ਸੰਗੀਤ ਹੈ ਉਹ ਇੰਜੀ ਸਾਡੇ ਜਿਹੜੇ ਲਿਸਨਰ ਨੇ ਜਾਂ ਮਾਈ ਟੀਵੀ ਦੀ ਜਿਹੜੀ ਆਡੀਅੰਸ ਹੈ ਨਾ ਉਹ ਥੋੜੀ ਹੈ ਲੇਕਿਨ ਬੜੀ ਬਰੀਕ ਹੈ ਖੂਬਸੂਰਤ ਆਡੀਅੰਸ ਹੈ ਜਿਵੇਂ ਸਾਡੇ ਆਰਟਿਸਟ ਨੇ ਇੰਜੀ ਸਾਡੀ ਆਡੀਅੰਸ ਹੈ ਉਹ ਹੋਣੇ ਹੀ ਚਾਹੀਦੇ ਜੀ ਚਾਹੀਦੇ ਹੀ ਅੱਛੇ ਲੋਕ ਹੋਣ ਬਸ ਉਹ ਥੋੜੇ ਠੀਕ ਹੁੰਦੇ ਨੇ ਜੀ ਜ਼ਿਆਦਾ ਦਾ ਕੀ ਕਰ ਲੈਣਾ ਉਹ ਥੋੜੇ ਸਟਰੋਂਗ ਹੁੰਦੇ ਨੇ ਕਿ ਤੁਹਾਨੂੰ ਸੁਣਨੇ ਵਾਲਾ 100 ਬੰਦਾ ਤੁਹਾਨੂੰ ਸੁਣ ਨਹੀਂ ਰਿਹਾ ਤੇ ਉਹਨਾਂ ਵਿੱਚੋਂ ਇੱਕ ਹੀ ਸੁਣ ਰਿਹਾ ਨਾ ਜੀ ਉਹ ਇੰਪੋਰਟੈਂਟ ਜੀ 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 ਬਿਲਕੁਲ ਸਹੀ ਗੱਲ ਹੈ ਇਹ ਜਿਹੜੀ ਸਾਡੀ ਆਡੀਅੰਸ ਹੈ ਬਹੁਤ ਪਿਆਰੀ ਹੈ ਥੈਂਕ ਯੂ ਗਾਇਸ ਈਚ ਟਾਈਮ ਤੁਸੀਂ ਆਉਂਦੇ ਹੋ ਪਿਆਰ ਦਿੰਦੇ ਹੋ ਔਰ ਸਾਨੂੰ ਅਸੀਂ ਲੇਟ ਵੀ ਸ਼ੁਰੂ ਕਰੀਏ ਤਾਂ ਵੀ ਪਿਆਰ ਦਿੰਦੇ ਹੋ ਥੈਂਕ ਯੂ ਸੋ ਮਚ ਹਾਂ ਅੱਜ ਵਾਪਸ ਖਾਨ ਸਾਹਿਬ ਤੇ ਵਾਪਸ ਆਵਾਂਗੇ ਖਾਨ ਸਾਹਿਬ ਜਦੋਂ ਤੁਸੀਂ 10 ਸਾਲ ਦੀ ਉਮਰ ਦੇ ਵਿੱਚ ਕੰਪੀਟੀਸ਼ਨ ਵਿਨ ਕਰਕੇ ਆਏ ਪਾਕਿਸਤਾਨ 'ਚ ਵਾਪਸ ਆਏ ਸਕੂਲ 'ਚ ਤਾਂ ਬੜਾ ਰੋਪ ਆਇਆ ਹੋਣਾ ਕਿ ਉਹ ਆਈ ਐਮ ਇੰਟਰਨੈਸ਼ਨਲ ਵਿਨਰ ਜੀ ਬਿਲਕੁਲ ਬਹੁਤ ਬੜੀ ਰਿਸੈਪਸ਼ਨ ਸੀ ਜੀ ਔਰ ਬੜਾ ਵੱਡਾ ਸਟੇਜ ਲੱਗਾ ਤੇ ਬੁਲਾਇਆ ਗਿਆ ਜੀ ਉੱਥੇ ਸਟੇਜ ਉੱਤੇ ਔਰ ਫੁੱਲਾਂ ਨਾਲ ਵਾਹ ਵਾਹ ਮਤਲਬ ਉਹ ਵਾਕ ਕਰਦੇ ਗਏ ਮਤਲਬ ਇਸ ਤਰ੍ਹਾਂ ਇਹ ਅੱਲਾ ਪਾਕ ਦਾ ਬੜਾ ਬਹੁਤ ਵੱਡਾ ਇਜ਼ਾਜ਼ ਹੈ ਜੀ ਵਾਹ ਔਰ ਫਿਰ ਸਕੂਲ ਮੈਂ ਪੜਾਇਆ ਵੀ ਜੀ ਮੈਨਚੈਸਟਰ ਯੂਨੀਵਰਸਿਟੀ ਪੜਾਇਆ ਵੀ ਮਿਊਜ਼ਿਕ ਔਰ ਮੈਂ ਇਸ ਤਰ੍ਹਾਂ ਦੇ ਕਾਫੀ ਕੰਮ ਕੀਤੇ ਨੇ ਜੀ ਵਰਕਸ਼ਾਪਾਂ ਤੇ ਬਹੁਤ ਰਹੀਆਂ ਨੇ ਪੂਰੇ ਵਰਲਡ ਵਿੱਚ ਬਹੁਤ ਜ਼ਿਆਦਾ ਸਭ ਤੋਂ ਪਹਿਲਾ ਵਰਲਡ ਟੂਰ ਕੀਤਾ ਜੀ 97 ਚ ਪਾਕਿਸਤਾਨ ਅੱਛਾ ਉਹਦੇ ਵਿੱਚ ਇਹ ਸੀ ਜੀ ਕਿ ਉਹ ਪੂਰੀ ਦੁਨੀਆ ਘੁੰਮਣਾ ਅਸੀਂ ਵੋਮਿਟ ਦੇ ਨਾਲ ਵੀ ਕੰਮ ਕੀਤਾ ਤੁਹਾਡਾ ਜਿਹੜਾ ਪੀਟਰ ਗੈਬਰੀਅਲ ਦਾ ਇਦਾਰਾ ਹੈ ਅਸੀਂ ਵੋਮੈਟ ਉਹਦੇ ਨਾਲ ਅਸੀਂ ਕੰਮ ਕੀਤਾ ਜੀ ਪੂਰੀ ਯੂਰਪ ਅਸੀਂ ਉਹਨਾਂ ਦੇ ਨਾਲ ਜਾਪਾਨ ਵੀ ਤੇ ਇੱਧਰ ਉੱਧਰ ਅਸੀਂ ਬਹੁਤ ਗਏ ਐਂਡ ਅਸੀਂ ਜੀ ਸਵਿਟਜ਼ਰਲੈਂਡ UNO UNO ਹਾਲ ਵਿੱਚ ਪਰਫੋਰਮ ਕੀਤਾ 3 times ਕਵਾਲੀ ਔਰ ਫਿਰ ਦੁਨੀਆਂ ਦੇ ਜਿਹੜੇ ਵੱਡੇ ਕਲੱਬਸ ਐਂਡ ਪਬਸ ਨੇ ਇਹਨਾਂ ਦੀ ਪੂਰੇ ਵਰਲਡ ਦੇ ਉਹਨਾਂ ਵਿੱਚ ਵੀ ਪਹੁੰਚੇ ਵਾਟਰਮੈਨ ਸਪਿਟਸ ਕਲੱਬ ਇਹਨਾਂ ਵਿੱਚ ਵੀ ਪਰਫਾਰਮ ਕੀਤਾ ਦੇ ਵਾਸ ਅ ਫੰਡਾਮੈਂਟਲ ਗਰੁੱਪ ਜਿਸ ਕੇ ਸਾਥ ਮਿਲ ਕੇ ਫਿਊਜ਼ਨ ਕੀਆ ਹਮਨੇ ਵਾਹ ਜੀ ਵਾਹ ਕੰਮ ਕੀਤੇ ਕੰਮ ਬਹੁਤ ਕੀਤੇ ਨੇ ਜੀ ਸ਼ੁਕਰ ਹੈ ਅੱਲਾ ਪਾਕ ਨਹੀਂ ਸ਼ੁਕਰ ਹੈ ਜੀ ਸ਼ੁਕਰ ਹੈ ਘੁੰਮਣ ਘੁਮਾਣ ਬਹੁਤ ਹੈ ਜ਼ਿੰਦਗੀ ਚ ਸ਼ੁਕਰ ਹੈ ਘੁੰਮਣ ਘੁਮਾਣ ਦੇ ਨਾਲ ਹੋਰ ਕਿਹੜੀ ਕਿਹੜੀ ਚੀਜ਼ਾਂ ਨਾਲ ਤੁਹਾਨੂੰ ਤਾਜ਼ਗੀ ਰੱਖਦੀ ਸੀ ਉਸ ਚੀਜ਼ ਨੂੰ
ਕਿ ਮੈਂ ਬਾਹਰ ਹੈਗਾ ਤੇ ਮੈਂ ਯੂ ਨੋ ਹੋਰ ਕਿਹੜੇ ਕਿਹੜੇ ਐਸੇ ਤੁਹਾਨੂੰ ਚੀਜ਼ ਕੋਈ ਐਸਾ ਕੋਈ ਵਾਕਿਆ ਯਾਦ ਹੋਵੇ ਕਿ ਤੁਹਾਨੂੰ ਲੱਗੇ ਕਿ ਇਹ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ ਜਾਂ ਕਿਸ ਕੰਟਰੀ ਚ ਹੋਇਆ ਬਿਲਕੁਲ ਬਹੁਤ ਵੱਡੇ ਭਾਈਜਾਨ ਅਸੀਂ ਜਾ ਰਹੇ ਸੀ ਇੱਕ ਸਾਡਾ ਬੜਾ ਮਸ਼ਹੂਰ ਆਈਟਮ ਹੈ ਕਵਾਲੀ ਦਾ ਤੁਸੀਂ ਸੁਣਿਆ ਹੀ ਹੋਵੇਗਾ ਨਚਾਇਆ ਤੇਰੇ ਇਸ਼ਕ ਨੇ ਜੀ ਤੇ ਅਸੀਂ ਜੀ ਲੰਡਨ ਯੂਨੀਵਰਸਿਟੀ ਤੇ ਜਾਣਾ ਸੀ ਜਨਾ ਫਿਲਮ ਇੱਕ ਬਣੀ ਸੀ ਤੇ ਉਹਦੀ ਓਪਨਿੰਗ ਸੈਰੇਮਨੀ ਸੀ ਉੱਥੇ ਸੋ ਅਸੀਂ ਉੱਥੇ ਗਾਣਾ ਸੀ ਅਸੀਂ ਜਦੋਂ ਉੱਥੇ ਗਏ ਹਾਂ ਤੇ ਰਸਤੇ ਚ ਭਾਈਜਨ ਨੂੰ ਭਾਈਜਨ ਕਹਿਣ ਲੱਗੇ ਕਿ ਮੈਂ ਯਾਰ ਉਸ ਬੱਸ ਤੇ ਜਾਣਾ ਸੈਂਟਰ ਲੰਡਨ ਦੀ ਛੱਤ ਨੀ ਹੁੰਦੀ ਠੀਕ ਹੈ ਜੀ ਇਹ ਤੇ ਅਸੀਂ ਕਿਹਾ ਚਲੋ ਪਹਿਲੀ ਵਾਰੀ 97 ਚ ਗਏ ਸਾਂ ਤੇ ਹੁਣ ਛੱਤ ਤੇ ਬਹਿ ਗਏ ਅਸੀਂ ਸਾਰੇ ਤੇ ਹੁਣ ਤਬੀਅਤ ਚ ਇਹ ਕਿ ਸ਼ਾਹਰੁਖ ਵਗੈਰਾ ਨੇ ਗਾਣੇ ਗੁਣੇ ਗਾਏ ਨੇ ਇਹਦੇ ਤੇ ਮਤਲਬ ਇੱਦਾਂ ਦੀਆਂ ਬਚਪਨ ਵਾਲੀਆਂ ਗੱਲਾਂ ਅਸੀਂ ਕਰ ਰਹੇ ਸਾਰੇ ਮੌਜਾਂ ਕਰ ਰਹੇ ਹੈ ਉਹਦੇ ਵਿੱਚ ਹੀ ਨਾ ਭਾਈ ਜਾਨ ਅੱਗੇ ਬੈਠੇ ਜੀ ਤੇ ਉਹਨਾਂ ਨੇ ਆਵਾਜ਼ ਦਿੱਤੀ ਕਿ ਇੱਧਰ ਆਓ ਜਲਦੀ ਇੱਕ ਕੰਪੋਜੀਸ਼ਨ ਬਣੀ ਹੈ ਠੀਕ ਹੈ ਜੀ ਉਹਨਾਂ ਨੇ ਉਹ ਕੰਪੋਜੀਸ਼ਨ ਉੱਥੇ ਹੀ ਸਾਨੂੰ ਕਿਉਂਕਿ ਅਸੀਂ ਭਰਾ ਸਾਂ ਬਲੱਡ ਸਾਂ ਉਹਨਾਂ ਦਾ ਉਹਨਾਂ ਨੇ ਸਾਨੂੰ ਸੁਣਾਈ ਤੇ ਕਹਿੰਦੇ ਨੇ ਸੁਣਾ ਕਿ ਕਿੰਨੀ ਕੁ ਯਾਦ ਰਹਿ ਸਕਦੀ ਹੈ ਸੁਣਾਇਆ ਤੇ ਉੱਥੇ ਅਸੀਂ ਯੂਨੀਵਰਸਿਟੀ ਉਤਰੇ ਤੇ ਕਹਿੰਦੇ ਉਹੀ ਗਾਣੀ ਬਾਬਾ ਬੁੱਲੇ ਸ਼ਾਹ ਦਾ ਆਈਟਮ ਕਹਿੰਦੇ ਉਹੀ ਗਾਓ ਅਸੀਂ ਉੱਥੇ ਬਹਿ ਆ ਜੀ ਤੇ ਬਹਿ ਕੇ ਗਾਈ ਉਹਨੇ ਪੂਰਾ ਬੰਬ ਚਲਾਤਾ ਪੂਰੇ ਆਡੀਅੰਸ ਵਿੱਚ ਸੋ ਇਟ ਵਾਸ ਅ ਗ੍ਰੇਟ ਮੂਮੈਂਟ ਫੋਰ ਅਸ ਔਰ ਇੱਕ ਵਾਕਿਆ ਹੈ ਜੀ ਕਿ ਅਸੀਂ ਕਨੈਰੀ ਆਈਲੈਂਡ ਕਵਾਲੀ ਕਰਨ ਗਏ ਕਨੈਰੀ ਟੈਨਰੀ ਸੈਨਰੀ ਆਈਲੈਂਡ ਹੈ ਸਪੇਨ ਕੇ ਪਾਸ ਮੈਡ੍ਰਿਡ ਸੇ 4-5 ਘੰਟੇ ਕਾ ਸਫ਼ਰ ਹੈ ਔਰ ਪਲੇਨ ਕਾ ਤੇ ਅਸੀਂ ਹੁਣ ਜਾ ਰਹੇ ਜੀ ਤੇ ਜਹਾਜ਼ ਦੇ ਵਿੱਚ ਜਿਹੜੀਆਂ ਕਾਪੀਆਂ ਛਪੀਆਂ ਪਈਆਂ ਹੁੰਦੀਆਂ ਨਾ ਅੱਗੇ ਉਹ ਵੇਖ ਰਹੇ ਹਾਂ ਤੇ ਉਹ ਕਾਪੀ ਅਸੀਂ ਕੱਢੀ ਦਾ ਤੇ ਉਹ ਲਾਸ ਪਾਲਮਾਸ ਦਾ ਉਹ ਫੈਸਟੀਵਲ ਦਾ ਲਿਖਿਆ ਉਹਦੇ ਉੱਤੇ ਸਾਡੀ ਜਨਾਬ ਤਸਵੀਰ ਛਪੀ ਪਹਿਲੀ ਵਾਰੀ ਅਸੀਂ ਗਏ ਸੀ ਬੜੀ ਤਸਵੀਰ ਤੋਂ ਬੜਾ ਖੁਸ਼ ਹੋਏ ਤੇ ਅੱਗੇ ਜਦੋਂ ਵਰਕੇ ਬੰਦਾ ਅੱਗੇ ਕਰਦਾ ਉਲਟਾਉਂਦਾ ਉਹ ਜਦੋਂ ਵਰਕੇ ਉਲਟਾਏ ਨਾ ਜੀ ਤੇ ਅੱਗੇ ਮਾਈਕਲ ਜੈਕਸਨ ਜਦੋਂ 18 ਸਾਲ ਦੀ ਉਮਰ ਸੀ ਉਹਦੀ ਤੇ ਉਹਨੇ ਉੱਥੇ ਪਰਫਾਰਮ ਕੀਤਾ ਸੀ ਕੀ ਬਾਤ ਹੈ ਉਸੇ ਹੀ ਲਾਸ ਪਾਲਮਾਸ ਫੈਸਟੀਵਲ ਤੇ ਤੇ ਅਸੀਂ ਸੈਕਿੰਡ ਏਸ਼ੀਅਨ ਸਾਂ ਜਿਹੜੇ ਗਏ ਸਾਂ ਬੜੀ ਵੱਡੀ ਗੱਲ ਹੈ ਤੇ ਆ ਬਸ ਅੱਜ ਇਹਦੇ ਤੋਂ ਅਸੀਂ ਬਹੁਤ ਖੁਸ਼ ਹੋਏ ਸੀ ਕਿ ਯਾਰ ਅਸੀਂ ਮਾਈਕਲ ਜੈਕਸਨ ਦੀ ਜਗ੍ਹਾ ਤੇ ਗਾ ਰਹੇ ਕਿਉਂਕਿ ਮੈਂ ਪਿਛਲੇ ਦਿਨੋਂ ਹੀ ਜੀ ਉਹਨਾਂ ਦਾ ਅਰਥ ਸੌਂਗ ਸੁਣ ਕੇ ਦਰੋਂਦਾ ਰਿਹਾ ਬਹੁਤ ਮਾਈ ਵਨ ਆਫ ਫੇਵਰਿਟ ਤੇ ਮੈਂ ਬਹੁਤ ਰੋਇਆ ਸੱਚੀ ਗੱਲ ਆ ਜਿਹੜੀ ਤੁਸੀਂ ਮੈਨਚੈਸਟਰ ਬਸ ਚ ਜਿਹੜੀ ਕੰਪੋਜੀਸ਼ਨ ਬਣੀ ਕੁਝ ਯਾਦ ਥੋੜੀ ਜਿਹੀ ਕੁਝ ਦੋ ਹਾਂਜੀ ਕਿਉਂਕਿ ਉੱਥੇ ਸਾਡੀ ਬੜੀ ਪਪੂਲਰ ਹੈ ਮੈਂ ਕਿਹਾ ਉੱਥੇ ਉੱਥੇ ਬੰਬ ਚਲਾਇਆ ਮਾਈ ਟੀਵੀ ਤੇ ਵੀ ਬੰਬ ਚਲਾਈ ਮੈਂ ਤਾਂ ਉਹਦਾ ਇੱਕ ਸਟਾਈ ਅੰਤਰ ਤਾਂ ਸੁਣਾ ਦੇ ਨਾ ਠੀਕ ਹੈ ਜੀ ਨਚਾਇਆ ਤੇਰੇ ਇਸ਼ਕ ਨੇ ਓ ਨਚਾਇਆ ਤੇਰੇ ਇਸ਼ਕ ਨੇ ਇਸ਼ਕ ਨੇ ਨਚਾਇਆ ਤੇਰੇ ਇਸ਼ਕ ਨੇ ਨਚਾਇਆ ਤੇਰੇ ਇਸ਼ਕ ਨੇ ਕੋਠੀ ਚੜ੍ਹ ਕੇ ਖਾ ਡੋਲਾ ਜਾ ਗਈ ਜਾਂਦਾ
ਸਿਮੇ ਤੋਂ ਕੁਆਲੀ ਕਰਾਤੀ ਹੈ ਕਿਆ ਬਾਤ ਹੈ ਜਿਹੜੀ ਬੜੀ ਉੱਚੀ ਗਾਣੀ ਪੈਂਦੀ ਹੈ ਬੜੀ ਉੱਚੀ ਗਾਣੀ ਕਰਦੇ ਸਰ ਅੱਜ ਅਸੀਂ ਜਿਹੜੇ ਕਹਿੰਦੇ ਨੇ ਨਾ ਅਫਸਰ ਇਹ ਵੀ ਮੈਂ ਬਾਤ ਯਹਾਂ ਪੇ ਕਹਿਣਾ ਚਾਹੂੰਗਾ ਜੀ ਆਪਕੇ ਇਸ ਚੈਨਲ ਕੀ ਉਸਾਦਤ ਸੇ ਔਰ ਇਹ ਮੈਂ ਬਿਲਕੁਲ ਕਹਿ ਰਹਾ ਹੂੰ ਦੁਨੀਆ ਕਾ ਸਬਸੇ ਮੁਸ਼ਕਿਲ ਮੌਸੀਕੀ ਕਾ ਜੋ ਕਾਮ ਹੈ ਵੋ ਕਵਾਲੀ ਹੈ ਕਵਾਲੀ ਬਿਲਕੁਲ ਸਹੀ ਓਕੇ ਜੀ ਕਿਉਂਕਿ ਇਹੀ ਫਿਊਜ਼ਨ ਵੀ ਇਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਨੇ ਕਿਹਨੇ ਕੀ ਕਰਨਾ ਕਿੰਨੇ ਬੰਦੇ ਕੀ ਕਰ ਰਹੇ ਨੇ ਯੂ ਨੋ ਇਹ ਉਹ ਨਹੀਂ ਹੈਗਾ ਜਿੱਦਾਂ ਮੈਂ ਗਾ ਰਿਹਾ ਕਿ ਜਦੋਂ ਮਰਜ਼ੀ ਗਾ ਲਾਂ ਤੇ ਜਦੋਂ ਮਰਜ਼ੀ ਨਾ ਗਾਵਾਂ ਯੂ ਨੋ ਦੈਟ ਕਵਾਲੀ ਮੈਂ ਐਸਾ ਨਹੀਂ ਹੈ ਕਵਾਲੀ ਇਜ਼ ਲਾਈਕ ਕ੍ਰਿਕਟ ਔਰ ਫੁੱਟਬਾਲ ਚ ਜਿੰਨਾ ਫਰਕ ਹੈ ਠੀਕ ਹੈ ਨਾ ਜੀ ਯਾਨੀ ਕ੍ਰਿਕਟ ਵਾਲਾ ਖੜਾ ਹੈ ਉਹ ਤੇ ਦਿਲ ਭਾਵੇਂ ਸਾਰਾ ਦਿਨ ਖੜਾ ਉਹਨੂੰ ਉਹਦੀ ਵਾਰੀ ਨਹੀਂ ਆਈ ਠੰਡੇ ਠੰਡੇ ਜੇ ਸਾਰੇ ਕੰਮ ਇੱਦਾਂ ਹੀ ਅਸੀਂ ਜਿਹੜਾ ਮੈਂ ਹੁਣ ਗਜ਼ਲ ਗਾ ਰਹੇ ਇਹ ਜਦੋਂ ਦਿਲ ਕੀਤਾ ਜੋ ਵੀ ਕਰ ਲਿਆ ਠੀਕ ਹੈ ਜੀ ਕਵਾਲੀ ਐਨਰਜੀ ਹੈ ਪੂਰੀ ਬਿਲਕੁਲ ਔਰ ਬੜੇ ਗੁਣਾਂ ਦਾ ਕੰਮ ਆ ਔਰ ਪੂਰੀ ਦੁਨੀਆਂ ਚ ਮਾਈਕਲ ਜੈਕਸਨ ਜਿੰਨਾ ਨਾਮ ਵੀ ਕਵਾਲੀ ਦਾ ਹੋਇਆ ਸਹੀ ਗੱਲ ਜਿਨ੍ਹਾਂ ਦਾ ਨਾਮ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਯੈਸ ਬਿਲਕੁਲ ਕਵਾਲੀ ਕਵਾਲੀ ਕੋ ਪਹਿਚਾਨਾ ਜਾਂਦਾ ਹੈ ਮੋਰ ਦੈਨ ਆਲ ਕਾਈਂਡ ਆਫ ਮਿਊਜ਼ਿਕ ਜੀ 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 ਬਚਪਨ ਦੀ ਗੱਲ ਯਾਦ ਹੈ ਹਾਂ ਤੁਹਾਡੀ ਗੱਲ ਮੈਂ ਬਚਪਨ ਚ ਅਸੀਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸ਼ੁਰੂ ਸੁਣਨਾ ਸ਼ੁਰੂ ਕਰਤਾ ਸੀਗਾ ਫਿਰ ਉਸ ਤੋਂ ਬਾਅਦ ਬਹੁਤ ਘੱਟ ਹੀ ਹੋਰ ਕਵਾਲ ਸੁਣੇ ਅਸੀਂ ਲੇਕਿਨ ਉਹਨਾਂ ਨੇ ਜੋ ਕਵਾਲੀ ਨੂੰ ਜਿੱਥੇ ਲੈ ਕੇ ਗਏ ਨੇ ਨਾ ਜਿਸ ਲੈਵਲ ਤੇ ਲੈ ਕੇ ਜਿਸ ਲੈਵਲ ਤੇ ਲੈ ਕੇ ਗਏ ਨੇ ਬਹੁਤ ਮੁਸ਼ਕਿਲ ਹੈ ਉੱਥੇ ਤੱਕ ਪਹੁੰਚਣਾ ਨਾ ਜੀ ਨਾ ਬੜਾ ਵੱਡਾ ਮਰਹਲਾ ਔਰ ਮਾਰਕਾ ਮਾਰ ਕੇ ਗਏ ਨੇ ਔਰ ਸਭ ਕੁਝ ਕਰਕੇ ਗਏ ਨੇ ਕਲਾਸੀਕਲ ਵੀ ਉਹਨਾਂ ਹੀ ਗਾ ਕੇ ਗਏ ਨੇ ਜੀ ਗਜ਼ਲਾਂ ਵੀ ਉਹਨੀਆਂ ਹੀ ਗਾ ਕੇ ਗਏ ਨੇ ਕੰਪੋਜੀਸ਼ਨ ਵੀ ਉਹਨੀ ਕਰਕੇ ਗਏ ਨੇ ਕਿਉਂਕਿ ਕਵਾਲ ਜਿਤਨਾ ਮਲਟੀ ਟੈਲੈਂਟਡ ਹੋਤਾ ਹੈ ਨਾ ਜੀ ਉਤਨਾ ਸੋਲੋ ਨਹੀਂ ਹੋਤਾ ਸੋਲੋ ਸੀਧਾ ਸੋਲੋ ਹੀ ਹੋਤਾ ਹੈ ਕਵਾਲ ਮਲਟੀ ਟੈਲੈਂਟਡ ਹੋਤਾ ਹੈ ਜੀ ਬਿਲਕੁਲ ਸਹੀ ਐਗਰੀ ਔਰ ਔਰ ਤਾਂ ਹੋਣਾ ਹੀ ਪੈਣਾ ਐਗਰੀ ਹਾਥੀ ਕੇ ਪਾਓ ਮੈਂ ਸਬਕਾ ਪਾਓ ਕਵਾਲ ਉਹ ਹੈ ਕਿ ਉਹ ਹਾਥੀ ਕਵਾਲੀ ਆ ਗਈ ਉਹ ਕੁਛ ਵੀ ਗਾ ਸਕਦਾ ਕੁਛ ਵੀ ਕਰ ਲਏਗਾ ਵੈਰੀ ਨਾਈਸ ਜੀ ਬਿਲਕੁਲ ਵੈਰੀ ਨਾਈਸ ਇਹ ਬਸ ਆਪਨੇ ਬਾਤ ਸਮਝਣੀ ਹੈ ਕਿ ਜਿਹਨੇ ਕਵਾਲੀ ਕਰ ਲਈ ਨਾ ਜੀ ਉਹਦੇ ਲਈ ਕੋਈ ਸਿਨਫ ਜਿਹੜੀ ਹੈ ਮਿਊਜ਼ਿਕੀ ਦੀ ਉਹ ਮੁਸ਼ਕਿਲ ਨਹੀਂ ਹੈ ਕਿਉਂਕਿ ਉਹਨਾਂ ਨੇ ਉਹ ਆਪਣੀ ਮਰਜ਼ੀ ਨਾਲ ਦੋ ਘੁੱਟ ਚਾਹ ਵੀ ਪੀ ਲਏ ਤੇ ਫਿਰ ਕਹਿਣਾ ਨਾਸ਼ਤਾ ਵੀ ਲਿਆ ਫਿਰ ਉਹਨਾਂ ਨੇ ਜੇ ਕੋਸ਼ਿਸ਼ ਕਰ ਵੀ ਲਈ ਨਾ ਇੱਕ ਗਾਕੀ ਥੱਕ ਜਾਣਾ ਕਿਉਂਕਿ ਕਵਾਲੀ ਦੇ ਵਿੱਚ ਤੁਹਾਨੂੰ ਇੰਨੀ એનર્ਜੀ ਚਾਹੀਦੀ ਹੈ ਸਟੈਮਿਨਾ ਚਾਹੀਦਾ ਹੈ ਤੇ ਉਹ ਆ ਹਰ ਉੱਤੇ ਬੈਂਦੇ ਥੱਕੇ ਹੁੰਦੇ ਨੇ ਕੋਈ ਇਸ ਨਹੀਂ ਉਹ ਬੈਠੇਗਾ ਜ਼ਰੂਰ ਲੇਕਿਨ ਵਾਜੇ ਦੇ ਪਰਲੇ ਪਾਸੇ ਬਹੂਗਾ ਉਰਲੇ ਪਾਸੇ ਨਹੀਂ ਬਹੂਗਾ ਦੂਰ ਜਿਆ ਕਿਤੇ ਦੂਰ ਓ ਮਾਈ ਗਾਡ ਕਿਤੇ ਕਾਫੀ ਦੂਰ ਬਹਿ ਜਾਣਗੇ ਸੋ ਇਹ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਵੀ ਯਾਰ ਨੌਲੇਜ ਦੀਆਂ ਗੱਲਾਂ ਹੋ ਰਹੀਆਂ ਇਹ ਇਹਨੂੰ ਅਸੀਂ ਕਿਸੇ ਦੀ ਇਤਨੀ ਕਰ ਰਹੇ ਬਟ ਜੋ ਫੈਕਟ ਹੈ ਉਸਕੋ ਫੈਕਟ ਕਹਿਣਾ ਚਾਹੀਏ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੋਂ ਹੁੰਦਾ ਹੈ ਉਹਨੂੰ ਕਹੋ ਕਿ ਇਸ ਤਰ੍ਹਾਂ ਨਹੀਂ ਉਹ ਤਾਂ ਅਸੀਂ ਮਤਲਬ ਬੋਥ ਆਫ ਦੈਮ ਅਸੀਂ ਆਫ ਕੋਰਸ ਯੂਐਸਏ ਦੇ ਵਿੱਚ ਔਰ ਪੰਜਾਬੀ ਸਪੀਕਰ ਆ ਬੋਰਨ ਮਤਲਬ ਜ਼ਿਆਦਾ ਟਾਈਮ ਮੈਂ ਦਿੱਲੀ ਚ ਗੁਜ਼ਾਰਿਆ ਜਦ ਤੱਕ ਛੋਟੀ ਸੀਗੀ ਉੱਥੇ ਵੀ ਪੰਜਾਬੀ ਸਪੀਕਰ ਹੀ ਰਹੇ ਹਾਂ ਘਰ 'ਚ ਕਿਉਂਕਿ ਪੰਜਾਬੀ ਮਸਟ ਸੀਗੀ ਕਿ ਪੰਜਾਬੀ ਹੀ ਬੋਲਣੀ ਹੈ ਉਸ ਤੋਂ ਬਾਅਦ ਜਦੋਂ ਬਾਹਰ ਆਏ ਹਾਂ ਤੇ ਬਾਹਰ ਆ ਕੇ ਜਦੋਂ ਅਸੀਂ ਇੱਥੇ ਪੰਜਾਬੀ ਕਲਾਸਾਂ 'ਚ ਜਾਣ ਲੱਗ ਪਏ ਪੰਜਾਬੀ ਭੰਗੜਿਆਂ 'ਚ ਜਾਣ ਲੱਗ ਪਏ ਫਿਰ ਮੈਂ ਖੁਦ ਪੰਜਾਬੀ ਮੇਲੇ ਔਰਗਨਾਈਜ਼ ਕਰਨ ਲੱਗ ਪਈ ਅਤੇ ਉਦੋਂ ਫਿਰ ਮੈਂ ਥੋੜ੍ਹੀ ਹੋਰ ਫੋਕ ਵਾਲੇ ਪਾਸੇ ਨੂੰ ਜ਼ਿਆਦਾ ਚਲੀ ਗਈ ਅਤੇ ਮੇਰੀ ਲੈਂਗੁਏਜ ਵੀ ਪੰਜਾਬੀ ਹੀ ਹੈ ਕਈ ਵਾਰੀ ਜਿਹੜੇ ਸਾਡੇ ਉਰਦੂ ਸਪੀਕਰ ਭਾਈ ਭੈਣ ਨੇ ਉਹਨਾਂ ਨੂੰ ਕਈ ਵਾਰੀ ਵੀਅਰਡ ਵੀ ਲੱਗਦਾ ਹੋਏਗਾ ਪਰ ਗਾਇਸ ਅਗਰ ਜਿਸ ਦਿਨ ਮੈਂ ਉਰਦੂ ਸਿੱਖ ਲਈ ਨਾ ਫਿਰ ਤੁਹਾਡਾ ਪਤਾ ਕੱਟ ਜਾਣਾ ਆਈ ਐਮ ਟੈਲਿੰਗ ਯੂ ਨਹੀਂ ਨਹੀਂ ਕਈ ਐਸੇ ਨਾ ਹੁੰਦੇ ਨੇ ਉਹ
ਪੰਜਾਬੀ ਬੰਦਾ ਉਹਨੂੰ ਸਹੀ ਲੈ ਨਹੀਂ ਪਾਉਂਦਾ ਹੈਗਾ ਯੂ ਨੋ ਉਹ ਸਾਡੀ ਸਾਡਾ ਸਾਡਾ ਉਹ ਇੱਕ ਲਹਿਜ਼ਾ ਬਣ ਜਾਂਦਾ ਉਸੇ ਤਰੀਕੇ ਦਾ ਗੱਲ ਕਰਨ ਦਾ ਵਿਚ ਇਜ਼ ਆਈ ਡੋਨਟ ਮਾਈਂਡ ਪਰ ਇਫ ਯੂ ਮਾਈਂਡ ਦੈਟ ਆਈ ਡੋਨਟ ਕੇਅਰ ਤੇ ਐਨੀਵੇਜ਼ ਨਹੀਂ 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 ਮੇਰਾ ਵੀ ਲਹਿਜ਼ਾ ਪੰਜਾਬੀ ਮੈਂ ਮਤਲਬ ਆਮ ਨਾ ਜਲੰਧਰ ਦੀ ਪੰਜਾਬੀ ਬੋਲਦਾ ਜਨਾਬ ਕਿੱਥੋਂ ਕਿੱਦਾਂ ਇਹ ਉਹ ਹਾਂ ਤੁਹਾਡੀ ਲੈਂਗੁਏਜ ਵੀ ਸਾਡੇ ਨਾਲ ਹੀ ਮਿਲਦੀ ਹੈ ਕਿੱਥੋਂ ਕਿੱਦਾਂ ਹੀ ਕਹਿੰਦੇ ਹੋ ਤੁਸੀਂ ਯਾ ਕਿਉਂਕਿ ਅਸੀਂ ਵੀ ਜਲੰਧਰੋਂ ਹੀ ਆ ਨਾ ਹਾਂ ਤੁਹਾਡੇ ਵੀ ਬਜ਼ੁਰਗ ਸਾਰੇ ਜਲੰਧਰ ਅੰਮ੍ਰਿਤਸਰ ਤੋਂ ਉੱਥੋਂ ਹੀ ਨੇ ਨਾ ਪਟਿਆਲਾ ਹੋ ਗਿਆ ਤੇ ਹੋਰ ਬਿਲਕੁਲ ਸਾਡੀ ਲੈਂਗੁਏਜ ਨਹੀਂ ਬਦਲੀ ਜੀ ਅਸੀਂ ਉਹੀ ਰੱਖੀ ਹੈ ਪੰਜਾਬੀ ਨਹੀਂ ਮੇਰੇ ਬੜੇ ਸਾਰੇ ਬੜੇ ਦੋਸਤ ਮਿੱਤਰ ਮਿਲਦੇ ਨੇ ਜਿਹੜੇ ਕਿ ਬੋਲਦੇ ਨੇ ਉਰਦੂ ਵੀ ਸਿੱਖ ਲਓ ਮੈਂ ਕਿਹਾ ਸਿੱਖੂੰਗੀ ਜ਼ਰੂਰ ਸਿੱਖੂੰਗੀ ਲੇਕਿਨ ਪਹਿਲਾਂ ਜਿਹੜਾ ਕੰਮ ਆਉਂਦਾ ਨਾ ਜਿਹ 'ਚ ਤੁਸੀਂ ਮਾਹਿਰ ਹੋ ਪਹਿਲਾਂ ਉਹੀ ਕਰੋ ਜੋ ਤੁਹਾਡਾ ਜੋ ਫੋਟੇ ਹੈ ਨਾ ਉਹ ਕਰਨਾ ਦਿਖਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ 'ਚ ਤੁਹਾਨੂੰ ਕੋਈ ਪਛਾੜ ਨਹੀਂ ਸਕਦਾ ਜੋ ਤੁਹਾਡੀ ਖਾਸੀਅਤ ਹੋਵੇ ਨਾ ਤੇ ਨਵੀਂ ਚੀਜ਼ ਵੀ ਸਿੱਖਾਂਗੇ ਕਿਉਂਕਿ ਇਨਸਾਨ ਦਾ ਕੰਮ ਹੈ ਸਿੱਖੀ ਜਾਓ ਤੇ ਬਿਲਕੁਲ ਤੇ ਤੁਸੀਂ ਮਿਊਜ਼ਿਕ ਵਗੈਰਾ ਦਿੱਤਾ ਹੈ ਐਲਬਮਸ 'ਚ ਮੈਨੂੰ ਫੋਨ ਆਂਦਾ ਕਿ ਕੱਲ ਤੇਰੀ ਫਲਾਈਟ ਹੈ ਤੇ ਤੂੰ ਆ ਜਾ ਤੇ ਬੜੀ ਗੱਲ ਸੀ ਉੱਥੇ ਡੋਲੀ ਦੀ ਦੇ ਕੋਲ ਹੀ ਮੈਂ ਗਿਆ ਸਾਂ ਮੈਂ ਉੱਥੇ ਉਤਰਿਆ ਕਿਉਂਕਿ ਖਾਨ ਸਾਹਿਬ ਕਲਕੱਤੇ ਸਨ ਤੇ ਫਿਰ ਉੱਥੋਂ ਮੈਂ ਜੀ ਦਿੱਲੀਓਂ ਮੈਨੂੰ ਕਲਕੱਤੇ ਲਿਆ ਜਾਇਆ ਗਿਆ ਉੱਥੇ ਫਿਰ ਕੁਮਾਰ ਸੋਨੂ ਨਿਗਮ ਔਰ ਜੀਆ ਪ੍ਰਾਦਾ ਔਰ ਆਦੀ ਨਹੀਂ 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 ਸੋਨੂ ਨਿਗਮ ਦਾ ਸ਼ੋਅ ਸੀ ਕਲਕੱਤੇ ਸੋਨੂ ਨਿਗਮ ਦਾ ਸ਼ੋਅ ਸੀ ਤੇ ਜੀਆ ਪ੍ਰਾਦਾ ਜੋ ਹੈ ਉਹਨਾਂ ਦਾ ਸ਼ੋਅ ਸੀ ਤੇ ਨਾਲ ਉਸਤਾਦ ਮੁਸਤਫਾ ਅਲੀ ਖਾਨ ਸਾਹਿਬ ਤੁਸੀਂ ਯਕੀਨ ਕਰੋ ਬਸ ਫਿਰ ਉਹਨਾਂ ਦਾ ਹੀ ਸ਼ੋਅ ਸੀ ਸਟੇਡੀਅਮ 'ਚ ਸੀ ਬਹੁਤ ਹੀ ਬੜਾ ਸ਼ੋਅ ਥਾ ਉੱਥੋਂ ਫਿਰ ਅਸੀਂ ਦਿੱਲੀ ਆਏ ਜੀ ਫਿਰ ਸ਼ੋਅ ਸਨ ਇੱਕ ਫਿਰ ਅਸੀਂ ਬੰਬੇ ਜਾ ਕੇ ਫਿਲਮਾਂ ਦਾ ਮਿਲਦੇ ਦਿੱਤਾ ਖਾਨ ਸਾਹਿਬ ਦੇ ਨਾਲ ਨਾਲ ਸਨ ਮੇਰੀ ਬਸ ਇਹੀ ਓਨਰ ਸੀ ਮੇਰੇ ਲਈ ਕਿ ਮੈਂ ਉਹਨਾਂ ਦੇ ਨਾਲ ਫਿਰਦਾ ਸਾਂ ਮੇਰੇ ਐਲਬਮ ਜਿਹੜੇ ਨੇ ਉਹ ਇੱਕ ਮਲੇਸ਼ੀਆ ਹੋਇਆ ਜੀ ਇੱਕ ਇੱਥੇ ਪਾਕਿਸਤਾਨ ਹੋਇਆ ਬਟ ਠੀਕ ਹੈ ਐਲਬਮ ਦਾ ਤੇ ਹੁਣ ਦੌਰ ਹੀ ਨਹੀਂ ਹੁਣ ਤੇ ਤੁਸੀਂ ਜਿਵੇਂ ਮੈਂ ਬੈਠਾ ਹੈ ਇਹ ਹੀ ਕੰਮ ਹੋ ਗਿਆ ਐਲਬਮ ਯਾ ਅੱਜ ਕੱਲ ਹੁਣ ਸਪੈਸ਼ਲੀ ਕਰੋਨਾ ਦੇ ਵਿੱਚ ਤੇ ਮੈਂ ਇਹ ਕਹਾਂਗੀ ਕਿ ਅਗਰ ਸਿੰਗਰਸ ਅਗਰ ਨਾ ਹੋਣ ਇਸ ਵਕਤ ਐਕਟਿਵ ਤੇ ਸਾਰਿਆਂ ਵਾਸਤੇ ਟਾਈਮ ਕੱਢਣਾ ਬੜਾ ਮੁਸ਼ਕਿਲ ਹੋ ਜਾਏ ਘਰ ਦੇ ਵਿੱਚ ਬੈਠ ਕੇ ਮੈਂ ਤਾਂ ਪਾਗਲ ਹੀ ਹੋ ਜਾਵਾਂ ਅਗਰ ਮੈਂ 뮤직 ਨਾ ਹੋਵੇ ਲਾਈਫ ਦੇ ਵਿੱਚ ਬਹੁਤ ਮੁਸ਼ਕਿਲ ਹੈ ਜੀ ਔਰ ਇਹ ਚ ਸਾਰੇ ਜਿੰਨੇ ਮਿਊਜ਼ੀਸ਼ੀਅਨ ਆਰਟਿਸਟ ਪਮਾ ਕੋਈ ਕੁਝ ਵਜਾ ਰਿਹਾ ਹੈ ਜਾਂ ਕੁਝ ਗਾ ਰਿਹਾ ਹੈ ਜਾਂ ਕੁਝ ਰਾਈਟ ਕਰ ਰਿਹਾ ਸਾਰਿਆਂ ਨੂੰ ਮੇਰੇ ਵੱਲੋਂ ਤੋਂ ਹੱਥ ਜੋੜ ਕੇ ਨਮਸਕਾਰ ਹੈ ਕਿਉਂਕਿ ਅਗਰ ਤੁਸੀਂ ਨਹੀਂ ਸਾਨੂੰ ਇਸ ਕਰੋਨਾ ਦੇ ਵਿੱਚ ਐਂਟਰਟੇਨ ਕਰਦੇ ਤੇ ਪਤਾ ਨਹੀਂ ਕੀ ਹਾਲ ਹੋਣਾ ਸੀ ਡਿਪਰੈਸ਼ਨ 'ਚ ਹੋਣਾ ਸੀ ਠੀਕ ਹੈ ਸਹੀ ਹੈ ਕਿਉਂਕਿ ਆਪ ਲੋਕੋ ਕੀ ਸਹੀਆਂ ਯਾਰ ਆਪ ਲੋਕ ਅੱਛੇ ਹੋ ਜਿਹੜੇ ਸਾਰੇ ਤੁਹਾਨੂੰ ਕਹਿ ਰਹੇ ਨੇ ਓਕੇ ਕਰਾਂਗੇ ਬੜੀ ਬਾਤ ਜੀ ਨਹੀਂ ਨਹੀਂ ਤੁਸੀਂ ਲੋਕ ਇੰਨਾ ਵੱਡਾ ਕੰਮ ਕਰ ਰਹੇ ਹੋ ਕਿਉਂਕਿ ਫਿਲਮਾਂ ਬੰਦ ਹੋ ਗਈਆਂ ਨੇ ਟੀਵੀ ਸੀਰੀਅਲ ਬੰਦ ਹੋ ਗਏ ਨੇ ਸਭ ਕੁਝ ਬੰਦ ਹੈ ਤੇ ਹੁਣ ਸੰਗੀਤਕਾਰ ਹੀ ਅਵੇਲੇਬਲ ਹੈ ਵਿਚਾਰਾ ਔਰ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਮੈਂ ਕ੍ਰੈਡਿਟ ਦੇਣਾ ਚਾਹਾਂਗੀ ਜਿਹੜੇ ਸਾਡੇ ਆਰਟਿਸਟ ਨੇ ਇਹ ਪਲੇਟਫਾਰਮ ਐਸਾ ਹੈ ਕਿ ਸਾਰੇ ਜਿੰਨੇ ਵੀ ਆਰਟਿਸਟ ਨੇ ਨਹੀਂ ਕਿ ਮਾਈ ਟੀਵੀ ਦੇ ਜੋ ਆਏ ਨੇ ਜਿੰਨੇ ਵੀ ਆਰਟਿਸਟ ਨੇ ਉਹਨਾਂ ਸਾਰਿਆਂ ਨੂੰ ਇਹੀ ਮੈਂ ਕਹਿਣਾ ਕਿ ਮੇਰੇ ਵੱਲੋਂ ਤੇ ਤਹੇ ਦਿਲੋਂ ਸ਼ੁਕਰੀਆ ਕਿ ਇਹ ਕੰਮ ਹਾਲਾਂਕਿ ਆਰਟਿਸਟ ਹੀ ਇਸ ਵਕਤ ਐਸਾ ਰਹਿ ਗਿਆ ਹੈਗਾ ਕਾਰੋਬਾਰ ਕਿ ਜਿਹਦੇ 'ਚ ਇਨਕਮ ਨਹੀਂ ਆ ਰਹੀ ਇਹੀ ਇੱਕ ਪ੍ਰੋਫੈਸ਼ਨ ਹੈਗਾ ਬਾਕੀ ਸਬਜ਼ੀਆਂ ਵਿਕ ਰਹੀਆਂ ਨੇ ਰਾਸ਼ਨ ਵਿਕ ਰਿਹਾ ਹੈ ਦੁੱਧ ਵਿਕ ਰਿਹਾ ਹੈ ਸਭ ਕੁਛ ਵਿਕ ਰਿਹਾ ਹੈ ਐਟਲੀਸਟ ਉਹਨਾਂ ਦੀ ਦੁਕਾਨ ਚੱਲ ਰਹੀ ਹੈ ਲੇਕਿਨ ਇੱਕ ਫਨਕਾਰ ਹਾਂ ਫਨਕਾਰ ਐਸਾ ਹੈ ਜਿਹਨੂੰ ਕਿ ਇਸ ਵਕਤ ਇਨਕਮ ਨਹੀਂ ਹੈ ਔਰ ਫਨਕਾਰ ਹੀ ਇਸ ਵਕਤ ਦੇ ਵਿੱਚ ਸਾਰੀ ਦੁਨੀਆ ਦਾ ਧਿਆਨ ਰੱਖ ਰਿਹਾ ਹੈ ਸੋ ਇਹ ਇੱਕ ਕਤਾਲੀ ਉਹਨਾਂ ਲਈ ਸਾਰੇ ਬੜੀ ਬਾਤ ਬੜੀ ਬਾਤ ਬੜੀ ਬਾਤ ਬੜੀ ਬੜੀ ਬਾਤ ਅੱਛਾ ਉਹ ਇਹ ਵੀ ਅੱਛਾ ਉਹ ਧਿਆਨ ਵੀ ਰੱਖ ਰਿਹਾ ਉਹਦਾ ਆਪਣਾ ਵੀ ਦਿਲ ਲੱਗ ਰਿਹਾ ਐਕਚੁਅਲੀ ਇਹ ਵੀ ਤਾਂ ਦੱਸ ਕਿਉਂ ਉਹ ਵੀ ਘਰ ਬੈਠਾ ਆ ਤੇ ਜਾਂ ਸੌ ਗਿਆ ਤੇ ਜਾਂ ਫਿਰ ਉੱਠ ਗਿਆ ਤੇ ਫਿਰ ਫਿਰ ਰੋਟੀ ਖਾ ਕੇ ਫਿਰ ਸੌ ਗਿਆ ਯੂ ਨੋ ਔਰ ਵਾਜਾ ਵੀ ਨਾ ਖੁੱਲਣ ਦੀ ਨਹੀਂ ਖੁੱਲਣਾ ਚਾਹ ਰਿਹਾ ਸੱਚੀ ਮੈਂ ਬਤਾ ਰਹਾ ਹਾਂ ਬਿਲਕੁਲ ਉਹਦਾ ਦਿਲ ਹੀ ਨਹੀਂ ਕਰ ਰਿਹਾ ਤੇ ਕਿਉਂਕਿ ਫਿਰ ਇਹ ਕਿ ਲੇਕਿਨ ਇਹ ਅੱਲਾਹ ਪਾਕ ਦੀ ਜ਼ਾਤ ਇਹਨਾਂ ਤੇ ਮਿਹਰਬਾਨ ਸਟਰੋਂਗਲੀ ਹੁੰਦੀ ਹੈ ਸਾਰੇ ਆਪਣਾ ਖਾ ਪੀ ਕੇ ਮੌਜਾਂ ਕਰਕੇ ਸੌਂਦੇ ਬਹਿੰਦੇ ਉੱਠਦੇ ਨੇ ਸ਼ੁਕਰ ਹੈ ਉਹਦੀ ਯਾਦ ਦਾ ਵਾਹ 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 ਬਹੁਤ ਬਹੁਤ ਮੈਂ ਥੈਂਕ ਯੂ ਅਗੇਨ ਸਾਰਿਆਂ ਨੂੰ ਕਹਾਂਗੀ ਔਰ ਅਗਰ ਜਿਹਨੇ ਸਾਡੇ
अगर म्यूजिशियंस दे नेड़े रहने हो तुसी या रिश्तेदार हो, मैं जरूर चाहवांगी कि इन्हां नूं जरूर सपोर्ट करो। कोई ऐसे लोग ऐसे भी ने जिन्हां नूं बहुत नीड है, साढ़े अपने ही, मैं अगर बैक होम इंडिया देखती हूँ तो कई ऐसे परिवार ने जिन्हों को दो दो तीन तीन महीने के घर बैठे ने और बिल्कुल राशन भी नहीं है उन्होंने को। सो अगर तुम रिश्तेदार हो या फ्रेंड्स हो, अगर देख रहे हो कि कोई बंदा ट्रबल च है, इस वक्त उन्होंने एटलीस्ट हेल्प करो, उन्होंने एटलीस्ट राशन पवा दो ताकि वह बंदा सानू एंटरटेन है। क्योंकि लोग आर्टिस्ट जड़े ने म्यूजिशियंस के नाल ही ने, जो ने आर्टिस्ट के नाल सारी जिंदगी संगत की है, तो एक अच्छा पैसे वाला आर्टिस्ट की भी फर्ज बनता है कि अपने जो संगतकार वाले ने उन्होंने टेक केयर करे, जो भी होंगे उन्होंने बड़ा हक है जी। सारे शुक्रिया अदा कर रहे हो ना, मैं भी इतने अपने सारे शुक्रिया अदा कर चुप बैठे ने, यानी मैं सिर्फ इन करके वेख रहा तो चुप नहीं शुक्रिया बोल रहे सारे घर ने। सो इस क्वारंटाइन दे समय च कोई आर्टिस्ट या सिंगर तुहानू इंडिया या अब्रॉड तो कोई रीच करना चाहे और तुसी उदे उन्हां लई कोई या तर्ज बनाना चाहे म्यूजिक देना चाहे तो एहो जे कुछ है गया उन्हां को जरिया तुहानू कॉन्टैक्ट करन दा? जी कैन, दे ऑल कैन, दे कैन, राइट, बिल्कुल। बल्कि मुझे मैं एक कनाडा का एक काम किया है जी, मैंने कैनेडियन लोगों का सीखी है वो भी, और बड़े अच्छे बड़े अदब करने वाले उन्हां दा मैं काम कीता जी। कुछ और जिन्हों भी जी जाहिर है रिकॉर्डिंग तो कोई मसला ही नहीं होना, जो भी कराना चाहन ये तो कई, बल्कि मैं हूँ जी 10 या 11 जी एक शादी है बार यूरोप, वो मैं लाइव गाना जी उते वो अपना अरेंजमेंट कर रहे हैं, मैं इस तरह का हो रहा है। चलो ठीक है, अच्छी गल है, क्योंकि जो जो मिले ना, कहते ना लाइफ गिव्स यू लेमन देन मेक अ लेमोनेड, फिर अंब की इच्छा ना रखो, फिर जो है ना वो बेस्ट बना के खाओ। मैं दसना चाहवांगा कि मेनू मेरे नॉलेज च बड़ा घट है कि जेड़े मेनू जी इन्हें राग रूग नहीं आंदे, बस मैं गाना बजाना, मैं रागों वाला नहीं हूं, तो एक ओ दो चार राग ते बंदे नूं हर एक नूं जिहड़ा गाउंदा हुंदा आंदे ही हुंदे नूं, ते ओ इक माल कौंस हुंदा है राग, एक मध कौंस हुंदा है, एक चंद्र कौंस, आनंद कौंस, तो इन्हां कौंसां विचों ना जी मैं यानी पहली बारी मैं बनाई है, ये नहीं कि मैं बनाई है कॉम्पिटिशन, मैनू नहीं पहले नहीं मैं देखी कि कौंसां विच कदी पंजाबी बनी होवे। मतलब एक वैरायटी ऑफ चेंजेस है और 12 दे 12 सुर लग रहे हैं। अच्छा मैं पता गल सुनो, मैं तुहानू कहता मैं दसी जा रहा हूं समझो मेरी बेटी कॉलेज पढ़ रही है, ਤੇ ਉਹ ਡਾਕਟਰ ਬਣਨਾ ਚਾਹੁੰਦੀ ਤੇ ਸਾਈਕੋਲੋਜਿਸਟ ਡਾਕਟਰ ਕੋਲ ਉਹ ਅਸਿਸਟੈਂਟ ਹੈਗੀ ਹੈ, ਤੇ ਉਹਨੇ ਮੈਨੂੰ ਇੱਕ ਗੱਲ ਸਿਖਾਈ ਹੈ
ਕਹਿੰਦੀ ਆਪਣੀ ਲਾਈਫ ਇੱਕ ਕਹਾਣੀ ਹੈ ਸਟੋਰੀ ਹੈ ਔਰ ਆਪਣੀ ਲਾਈਫ ਦੇ ਅਸੀਂ ਹੀਰੋ ਆ ਆਪਣੀ ਬੁੱਕ ਦੇ ਅਸੀਂ ਆਪ ਹੀਰੋ ਸਾਨੂੰ ਆਪਣੇ ਤੇ ਪ੍ਰਾਊਡ ਹੋਣਾ ਚਾਹੀਦਾ ਚਾਹੇ ਅਸੀਂ ਜੋ ਮਰਜ਼ੀ ਕਰੀਏ ਸੋ ਹਾਂ ਬਹੁਤ ਅੱਛੀ ਗੱਲ ਕਹੀ ਉਹਨੇ ਬਹੁਤ ਅੱਛੀ ਮੈਂ ਤਾਂ ਹੁਣ ਜਿਹੜੀਆਂ ਬਾਕੀ ਗੱਲਾਂ ਕਹਿ ਰਿਹਾ ਨਾ ਉਹ ਮੈਂ ਇਸ ਤੋਂ ਕਹਿ ਰਿਹਾ ਕਿ ਅਸੀਂ ਗਾਉਣ ਵਜਾਉਣ ਵਾਲੇ ਹਾਂ ਸਾਨੂੰ ਅਦਬ ਤੇ ਆਉਂਦਾ ਹੀ ਹੈ ਨਾ ਉਹ ਤੇ ਅਸੀਂ ਕਰਨਾ ਹੀ ਹੈ ਠੀਕ ਹੈ ਜੀ ਲੇਕਿਨ ਜਿਹੜੀ ਇੱਕ ਗੱਲ ਹੈ ਨਾ ਜੀ ਜਿਹੜਾ ਗਾਣ ਵਜਾਉਣ ਵਾਲਾ ਨਾ ਉਹਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਨਵੀਂ ਹੈ ਜਾਂ ਇਸ ਪਹਿਲੇ ਨਹੀਂ ਹੁਆ ਇਹ ਤਾਂ ਪਤਾ ਹੁੰਦਾ ਹੈ ਨਾ ਅਗਰ ਮੈਂ ਤੁਸੀਂ ਗਾਓ ਮੇਰੇ ਅੱਗੇ ਤੇ ਮੈਨੂੰ ਇਹ ਲੱਗੇ ਕਿ ਯਾਰ ਦਿਸ ਇਜ਼ ਨਿਊ ਵਰਜ਼ਨ ਆਖ ਵੀ ਮੈਂ ਕਹਾਂਗਾ ਯਾਰ ਵੈਰੀ ਗੁੱਡ ਦਿਸ ਇਜ਼ ਨਿਊ ਵਰਜ਼ਨ ਤੇ ਉਹ ਵਰਜ਼ਨ ਨੂੰ ਮੈਨੂੰ ਐਕਸੈਪਟ ਕਰਨਾ ਚਾਹੀਦਾ ਜਿਹੜਾ ਸਾਡੇ ਲੈਕ ਆਫ ਐਪਰੀਸੀਏਸ਼ਨ ਬਹੁਤ ਜ਼ਿਆਦਾ ਹੈ ਯੈਸ ਨੋ ਨਹੀਂ ਨਹੀਂ ਉਹ ਗਲਤ ਹੈ ਲੈਕ ਆਫ ਐਪਰੀਸੀਏਸ਼ਨ ਨਹੀਂ ਲੈਕ ਆਫ ਜੈਲਸੀ ਜੇ ਫੁੱਲ ਆਫ ਜੈਲਸੀ ਫੁੱਲ ਆਫ ਜੈਲਸੀ ਨਾਟ ਇਵਨ ਲੈਕ ਆਫ ਜੈਲਸੀ ਬਹੁਤ ਅੱਛੀ ਗੱਲ ਲੋ ਜੀ ਪੇਸ਼ ਕਰ ਰਹੇ ਹਾਂ ਜੀ और ये मैं सारी ऑडियंस को कहना चाहूंगा बच्चे का ये जो इन्हू कहते ने ना थोड़ा जेड़ा है वो यानी प्रॉब्लम ये हुई है कि वो मेजर सुर दे उते नहीं है ਤੇ ਜਿਹੜਾ ਸੁਰ ਕੰਬੀਨੇਸ਼ਨ ਹੋ ਰਹੀ ਹੈ ਉਸ ਸੁਰ ਦੇ ਉੱਤੇ ਇਹ ਮੱਧਮ ਤੇ ਬੋਲ ਰਿਹਾ ਲੇਕਿਨ ਮੱਧਮ ਲੱਗੇਗਾ ਜ਼ਰੂਰ ਵਿੱਚ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਨਾ ਜੀ ਉਹ ਵੀ ਸੋਚਦੇ ਕਿ ਜੀ ਪੂਰਾ ਸੁਰ ਤੇ ਨਹੀਂ ਮਿਲਾਇਆ ਹੋਇਆ ਲੇਕਿਨ ਹੈਗਾ ਕਿਉਂਕਿ ਉਹਦਾ ਪੂਰਾ ਸਰਦੀ ਦੀ ਜਾਂ ਬਾਰਿਸ਼ ਦੀ ਨਜ਼ਰ ਹੋ ਗਿਆ ठीक है।
खासियत होंगी ना हमेशा मैं ही जज करके बोलती हूँ मेरी लाइफ का यह एक कह लो एक बड़ा खुली किताब वांगू ही है मैं जो फील करती हूँ बोलती हूँ मैनू वाकई लग्या आर डी बर्मन का म्यूजिक सुन रही हूँ मैनू वाकई लग्या कि क्रिएटिविटी लाइक ए आर रहमान क्योंकि फिलहाल ये दो ऐसी परसनैलिटीज ने जिन्हों मैं ज़्यादा जाणूँगा जिन्हों के बारे ज़्यादा जानकारी है इस करके उन्होंने कंपेरिजन कर सकती हूँ तो मजा आ गया सर और तबले वाले नु भी मेरे तरफों नु कह दो कि तेरे लिए भी दाद दे रहे हैं तेन भी दाद है यार तुसी ले मैं किस तरह कह रहे ओ यार तेन भी दाद और 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 जब तुसी गा रहे हो और जब मुंडे ने तिहाई मारी है और पीछे ਤੁਹਾਡੇ ਬੈਠੇ ਸ਼ਗੀਰਦ ਨੇ ਉਹਨਾਂ ਦੇ ਵੀ ਵਾਹ ਨਿਕਲੀ ਹੈ ਵਿੱਚ
ਆ ਗਈ ਉਹ ਕਹਿੰਦੇ ਉਹਨੂੰ ਉਹ ਤਾਂ ਸਹੀ ਹੋ ਤੇ ਸਾਹਮਣੇ ਦੇ ਉੱਤੇ ਆ ਕੇ ਪੱਟੇ ਭਰ जान देते ही नहीं बड़े इन्होंने जी बड़े जान जोखों से सारा कुछ इन्होंने ऑर्गेनाइज किया हुआ है। अच्छा हूं चेहरे पे बड़ी रोशनी जी आई है गाना गा के शायद आई है नहीं पता नहीं वैसे ही कोरोने के हालात ही वजह तो आई पड़ी हूं तक हां जी बोलो बोलो मैं ये जरूर कहना चाहूंगी कि पाकिस्तान इंडस्ट्री के मैं एको चीज की कमी देखी है आर डी बर्मन स्टाइल म्यूजिक का तो मैं चाहूंगी कि तुहाडे वर्गा फनकार उन्होंने फिल्म इंडस्ट्री दे विच एक इन्हां नूं इनक्लूड करो ताकि तुहाडे लई इक फ्रेशनेस लेके आण जिहड़ी भी पाकिस्तान फिल्म इंडस्ट्री दा म्यूजिक कर रहे ने ਉਹ ਐਕਚੁਅਲੀ ਜੀ ਅੱਛਾ ਹੁਣ ਪਤਾ ਹੈ ਕੀ ਹੁੰਦਾ ਹੈ ਕਿ ਸਾਰੇ ਕੁਛ ਅੱਲਾਹ ਪਾਕ ਦੇ ਬੜੇ ਕਰਮ ਆ ਸਾਰਾ ਕੁਛ ਹੋ ਗਿਆ ਉਹ ਫਿਰ ਇੱਕ ਸਟ੍ਰੈਟਜੀ ਜਾਂ ਇੱਕ ਲੈਵਲ ਇਹ ਹੋ ਜਾਂਦਾ ਕਿ ਹੁਣ ਫੈਸ਼ਨ ਹੈ ਅਗਰ ਹੋ ਰਿਹਾ ਕੋਕ ਸਟੂਡੀਓ ਹੋ ਰਿਹਾ ਫੋਰ ਐਗਜ਼ਾਮਪਲ ਜੀ ਕੋਕ ਸਟੂਡੀਓ 'ਚ ਅੱਜ ਤੱਕ ਕੋਈ ਨਵੀਂ ਚੀਜ਼ ਪਾਪੂਲਰ ਨਹੀਂ ਹੋਈ ਇਹ ਨੌਲੇਜ ਦੂੰ ਮੈਂ ਆਪਕੋ पाकिस्तान की हिस्ट्री में जितना कोक हुआ है जी जी उस वो कोक पुराने गाने के विच एंड्रॉइड फोन पाता उन्होंने समझ आ रही तुम ओके कि वो पीटीसीएल यानी जो फोन चुकते सा उदो दौर के गाने सी हुण उन्होंने एंड्रॉइड पाता उहदे च जी ठीक है जी हुण तरक्की हुई इंस्ट्रूमेंट यूज ऑफ इंस्ट्रूमेंट्स और सारा कुछ उन्होंने रिकॉर्डिंग्स और सारा कुछ गाना खुद कोई भी किया कभी खुद का गाना पॉपुलर करे फिर कोक है अगर एक गाना एक फोक बस्ती दे विच गा रही सी माइया ओ चुके लैन दे ते गवाता ओ कोई काम नहीं इत्थे मैं दसना चाहवांगी जिनिक मेरी नॉलेज ऑफ साहब नाल गल करांगी मैनू जज ना करना गाइस आई एम जस्ट अ स्टिल स्टूडेंट मैनू इदा लगदा कोक स्टूडियो रिस्क नहीं लै रहा ओ पुरानी चीजां तह ला रहा क्योंकि उन्हें पता कि ए हिट ने जे इन्हां नूं रिमिक्स कर दांगा इन्हां नूं रिमिक्स कर दांगा ते इन्हां ने हिट ही होना लेकिन एक सुनो ना यार कि जड़ी जड़ी चीज हिट हुई वो भी तो पहले नमी सी बिल्कुल एग्जैक्टली यही 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 कहना एग्जैक्टली ठीक है जी नमी सी जो हिट हुई ना वो जो नमी जो हर बंदे ने जिन्हें क्रिएट करनी कोई चीज वो नमी होनी है अच्छा और उस नमी दे नाल जड़ी मैं एक गल एक और कहनी चाहूंगा जड़ी फॉर माई ऑल आर्टिस्ट के ये जो है ना ये वक्त ये वाला ये ऊपर वाले ने इसको बड़ा अपने किसी लॉक में रखा हुआ है यू नो ओ जिन्हू चावे उधरों काट के तो दे थे ला रहा है ओए क्या बात कही है सर बस बड़ी ए कोई गल नहीं तुसी जिनी मर्जी मेहनत कर लो ए वक्त जेड़ा है आ ए उत्ते आने ने लाना ते कई ओ भी ते लोग है ना ते अभी बस च उतरिया तो दा गाना पॉपुलर हो गया बस च उतरे एग्जैक्टली रब ने जिन्हू देना बिल्कुल रब ने जिन्हू देना ਤੁਹਾਡੀ ਮਿਹਨਤ ਕਰਨਾ ਆਪਕਾ ਫਰਜ਼ ਹੈ ਔਰ ਮਿਹਨਤ ਕਰੋ ਮਿਹਨਤ ਤੋਂ ਬਗੈਰ ਕੁਛ ਨਹੀਂ ਤੂੰ ਤੁਹਾਡਾ ਗਾਣਾ ਆ ਸਿੱਖੋ ਉਹਦੇ ਤੇ ਮਤਲਬ ਉਹਨੂੰ ਆਵਾਰਾ ਨਾ ਰਹਿਣ ਦਿਓ ਯੂ ਨੋ ਆਵਾਰਗੀ ਨਾ ਹੋ ਉਸ ਗਾਣੇ ਸਰ ਸਰ ਇਹ ਰੀਜ਼ਨ ਹੈ ਹਾਂ ਬੋਲੋ ਬੋਲੋ ਮੈਂ ਕਿ ਇਹ ਰੀਜ਼ਨ ਹੈ ਕਿ ਕੋਕ ਸਟੂਡੀਓ ਦਾ ਤਾਂ ਮੈਨੂੰ ਪਤਾ ਨਹੀਂ ਪਰ ਮਾਈ ਟੀਵੀ ਸਟੂਡੀਓ ਡੈਫੀਨਿਟਲੀ ਲੈ ਕੇ ਆ ਰਿਹਾ ਫਰੈਸ਼ਨੈਸ ਯਾ ਯਾ ਦਿਸ ਇਜ਼ ਆਲ ਯੂ ਟੇਕਿੰਗ ਕ੍ਰੈਡਿਟ ਆਪੋ ਆਪ ਤਾਂ ਮੇ ਕ੍ਰੈਡਿਟ ਜਾ ਰਿਹਾ ਔਰ ਜਾਣਾ ਚਾਹੀਦਾ ਕਿ ਤੁਸੀਂ ਇੱਕ ਇੱਕ ਸੋਚ ਦੇ ਨਾਲ ਟੁਰ ਰਹੇ ਹੋ ਯਾਰ ਔਰ ਐਸਾ ਹੀ ਰਹਿਣਾ ਚਾਹੀਏ ਐਸਾ ਹੀ ਰਹਿਣਾ ਚਾਹੀਏ ਔਰ ਆਪ ਐਸਾ ਕਰੋਗੇ ਤੋ ਫਿਰ ਨਾਮ ਵੀ ਹੋ ਜਾਂਦੇ ਨੇ ਤੁਸੀਂ ਅਗਰ ਗਾ ਨਹੀਂ ਰਹੇ ਨਾ ਤੇ ਗਾਣ ਦੀ ਖਿਦਮਤ ਵਿੱਚ ਨਾਮ ਹੋ ਜਾਏਗਾ ਕਿ ਉਹਨਾਂ ਨੇ ਕੋਈ ਨਵੇਂ ਕੰਮ ਕੀਤੇ ਸਨ ਯੂ ਨੋ ਬਿਲਕੁਲ ਬਿਲਕੁਲ ਕੀਤੇ ਸਨ ਦੇ ਵਿੱਚ ਤੇ ਆਉਂਦਾ ਹੈ ਨਾ ਹਰ ਬੰਦਾ ਬਿਲਕੁਲ ਆਉਂਦਾ ਜੀ ਬਿਲਕੁਲ ਤਾਂ ਮਾਈ ਸਟੂਡੀਓ ਮਾਈ ਸਟੂਡੀਓ ਚ ਵੈਲਕਮ ਹੈ ਜੀ ਨਿਊ ਆਰਟਿਸਟ ਔਰ ਨਿਊ ਕਿਸਮ ਦਾ ਮਿਊਜ਼ਿਕ ਐਨੀਥਿੰਗ ਨਿਊ ਕ੍ਰੀਏਟੀਵਿਟੀ
और मैं तो आ जड़ी तुसी हुने सानू आ जड़ी चीज सुनाई है कई हर बंदे नू कई बंदे नू तो एदा सामी ना फड़े सामी नी फड़े जाएगा सामी नी फड़े जाना जो जो जिस जो तुसी गाया इस वक्त और अच्छा वो मॉडर्न तानू है देखो ना वो दी विच ਹੁਣ ਜੇ ਤੁਸੀਂ ਅਸੀਂ ਉਹਨੂੰ ਬਿਠਾ ਕੇ ਗਾ ਰਹੇ ਜਦੋਂ ਇੰਜ ਗਾਣਾ ਆਪਣਾ ਉਹਨੇ ਮਾਡਰਨ ਹੋ ਜਾਣਾ ਦੇਖੋ ਨਾ ਗੱਲਾਂ ਸੁਣ ਮੇਰੀਆਂ ਕੰਨੀਆਂ ਮੈਂ ਤੇਰੀਆਂ ਤੁਸੀਂ ਜਦੋਂ ਗਿਟਾਰ ਇਹ ਮਤਲਬ ਇਹ ਫੀਲ ਆਫ ਸਿੰਗਿੰਗ ਹੈ ਕਿ ਤੁਸੀਂ ਹੁਣ ਜਦੋਂ ਇੰਜ ਕਹਿਣਾ लेकिन जो अब ये तो रह गई ना हंसी की बात, अब जो ये किया गया है कि हमने स्टार्ट कर रहे हैं ना, बात ये हो रही कि फौरन से खर्ज से पंचम तक एंड मुरब्बा बनाना सारी चीजों का कट सही गा एवं डेढ़ दो मिनट से उधर ना खेलना सो इस तरह फिर कंपोजिशंस कीतियां दी डेढ़ियां है ना सारे सुरां चे ना सारे रागां चे के दस दस बारह बारह राग प्रॉपर नहीं यूज हो रहे नहीं क्या काम की और मैं तो नू ਕਿਸੇ ਦਿਨ ਮੈਂ ਉਹ ਰਿਕਾਰਡ ਕਰਕੇ ਤੁਹਾਨੂੰ ਭੇਜਾਂਗਾ ਜਿਹੜਾ ਖਰਚ ਰੱਖ ਕੇ ਤੇ ਫਿਰ ਖਰਚ ਕਿੰਨੀ ਦੇਰ ਗਾਇਬ ਰਹੇਗਾ ਵਾਹ 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 ਕੀ ਬਾਤ ਹੈ ਸਰ ਤੁਹਾਡੋ ਸਿੱਖਣ ਨੂੰ ਮਿਲ ਰਿਹਾ ਬੜਾ ਕੁਝ ਬਹੁਤ ਮਿਹਰਬਾਨੀ ਜੀ ਸਾਡੀ ਆਡੀਅੰਸ ਕਰ ਲੈ ਸ਼ੁਰੂ ਕਰ ਦਿੱਤੇ ਕੋਈ ਗੱਲ ਨਹੀਂ ਲੇਕਿਨ ਮੈਂ ਫਿਰ ਵੀ ਕਿਉਂਕਿ ਮੈਂ ਇਸ ਲਈ ਇਹ ਸਾਰੀ ਲੈਂਗੁਏਜ ਜਾਂ ਇਹ ਸਾਰਾ ਬੋਲ ਰਹਾ ਹੂੰ ਕਿ ਆਪ इतनी मेहनत से ये करते हो ना तो थोड़ा सा लाइवली सा जाना चाहिए लोगों को इंफॉर्मेटिक होना चाहिए थोड़ा सा हंसा मजाक होना चाहिए रहा और संजीदगी ऑफ सिंगिंग वो कोई एडी जरूरी नहीं होंगी कि भी बहुत ज्यादा संजीदा ही हो जाओ तुम जानते लोग कि तुम जिन्ना गाते हो या जो भी है
ਸਹੀ ਗੱਲ ਬਿਲਕੁਲ ਸਹੀ ਤੇ ਸਰ ਹੁਣ ਇਹ ਦੱਸੋ ਕਿ ਮੈਨੂੰ ਤੇ ਵਾਕਈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਵਿੱਚ ਝਲਕ ਨਜ਼ਰ ਆਈ ਬੜੀ ਥਾਵਾਂ ਤੇ ਕਿਉਂਕਿ ਏਦਾਂ ਹੀ ਉਹ ਇੱਕ ਫਰੈਸ਼ਨੈਸ ਜਿਹੀ ਲੈ ਕੇ ਆਏ ਸੀ ਜਦੋਂ ਇਕਦਮ ਕਵਾਲੀਆ ਦਾ ਰੁਖ ਉਹਨਾਂ ਨੇ ਬਦਲਤਾ ਸਾਹਿਬ ਸਭ ਉਨਕੀ ਉਨਕਾ ਹੀ ਸਦਕਾ ਹੈ ਥੈਂਕ ਯੂ ਔਰ ਸਾਨੂੰ ਇਹ ਯਾਦ ਤਾਜ਼ਾ ਕਰਾਉਣ ਵਾਸਤੇ ਖਾਨ ਸਾਹਿਬ ਦੀ ਬਹੁਤ ਬਹੁਤ ਥੈਂਕ ਯੂ ਔਰ ਮੈਂ ਇਹ ਪੁੱਛਣਾ ਚਾਹਾਂਗੀ ਖਾਨਦਾਨ ਦੇ ਵਿੱਚ ਹੁਣ ਮੈਨੂੰ ਪਤਾ ਕਿ ਪੋਤਾ ਤੇ ਤਬਲਾ ਵਜਾ ਹੀ ਰਿਹਾ ਤੇ ਹੋਰ ਕੋਈ ਸਿੰਗਰ ਹੈ ਖਾਨਦਾਨ ਦੇ ਵਿੱਚ ਤੁਸੀਂ ਤਿੰਨ ਭਰਾ ਹੋ ਤਿੰਨ ਭਰਾ ਮੇਰੇ ਵੱਡੇ ਭਾਈ ਜਿਹੜੇ ਹੁਣ ਨੇ ਉਹ ਜਰੇਦ ਸਾਹਿਬ ਦੀ ਸੀਟ ਤੇ ਕੰਮ ਕਰ ਰਹੇ ਨੇ ਜੀ ਕਿਉਂਕਿ ਸਾਡੀ ਆਦਤ ਹੈ ਕਿ ਪਹਿਲੇ ਪੜ੍ਹਾਈਆਂ ਹੁੰਦੀਆਂ ਨੇ ਸਾਡੇ ਫਿਰ ਅੱਗੇ ਬੱਚਿਆਂ ਨੂੰ ਕਰੀਦਾ ਹੈ ਬੱਚੇ ਪੜ੍ਹ ਰਹੇ ਤੇ ਹੁਣ ਮਸੂਰ ਸਲਾਮਤ ਮੇਰੇ ਤੋਂ ਵੱਡੇ ਭਾਈ ਨੇ ਜਿਹੜੇ ਤੁਸੀਂ ਦੇਖੇ ਹੋਗੇ ਨਾਲ ਹੁਣ ਉਹ ਪੈਂਦੇ ਨੇ ਤੇ ਕਵਾਲੀ ਵਿੱਚ ਉਹ ਪੈਂਦੇ ਨੇ ਤੇ ਮੇਰਾ ਛੋਟਾ ਭਰਾ ਸੁਹੇਲ ਸਲਾਮਤ ਹੀ ਇਜ਼ ਇਨ ਯੂਕੇ ਇਜ਼ ਵੈਰੀ ਪੋਪੂਲਰ ਪੋਪ ਸਿੰਗਰ ਦੇਅਰ ਹਾਂਜੀ ਉਹ ਬਹੁਤ ਅੱਛਾ ਸੁਹੇਲ ਸਲਾਮਤ ਲਿਖੋਗੇ ਤੇ ਤੁਹਾਨੂੰ ਬਿਲਕੁਲ ਨੇਟ ਐਪ ਹੀ ਨਜ਼ਰ ਆਏਗਾ ਬਹੁਤ ਮਾਸ਼ਾਅੱਲਾ ਵੈਰੀ ਗੁੱਡ ਸੁਹੇਲਾ ਔਰ ਉਹ ਅਜੀ ਸਭ ਤੋਂ ਛੋਟਾ ਹੈ ਖੁਸ਼ਨੂਦ ਸਲਾਮਤ ਉਹ ਵੀ ਮਾਸ਼ਾਅੱਲਾ ਜਦੋਂ ਤੁਸੀਂ ਲਿਖੋਗੇ ਨੈਟ ਹੁਣ ਤੇ ਬੰਦਾ ਇੱਦਾਂ ਹੀ ਕਹਿੰਦਾ ਨਾ ਨੈਟ ਤੇ ਲਿਖ ਲਓ ਤੇ ਜ਼ਿਆਦਾ ਜ਼ਿਆਦਾ ਇਹੀ ਗੱਲ ਹੁੰਦੀ ਜੀ ਫਲਾਨਾ ਨੈਟ ਤੇ ਲਿਖ ਲਓ ਤੇ ਇਹ ਵੀ ਤੁਸੀਂ ਲਿਖ ਲਿਆ ਤੁਹਾਨੂੰ ਮਤਲਬ ਫੈਮਿਲੀ ਦੇ ਵਿੱਚ ਸ਼ੁਕਰ ਹੈ ਅੱਲਾ ਦੀ ਦਾਤ ਹੈ ਜੀ ਸਾਰੇ ਸੁਰੀਲੇ ਹੈ ਨੇ ਅੱਲਾ ਪਾਕ ਨੇ ਐਸਾ ਕੀਤਾ ਮੇਰਾ ਬੇਟਾ ਇਜ਼ ਵੈਰੀ ਟੈਲੈਂਟਡ ਬਹੁਤ ਉਹ ਤਤਹੀਰ ਨਦੀਮ ਸਲਾਮਤ ਉਸਦਾ ਨਾਮ ਹੈ ਔਰ ਉਹ ਮਤਲਬ ਜਿੰਨਾ ਮੈਂ ਕਰ ਰਿਹਾ ਨਾ ਜੀ ਉਹ ਤਕਰੀਬਨ ਇੰਨਾ ਹੀ ਕਰ ਰਿਹਾ ਹੈਗਾ ਉਹ 13 ਸਾਲ ਦਾ ਯਾਨੀ ਮੈਨੂੰ ਕਿਸੇ ਨੇ ਪੜ੍ਹਿਆ ਨਾ ਫੋਰਨ ਤੇ ਮੈਂ ਕਹਿ ਸਕਦਾ ਕਿ ਮੇਰੇ ਪੁੱਤਰ ਨੇ ਪੜ੍ਹਿਆ ਕੱਲ ਉਹ ਤੁਹਾਡੇ ਲਈ ਕੈਮਰਾ ਕੁਮਰਾ ਉਹੀ ਸਿੱਧਾ ਕਰ ਰਿਹਾ ਸੀ ਮੈਂ ਸਮਝ ਗਈ ਸੀ ਖੁਸ਼ੀ ਹੁੰਦੀ ਮੈਨੂੰ ਕਿ ਅੱਲਾ ਪਾਕ ਜੇ ਤੂੰ ਮੇਰਾ ਬੇਟਾ ਨਾ ਵੀ ਕਰਦਾ ਤੇ ਮੈਂ ਕੀ ਕਰ ਲੈਂਦਾ ਅੱਲਾ ਦੀ ਇਨਾਇਤ ਬਹੁਤ ਵੱਡੀ ਕਈ ਵੱਡੇ ਵੱਡੇ ਖਾਨਦਾਨ ਉਹਨਾਂ ਦੇ ਬੱਚੇ ਅੱਗੇ ਨਹੀਂ ਗਾ ਪਾਏ ਇਸ ਲਈ ਕਿ ਇਹ ਇੰਡੀਵਿਜੁਅਲ ਗਿਵ ਹੈ ਗੋਡ ਦੀ ਅੱਲਾ ਦੀ ਕਿ ਜਿਹਨੂੰ ਦੇਣਾ ਉਹਨੂੰ ਡਾਇਰੈਕਟ ਹੀ ਦੇਣਾ ਉਹਨੂੰ ਤੇ ਜੇ ਹੋ ਜਾਵੇ ਤੇ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਜੇ ਹੋ ਜਾਏ ਤੇ ਇਹ ਨਹੀਂ ਵੀ ਹੁੰਦਾ ਕਈ ਗੱਲ ਸਹੀ ਗੱਲ ਹੈ ਤੇ ਖਾਨ ਸਾਹਿਬ ਨੂੰ ਦੱਸੋ ਹਾਂਜੀ ਕਿ ਹੁਣ ਲੋਕ ਅਗਰ ਜਿਵੇਂ ਹੁਣ ਤੁਸੀਂ ਸਟੂਡੀਓ 'ਚ ਬੈਠੇ ਹੋ ਇਸ ਵਕਤ ਬੱਚੇ ਦੇ ਇੰਸਟੀਟਿਊਟ ਤੇ ਸਿਖਾਉਂਦੇ ਹੋ ਔਰ ਅਗਰ ਤੁਹਾਡੇ ਨਾਲ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਔਨਲਾਈਨ ਵੀ ਕਲਾਸਾਂ ਦੇ ਦਿੰਦੇ ਹੋ ਯਾ ਦੇ ਰਿਹਾ ਮੈਂ ਮੈਂ ਸੋਚਦੀ ਹਾਂ ਕਿ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਜਿਹੜਾ ਆਰਟ ਹੈ ਉਹ ਵੰਡਣਾ ਬਹੁਤ ਜ਼ਰੂਰੀ ਹੈ ਤਾਂ ਕਿ ਤਹੇ ਦੁਨੀਆ ਤੱਕ ਤੁਹਾਡਾ ਨਾਮ ਹੋਰ ਜ਼ਿਆਦਾ ਕਿਹੜੀ ਐਸੀ ਚੀਜ਼ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਿ ਉਹ ਸਹੀ ਦਿਸ਼ਾ ਚ ਚਲੇ ਜਾਣ ਬਹੁਤ ਅੱਛੀ ਗੱਲ ਕੀਤੀ ਤੁਸੀਂ ਪਹਿਲੀ ਤੇ ਗੱਲ ਇਹ ਜੀ ਕਿ ਅੱਜ ਕੱਲ ਜਿੰਨਾ ਵੀ ਗਾਉਣ ਵਜਾਉਣ ਮੁੰਡੇ ਗਾ ਰਹੇ ਨੇ ਉਹ ਇੱਕ ਤੇ ਉਹਨਾਂ ਨੂੰ ਅੱਲਾ ਪਾਕ ਨੇ ਟੈਲੈਂਟ ਦੀ ਬਹੁਤ ਜ਼ਿਆਦਾ ਸਪੀਡ ਹੋ ਗਈ ਹੈ ਮੌਲਾ ਵੱਲੋਂ ਦੇ ਰਹੇ ਨੇ ਇੰਜ ਖੁੱਲਾ ਬੱਚੇ ਸਾਰੇ ਬਹੁਤ ਟੈਲੈਂਟਡ ਲੇਕਿਨ ਕਿਸੇ ਬਜ਼ੁਰਗ ਨੇ ਕਿਹਾ ਕਿ ਗਾਣ 'ਚ ਅਵਾਰਗੀ ਨਹੀਂ ਹੋਣੀ ਚਾਹੀਦੀ ਉਹ ਗਾਣਾ ਤੇ ਅੱਲਾ ਪਾਕ ਨੇ ਉਹਨੂੰ ਦੇ ਦਿੱਤਾ ਲੇਕਿਨ ਜਦ ਤੱਕ ਉਹ ਕਿਸੇ ਉਸਤਾਦ ਦੀ ਦੁਆ ਨਹੀਂ ਲਏਗਾ ਉਸਤਾਦ ਦਾ ਹੱਥ ਨਹੀਂ ਸਿਰ ਤੇ ਆਏਗਾ ਉਹਦਾ ਗਾਣਾ ਅਵਾਰਾ ਹੈ ਅਵਾਰਗੀ ਹੈ ਉਹਦੇ 'ਚ ਕਿਉਂਕਿ ਸੁਰ ਅੱਲਾ ਕੀ ਜ਼ਾਤ ਦਿੱਤੀ ਹੈ ਸੁਰ ਉਸਤਾਦ ਨਹੀਂ ਦਿੱਤਾ ਸਹੀ ਬਾਤ ਜੇ ਵੀ ਮੈਂ ਕੋਟ ਕਰ ਦੂੰ ਆਪਕੋ ਜਿਹੜੇ ਉਸਤਾਦ ਜੀ ਕੋਈ ਵੀ ਉਸਤਾਦ ਹੋਣ ਪੂਰੇ ਵਰਲਡ 'ਚ ਕੋ ਕਹਿਣ ਮੈਂ ਸੁਰੇ ਨੂੰ ਸੁਰ 'ਚ ਕਰ ਦਿਆਂਗਾ ਤੇ ਉਸਤਾਦ ਜੀ ਦਾ ਬਿਲਕੁਲ ਪਤਾ ਲਵੋ ਕੌਣ ਹੈ ਸੁਰ ਆਪਕਾ ਪੈਦਾ ਹੋਤਾ ਹੈ ਆਪਕੇ ਸਾਥ ਜੋ ਬੇਸੁਰਾ ਹੈ ਵੋ ਵੀ ਪੈਦਾ ਹੋਤਾ ਹੈ ਵਾਹ ਸਹੀ ਗੱਲ ਹੈ
तो जो पैदायशी चीज होती है उसमें रद्दो बदल नहीं होता। बिल्कुल सही, आपकी शक्ल बदलती नहीं है, जैसे आप पैदा होते हैं वही शक्ल रहती है। सही गल है, ठीक है ना जी। आपने बड़े होने हैं तो आप जाहिर है एक एजिज 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 होती है, ऐसे ही सूरत तुहानू अल्लाह पाक अनायत करके पैदा करदा, और जदों पैदा हो गया ते ओ फिर उस्ताद जी की करदे ने, जिवें असीं कहने ना कि बेटे अपने बच्चे नूं बेटे चचा से ऐसे नहीं बोलते, अम्मी ना इस तरह गल नहीं करदे, बाहर जाईदा इंज मैनर्स हुंदे ने, ओ फिर उस्ताद मैनर्स दसदा, उहदी लैंग्वेज दसदा है। बिल्कुल, ਕਿ ਬੇਟਾ ਆ ਜਿਹੜਾ ਨਾ ਇੰਜ ਹੁੰਦਾ ਹੈ, ਇਹਨੂੰ ਇੰਜ ਨਹੀਂ ਕਰੀਦਾ, ਅਵਰਧ ਇੰਜ ਨਹੀਂ ਕਹੀ। ਬਿਲਕੁਲ ਸਹੀ, ਕਿਉਂਕਿ ਇੱਕ ਗੱਲ ਹੋਰ ਤਾਂ ਦੱਸਾਂਗੇ ਜੀ, ਜਿਹੜੀ ਅਵਰਧ ਹੁੰਦੀ ਨਾ, ਅਵਰਧ ਕਹਿੰਦੇ ਅਸੀਂ, ਆਪ ਸਮਝਦੇ ਹੋ ਨਾ, ਅਵਰਧ ਪਤਾ ਨੀ ਤੁਹਾਡੇ ਅਵਰਧ ਹੀ ਕਹਿੰਦੇ ਨੇ ਕਿ ਕਹਿੰਦੇ ਨੇ, ਅਵਰਧ ਹੀ ਕਹਿੰਦੇ ਨੇ ਜਿਹੜਾ ਨਾ ਹਰਕਤ ਲੈਣਾ, ਹਰਕਤ ਲੈਣਾ, ਔਰ ਤੁਸੀਂ ਹਰਕਤ ਕਹਿੰਦੇ ਹੋ, ਸੋਰੀ ਜੀ ਮੈਨੂੰ ਮਾਫ਼ੀ ਦੇ ਦੇਣਾ, ਮੈਨੂੰ ਪਤਾ ਹੁਣ ਪੇਂਡੂ ਵੀ ਹੁੰਦੀ ਹੈ ਤੇ ਪੜ੍ਹੀ ਲਿਖੀ ਵੀ ਹੁੰਦੀ, ਕਿਉਂਕਿ ਅਕਸਰ ਤੁਸੀਂ ਦੇਖੋਗੇ ਕਈ ਗਾਣ ਵਜਾਣੇ ਬੜਾ ਅੱਛਾ ਗਾ ਰਹੇ ਹੁੰਦੇ ਲੇਕਿਨ ਅਵਰਧ ਪੇਂਡੂ ਹੁੰਦੀ ਹੈ, ਅਨਪੜ੍ਹ ਹੁੰਦੀ, ਹੁੰਦੀ ਤੇ ਉਹ ਵੀ ਅਵਰਦੀ ਹੈ, ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਉਹ ਵੀ ਬੰਦਾ ਹੀ ਹੁੰਦਾ, ਜਿਹੜਾ ਅਨਪੜ੍ਹ ਹੁੰਦਾ ਉਹ ਵੀ ਬੰਦਾ ਹੀ ਹੁੰਦਾ, ਜਿਹਨਾਂ ਕੱਚੇ ਕੱਚੇ ਤੇ ਉਹ ਫਿਰ ਉਹ ਇਸ ਤਰ੍ਹਾਂ ਇਹ ਜੀ ਥੋੜੀਆਂ ਚੀਜ਼ਾਂ, ਮੈਨੂੰ ਨੀ ਪਤਾ ਮੇਰਾ ਗਾਉਣ ਵਜਾਉਣ ਕੀ ਹੈ, ਲੇਕਿਨ ਇਧਰੋਂ ਮੇਰਾ ਬਹੁਤ ਜ਼ਿਆਦਾ ਚੱਲਦਾ ਜੀਨ ਕਿ ਇਸ ਤਰ੍ਹਾਂ ਇਹ ਕੀ ਹੁੰਦਾ ਇਹ ਕੀ ਹੁੰਦਾ, ਉਹਨੂੰ ਮੈਂ ਵੈਸਟਰਨ ਮਿਊਜ਼ਿਕ ਨੂੰ ਵੀ ਪਾ ਕੇ ਤੇ ਇਧਰੋਂ ਉਧਰੋਂ ਵੀ ਦੇਖ ਕੇ ਮੈਨੂੰ ਫੈਸਿਲੀਟੇਸ਼ਨਸ ਵੀ ਨਹੀਂ, ਤਾਂ ਮੈਂ ਆਈ ਵਾਸ ਨਾਟ ਫੈਸਿਲੀਟੇਟ ਫੁੱਲ ਆਫ ਯੂ ਨੋ ਦ ਨੋਲੇਜ, ਮੇਰਾ ਕੋਈ ਐਸਾ ਮੇਰੀ ਕੋਈ ਮਤਲਬ ਕਵਾਲੀਆਂ ਕਰ ਰਹੇ ਹਾਂ ਘਰ 'ਚ ਬੈਠੇ ਹਾਂ, ਆਪੇ ਹੀ ਜਿਤਨਾ ਗੇਨ ਕੀਤਾ ਆਪੇ ਹੀ ਕੀਤਾ ਨੋਲੇਜ। ਸਰ ਰਿਆਜ਼ ਹੀ ਇਹ ਜਿਹੜੀ ਚੀਜ਼ ਹੈ ਨਾ ਇਹ ਆਪ ਹੀ ਲੱਭਣੀ ਪੈਂਦੀ ਹੈ, ਰਿਆਜ਼ ਦੇ ਥਰੂ ਲੱਭਣੀ ਪੈਂਦੀ, ਇਹੀ ਗੱਲ ਹੈ। ਇਸ ਤੋਂ ਐਵੇਂ ਉਹ ਮੁੰਡੇ ਜਿਹੜੇ ਅੱਜ ਕੱਲ ਜੀ ਉਹਨਾਂ ਦੀ ਗੱਲ ਮੈਂ ਕੰਪਲੀਟ ਕਰਦੇ ਹਾਂ, ਉਹ ਗਾ ਕੇ ਤਿੰਨ ਚਾਰ ਗਾਣੇ ਕੌਨਫੀਡੈਂਟ ਬਹੁਤ ਹੋ ਜਾਂਦੇ ਨੇ, ਉਹਨਾਂ ਲਈ ਉਹ ਨੁਕਸਾਨਦੇਹ ਚੀਜ਼ ਹੈ ਜੀ। ਬਸ ਉਹ ਨੁਕਸਾਨ ਨਾ ਉਠਾਏ, ਅਗਰ ਤਿੰਨ ਗਾਣੇ ਉਸਨੇ ਗਾ ਲਈ ਹੈ ਔਰ ਲੋਕਾਂ ਨੇ ਉਹਨੇ ਦਾਤ ਦੇ ਦੀ ਹੈ ਤਾਂ ਉਹ ਸਮਝ ਲਏ ਕਿ ਯੂ ਆਰ ਸਟਿਲ ਔਨ ਜ਼ੀਰੋ, ਪਤਾ ਨੀ ਕਿੱਦਾਂ ਜਦੋਂ ਸਮੁੰਦਰ ਚ ਚੁੱਭੀ ਮਾਰੋ ਨਾ ਜੀ ਤੇ ਉਹ ਫਿਰ ਕਾਫੀ ਵੱਡਾ ਹੈ। ਸਹੀ ਗੱਲ ਹੈ, ਸਮੁੰਦਰ ਤੇ ਫਿਰ ਸਮੁੰਦਰ ਹੈ ਨਾ, ਤੁਸੀਂ ਜੇ ਨੁੱਕਰ ਤੇ ਚੁੱਭੀ ਮਾਰ ਕੇ ਤੇ ਬਾਹਰ ਆ ਕੇ ਕਿਹਾ ਵੀ ਬਹੁਤ ਨਾ ਲਿਆ ਬਈ, ਗਲਤ ਹੈ। ਬਿਲਕੁਲ ਸਹੀ ਗੱਲ ਹੈ, ਉੱਥੇ ਇੰਜ ਕਰਕੇ ਅੰਦਰ ਜਾ ਕੇ ਐਵੇਂ ਗਿੱਟੇ ਗਿੱਲੇ ਕਰਕੇ ਬਾਹਰ ਆ ਕੇ ਗੁੱਡ ਹੋ ਗਿਆ ਬਈ, ਇਹ ਗੱਲ ਹੈ। ਮੈਂ ਗੱਲਾਂ ਕਰਕੇ ਬਹੁਤ ਅੱਛਾ ਲੱਗ ਰਿਹਾ ਔਰ ਬੜੀ ਅੱਛੀ ਨੋਲੇਜ ਸੀ ਮੈਨੂੰ, ਛਾਪੀ ਹੈ ਨਾ ਜੀ, ਮੈਨੂੰ ਤੁਹਾਡੀ ਉਹ ਗੱਲ ਬੜੀ ਵਧੀਆ ਲੱਗੀ ਕਿ ਜਿਹੜਾ ਬੇਸੁਰੇ ਨੂੰ ਸੁਰ ਚ ਕਰੇ ਉਸਤਾਦ ਨੂੰ ਲੱਭੋ ਫੜੋ, ਬਿਲਕੁਲ ਫੜੋ, ਫੋਟੋ ਪਾਓ ਜਿਹੜਾ ਉਸਤਾਦ ਕਹਿੰਦਾ ਨਾ ਤੇ ਮੈਂ ਸਰਚ ਕਰਾਂਗਾ ਉਹਦੀ ਫੋਟੋ ਲੱਭ ਕੇ ਤੇ ਉਹ ਚੈਨਲਸ ਤੇ ਲਵਾਉਣੀਆਂ ਚਾਹੀਦੀ, ਔਰ ਫਿਰ ਕਹਿਣਾ ਚਾਹੀਦਾ ਗੌਰ ਸੇ ਦੇਖੋ ਇਸ ਆਦਮੀ ਕੋ ਜਿਤਨੇ ਬਿਸੁਰੇ ਜਿਤਨੇ ਜਿਤਨੇ ਬਿਸੁਰੇ ਇਨਕੇ ਪਾਸ ਭੇਜੋ, ਇਸ ਨੇ ਐਸੇ ਕਹਾ ਹੈ ਗਾਇਸ ਨੇ ਐਸੇ ਕਹਾ। ਆਲ ਰਾਈਟ ਰੋਜੀ ਮਨੀਬ ਸ਼ੇਖ ਜੀ ਗੱਲਾਂ ਸੁਣ ਮੇਰੀਆਂ ਜੀ ਗਾ ਦਿੱਤਾ ਆਲਰੇਡੀ, ਅੰਸ ਜੀ ਅੰਸ ਅਬਾਸ ਜੀ ਅਗੇਨ ਥੈਂਕ ਯੂ, ਸਤਿ ਸ਼੍ਰੀ ਅਕਾਲ, ਪੰਡਿਤ ਓਮਕਾਰਨਾਥ ਜੀ ਰਾਣੀ ਪਾਰਸ ਐਕਸਲੈਂਟ, ਵਾਹ ਤਬਲਾ ਵੀ ਕਮਾਲ ਹੈ, ਮੇਰੀ ਛੋਟੀ ਸਿਸਟਰ ਨੇ ਵੀ ਬਹੁਤ ਅੱਛਾ ਗਾਉਂਦੇ ਨੇ, ਵਿਭਾ ਜੀ ਕਿਹਾ ਕੈਸੀ ਆ ਵਿਭਾ ਸ਼੍ਰੀਵਾਸਤਵਾ, ਵਾਹ ਬਹੁਤ ਬਹੁਤ ਕਮਾਲ, ਇਰਸ਼ਾਦ ਸਾਹਿਬ ਜੀ ਜੀ ਅਗੇਨ ਤੁਸੀਂ ਕੁਛ ਲਿਖਦੇ ਹੋ ਪਰ ਮੈਂ ਜ਼ਿਆਦਾ ਹੁਣ ਨਾਮ ਨਹੀਂ ਲੈਣਾ ਸ਼ੌਕਾ ਹੀ ਨਾ ਹੋ ਜਾਏ, ਅਤੇ ਸ਼ੈਰੋਨ ਜੋਰਜ ਜੀ, ਸ਼ੈਰੋਨ ਜੀ ਤੁਸੀਂ ਕਿੱਥੋਂ ਦੀ ਹੋ, ਪਾਕਿਸਤਾਨ ਤੋਂ, ਇੰਡੀਆ ਤੋਂ, ਜਿੱਥੋਂ ਦੇ ਵੀ ਹੋ ਜ਼ਰੂਰ ਦੱਸਿਓ, ਉਹ ਤੁਹਾਨੂੰ ਥਮਸ ਅਪ ਦੇ ਰਹੇ ਨੇ ਔਰ
राजा अकीम लिख रहे ने क्या कहने खान साहब गुरजीत सिंह रिंकू ग्रेट शो हो रहा अज शरण जी अगेन लिखते ने उफ हुन केड़ी जगह ते उफ ए जी रिंकू रिंकू जड़े ना जी ओ तड़ा मेरा शागिर्द है जी तो तड़े कोल ही रहंदा इथे अच्छा ओ वाओ वाशिंगटन डीसी रहंदा मेरा ख्याल है उन्हें मैंने ये दर्शे नहीं कभी लेकिन है कि मेरा जी बड़ा प्यारा शागिर्द है बच्चा ਮੈਨੂੰ ਇਥੋਂ ਇਥੋਂ ਅਮਰੀਕਾ ਤੋਂ ਬਹਿ ਕੇ ਤੇ ਪਾਕਿਸਤਾਨ ਚ ਆ ਕੇ ਦੋਇਆ ਜੀ ਕੀ ਬਾਤ ਹੈ ਵਾਹ ਜੀ ਵਾਹ ਮੈਂ ਯਾਹ ਜੀ ਸ਼ਿਕਰਤਾ ਵਾਸਤੇ ਵੀ ਤਾਲੀ ਯੈਸ ਐਫ ਜੀ ਸ਼ਿਕਰਤਾ ਦੀ ਤਾਲੀ ਤੇ ਮੈਂ ਚਾਹੁੰਗਾ ਕਿ ਹੋਰ ਲੋਕੀ ਵੀ ਆਨਲਾਈਨ ਸਿੱਖਣ ਮੁਨੀਬ ਜੀ ਲਿਖਦੇ ਨੇ ਵਾਕਈ ਆਰ ਡੀ ਬਰਮਨ ਮਿਊਜ਼ਿਕ ਵਾਹ ਵਾਹ ਔਰ ਬੰਬੈਸਟਿਕ ਬੰਬੈਸਟਿਕ ਵਾਹ ਜੀ ਬਲਾਸਟ ਕਰ ਰਹੇ ਨੇ ਵਾਕਈ ਕਰ ਰਹੇ ਨੇ ਔਰ ਗੁਰਜੀਤ ਸਿੰਘ ਜੀ ਅਗੇਨ ਥੈਂਕ ਯੂ ਜੀ ਔਰ ਦੱਸਣਾ ਅਗਰ ਤੁਸੀਂ ਅਗਰ ਸਾਨੂੰ ਰੀਚ ਕਰ ਸਕਦੇ ਹੋ ਨਦੀਮ ਭਾਈ ਯੂ ਆਰ ਬਲੈਸਿੰਗ ਡੋਲੀ ਦੀਦੀ ਕਹਿ ਰਹੇ ਨੇ ਰਾਣੀ ਜੀ ਅਗੇਨ ਕਹਿ ਰਹੇ ਨੇ ਵਾਓ ਕੀ ਬਾਤ ਕੁਲਦੀਪ ਪੜਨਾ ਗੁਰਜੋਰ ਜੀ ਕੀ ਕਹਿ ਰਹੇ ਹੋ ਸ਼ਰਮ ਜੋਰਜ ਕਹਿ ਰਹੇ ਜਾਣੇ ਮੈਂ ਕਿਸ ਖੋਜ ਮੈਂ ਜਾਣੇ ਮੈਂ ਕਿਸ ਖੋਜ ਮੈਂ ਪਲੀਜ਼ 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 ਗੁੰਮ ਹੂੰ ਜਾਣੇ ਮੈਂ ਕਿਸ ਖੋਜ ਮੈਂ ਹੂੰ ਕਿਆ ਕਿਆ ਸੋਚਤਾ ਰਹਿਤਾ ਹੂੰ ਡੋਲੀ ਦੀਦੀ ਨੇ ਵਾਹ 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 ਲਿਖੀ ਹੈ ਔਨ ਸਵਾਜ ਨੂੰ ਵੀ ਕੋਰੋਨਾ ਦੇ ਵਿੱਚ ਆਰਟਿਸਟ ਹੀ ਇੱਕ ਐਸੇ ਨੇ ਜਿਹੜੇ ਸਾਨੂੰ ਇਸ ਵਕਤ ਜ਼ਿੰਦਾ ਰੱਖਿਆ ਹੋਇਆ ਸਾਨੂੰ ਮਤਲਬ ਮੈਂ ਜਿੰਨੀ ਆਡੀਅੰਸ ਹੈ ਉਹਨਾਂ ਸਾਰਿਆਂ ਨੂੰ ਵਿੱਚ ਸ਼ਾਮਿਲ ਕਰ ਰਹੀ ਹੈ ਕਿ ਸਾਨੂੰ ਇੰਟਰਟੇਨ ਕਰ ਰਹੇ ਨੇ ਔਰ ਇਹਨਾਂ ਨੂੰ ਐਟਲੀਸਟ ਆਪਾਂ ਐਪਰੀਸ਼ੀਏਸ਼ਨ ਦੇ ਸਕਦੇ ਹਾਂ ਐਟਲੀਸਟ ਅਸੀਂ ਥੈਂਕ ਯੂ ਲਿਖ ਸਕਦੇ ਹਾਂ ਸਾਡੀ ਤਰਫੋਂ ਜਸਟਿਸ ਦੇ ਸਕਦੇ ਹਾਂ ਸੋ ਮੈਂ ਇਸ ਗੱਲ 'ਚ ਥੋੜ੍ਹਾ ਜਿਹਾ ਉਹ ਕਰੂੰਗਾ ਕਿ ਤੁਸੀਂ ਸਾਡੇ ਸੋਲ ਨੂੰ ਖੁਸ਼ ਕਰ ਰਹੇ ਹੋ ਜਿਹੜੀ ਆਤਮਾ ਹੈ ਅੰਦਰ ਸਾਡੀ ਐਗਜ਼ੈਕਟਲੀ ਤੁਸੀਂ ਉਹਨੂੰ ਖੁਸ਼ ਕਰ ਰਹੇ ਕਿਉਂਕਿ ਪੋਜ਼ਿਟਿਵ ਆਤਮਾ ਪੋਜ਼ਿਟਿਵ ਸੋਚ ਹੀ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਸ਼ੈਂਪੀ ਮੱਕਰ ਬੜੇ ਟਾਈਮ ਬਾਅਦ ਆਇਆ ਆਲ ਦਾ ਵੇ ਫਰਮ ਅੰਮ੍ਰਿਤਸਰ ਸ਼ੈਂਪੀ ਸਭ ਤੋਂ ਪਹਿਲਾਂ ਤੇ ਖਾਨ ਸਾਹਿਬ ਦਾ ਨੰਬਰ ਲੈ ਕੇ ਨਾ ਤੂੰ ਸਿੰਗਰ ਬਣਨਾ ਨਾ ਪਹਿਲਾਂ ਇਹਨਾਂ ਤੋਂ ਸਿੱਖ ਸਿੱਖ ਸਹੀ ਗੱਲ ਹੈ ਸ਼ਗਿਰਦੀ ਲੈ ਹਾਂ ਪਹਿਲਾਂ ਸ਼ਗਿਰਦੀ ਇਹ ਆਮ ਕਿਸੇ ਨੂੰ ਸ਼ਗਿਰਦ ਨਹੀਂ ਬਣਾਉਂਦੇ ਪਰ ਮਾਈ ਟੀਵੀ ਕਰਕੇ ਹੋ ਸਕਦਾ ਤੁਹਾਨੂੰ ਸ਼ਗਿਰਦ ਲੈ ਵੀ ਲੈਣ ਮੈਂ ਤੁਹਾਡੀ ਗੱਲ ਸੁਣਾਉਣਾ ਤਾਰਿਕ ਖਾਨ ਸਾਹਿਬ ਆਏ ਹੋਏ ਸੀਗੇ ਦਿੱਲੀ ਤੇ ਉੱਥੇ ਸਾਰੇ ਜਵਾਨ ਬੱਚੇ ਬਹਿ ਗਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਸ਼ਗਿਰਦ ਆਉਣਾ ਤਾਂ ਕਹਿੰਦੇ ਸੁਣਾਓ ਸਾਰੇ ਥੋੜ੍ਹਾ ਥੋੜ੍ਹਾ ਤੇ ਇੱਕ ਸਾਡਾ ਰਿਸ਼ਤੇਦਾਰ ਸੀ ਮੈਂ ਉਹਦਾ ਨਾਂ ਨਹੀਂ ਲਾਊਂਗਾ ਤੇ ਉਹਨੇ ਜਿਵੇਂ ਵਜਾਇਆ ਤੇ ਖਾਨ ਸਾਹਿਬ ਕਹਿੰਦੇ ਕਿ ਬੇਟਾ ਖੜਾ ਹੋ ਜਾ ਤੇ ਕਿਉਂ ਖਾਨ ਸਾਹਿਬ ਕਹਿੰਦੇ ਤੂੰ ਤਬਲਾ ਨਹੀਂ ਵਜਾ ਸਕਦਾ ਤੇਰੀ ਲਾਈਨ ਨਹੀਂ ਹੈ ਤੇ ਕਹਿੰਦਾ ਬਾਜਾ ਕਹਿੰਦਾ ਬਾਜਾ ਤਬਲਾ ਸਰੰਗੀ ਵਾਇਲਨ ਕੁਛ ਨਹੀਂ ਕਹਿੰਦਾ ਸੰਗੀਤ ਤੋਂ ਤੂੰ ਕੋਸੋ ਕੋਸੋ ਦੂਰ ਹੈ ਬੇਟਾ ਆਪ ਕਿਸੇ ਬਿਜ਼ਨਸ ਮੈਂ ਕਹਿੰਦਾ ਤੁਸੀਂ ਕੋਈ ਹੱਟੀ ਖੋਲ ਕੇ ਦੁਕਾਨ ਚਲਾ ਲਓ ਸੰਗੀਤ ਵਾਲੇ ਪਾਸੇ ਗੁਲਾਮ ਰਾਹੁਲ ਜੀ ਥੈਂਕ ਯੂ ਰਾਜਾ ਅਕਰਮ ਜੀ ਕਹਿੰਦੇ ਕਿਆ ਕਹਿਣੇ ਔਰ ਹੁਣ ਮੈਂ ਜਰਾ ਐਂਡ ਤੇ ਆ ਜਾ ਉਰਦੂ ਚ ਨਾਮ ਲਿਖਿਆ ਸੋਰੀ ਮੈਨੂੰ ਉਰਦੂ ਪੜ੍ਹਨੀ ਨਹੀਂ ਆਉਂਦੀ ਮੈਂ ਕੀ ਕਿਹਾ ਜਿਸ ਦਿਨ ਮੈਂ ਸਿੱਖ ਲਈ ਤਾਂ ਤੈ ਲਾ ਛੱਡਣੀ ਤੈ ਇੰਡੀਆ ਔਰ ਪਾਕਿਸਤਾਨ ਦੀ ਨਹੀਂ ਉਰਦੂ ਪੜ੍ਹਨੀ ਲਿਖਣੀ ਔਰ ਪੜ੍ਹਨੀ ਬੜੀ ਹਾਰਡ ਹੈ ਔਰ ਸੋ ਉਸਤਾਦ ਜੀ ਹੁਣ ਮੈਨੂੰ ਦੱਸੋ ਸੁਜਾਦ ਅਲੀ ਖਾਨ ਜੀ ਵਾਚਿੰਗ ਕੀ ਹੈ ਕੈਸੇ ਹੈ ਆਪ ਬੜੇ ਚ ਖਾਨਦਾਨ ਤੋਂ ਬਿਲੋਂਗ ਕਰਦੇ ਨੇ ਜੀ ਸੰਗੀਤ ਦੇ ਸੁਜਾਦ ਅਲੀ ਖਾਨ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਉਹਨਾਂ ਦੇ ਘਰਾਨੇ ਚ ਨੇ ਮੇਰੇ ਖਿਆਲ ਸ਼ਰਾਫਤ ਭਾਈ ਦਾ ਮੁੰਡਾ ਹੈ ਸੁਜਾਦ ਅਲੀ ਖਾਨ ਆਈ ਥਿੰਕ ਅੱਛਾ ਜੀ ਅੱਛਾ ਤੇ ਥੈਂਕ ਯੂ ਗਾਇਸ ਅਗੇਨ ਇਹਨਾਂ ਸਾਰਾ ਪਿਆਰ ਦੇਣ ਲਈ ਹੁਣ ਕਹਿੰਦੇ ਨੇ ਜੀ ਕੁਝ ਸੁਣਾ ਦਿੱਤਾ ਜਾਵੇ ਕੁਝ ਰੂਹਦਾਰੀ ਵਾਲਾ ਕੀ ਸੁਣਾਓਗੇ ਮੈਂ ਸੁਣਾਉਂਦਾ ਰੂਹਦਾਰੀ ਰਫੀਕ ਜੀ ਦੇ ਟਾਈਮ ਤੇ ਜਿੰਨਾ ਫਰੀਜ਼ ਹੋਇਆ ਉਹਨਾਂ ਨੇ ਫਰੀਜ਼ ਹੋਇਆ
ਦੁਬਾਰਾ ਕਾਲ ਕਰਨ ਦੀ ਕੋਸ਼ਿਸ਼ ਕਰਨੇ ਆ ਕਈ ਵਾਰ ਰੀਕਨੈਕਟ ਹੋ ਜਾਂਦਾ ਆਪਣੇ ਆਪ ਲੈਟਸ ਸੀ ਲੈਟਸ ਗਿਵ ਇਟ ਅ ਫਿਊ ਸੈਕਿੰਡ ਲੇਕਿਨ ਮੈਂ ਤਾਂ ਬਹੁਤ ਇੰਜੋਏ ਕਰੀ ਗਾਇਸ ਅਗਰ ਤੁਹਾਡੀ ਕੋਈ ਫਰਮਾਇਸ਼ ਹੈ ਤੇ ਡੂ ਦੈਟ ਸੋ ਫॉर ਰਾਈਟ ਨਾਓ ਦਿਸ ਇਜ਼ ਅ ਚਾਂਸ ਸੋ ਵੀ ਕੈਨ ਰੀਡ ਸਮ ਮੈਸੇजेस ਅਸੀਂ ਇਹੋ ਜਿਹੇ ਆਰਟਿਸਟ ਤੁਹਾਡੇ ਸਾਹਮਣੇ ਖਾਨਦਾਨੀ ਆਰਟਿਸਟ ਜਸ ਕਰਕੇ ਲੈ ਕੇ ਆ ਰਹੇ ਹਾਂ ਰਿੰਕੂ ਜੀ ਆਈ ਹੋਪ ਕਿ ਤੁਸੀਂ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਓਕੇ ਇਹ ਰਿੰਕੂ ਆਪਣਾ ਰਿੰਕੂ ਤਾਂ ਨਹੀਂ ਹੈਗਾ ਨਹੀਂ ਨਹੀਂ ਸਾਡਾ ਰਿਸ਼ਤੇਦਾਰ ਵੀ ਰਿੰਕੂ ਹੈ ਕਿਉਂਕਿ 뮤직 ਕਰਾਣਾ ਹੈਗਾ ਜੀ ਔਰ ਇਸ ਕਰਕੇ Let's see, अगर खान साहब ने दोबारा कॉल ते वापस पाइए और देखते हैं मैं कह रहा सी एहो जे सिंगर एहो जे खानदान अगे लाके आने क्योंकि संगीत जेड़ा बहुत बिग रोल अदा करता है सो ए तोडे लिए आन वाली जनरेशन लिए ए सब एपिसोड्स तोडे लिए ने इना नु देखो कुछ सीखो और बड़े बड़े आर्टिस्टों नु अप्रोच करो शिगिर्द हो क्योंकि एक अच्छा उस्ताद होना बहुत जरूरी है exactly. अच्छा उस्ताद ही तुम्हें सही गाइडेंस देगा कि केड़े सुर नु किवें कहना है बड़ा अच्छा एग्जांपल देता उन्होंने अवारा वर्ड जेड़ा यूज किया ना yeah. कि सभ्य जेड़े सुर ने ओ लगने जरूरी ने अवारा सुर लगने नहीं जरूरी सो इस करके जरूर सीखना इस सिग्नल की प्रॉब्लम आ रही है जी और जिदा उन्होंने दसे कि पाकिस्तान च बड़ा मीह पै रहा है बहुत मीह दा सीजन चल रहा है ਨਾਲ ਅਸੀਂ ਕਾਲ ਲਗਾਈ ਜਾਵਾਂਗੇ ਲੇਕਿਨ ਅਗਰ ਤੁਹਾਡੇ ਕੋਈ ਫਰਮਾਇਸ਼ ਹੈ ਜਾਂ ਤੁਹਾਡੇ ਕੋਈ ਵਿਚਾਰ ਨੇ ਤੁਹਾਨੂੰ ਸਾਡੇ ਪ੍ਰੋਗਰਾਮ 'ਚ ਤੁਸੀਂ ਹੋਰ ਕੀ ਦੇਖਣਾ ਚਾਹੋਗੇ ਮੀਂਹ ਤੇ ਬੰਬੇ 'ਚ ਬੜਾ ਪੈ ਰਿਹਾ ਔਰ ਅਗਰ ਤੁਸੀਂ ਸਿੰਗਰ ਹੋ ਮੈਂ ਨਾਲ ਹੁਣ ਐਡਵਰਟਾਈਜ਼ ਵੀ ਕਰਦਾ ਅਗਰ ਸਿੰਗਰ ਹੋ ਤੁਸੀਂ ਆਪਣੀ ਐਲਬਮ ਜਾਂ ਆਪਣਾ ਗਾਣਾ ਐਡਵਰਟਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਡੈਫੀਨਟਲੀ ਕੰਸੀਡਰ ਮਾਈ ਟੀਵੀ ਲੇਕਿਨ ਸਾਡੇ ਟੀਵੀ ਦੀ ਇੱਕੋ ਰਿਕੁਆਇਰਮੈਂਟ ਹੈ ਗਾਣਾ ਜਿਹੜਾ ਉਹ ਸੁਚੱਜਾ ਯਾਨੀ ਕਿ ਸਹੀ ਵਲਗੈਰਿਟੀ ਵਲਗੈਰਿਟੀ ਜਾਂ ਅਨਅਪਰੋਪ੍ਰੀਏਟ प्रेट वर्ड्स ना हो उच्च सो कोशिश करने के साफ सुथरा संगीत सुरीला संगीत तक लेके जा सके नहीं तो फिर रेडियो से बजेगा मतलब टीवी तो नहीं आ सकता फिर रेडियो से जाएगा क्योंकि माय टीवी टीवी के नाल नाल रेडियो दी रेडियो भी है जी इदा इदा फायदा है कि बोथ दोनों चीजें टुगेदर ने खान साहब का सिग्नल नहीं लग रहा इस वक्त असी फिर ट्राई करते रहेंगे लेकिन जेडे साडे सरकार ने साडे जेडे है उन्हां नु साडे आवाज सही आ रही सी कोई प्रॉब्लम तो नहीं आ रही थी मुनि जी नेटवर्क की आपको कोई दुश्मनी है क्या मुनि जी नेटवर्क की आप हमसे कोई दुश्मनी नहीं मेरे भाई नहीं 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 गुलाम जी आपने बिल्कुल सही कहा गुलाम राहुल जी एक्चुअली मैं इसको दुश्मनी नहीं कहूंगी मैं थैंक यू करूंगी फिर भी क्योंकि इंटरनेट के जरिए ही हम आपके साथ रूबरू हो पा रहे हैं चाहे वो कट के हो रहा है चाहे वो कम हो रहा है चाहे उसमें खराबी है एटलीस्ट हम लोग एक साथ मेरी एक नेचर है मैं हमेशा पॉजिटिव ही सोचती हूँ उसमें से अगर कोई चीज़ नेगेटिव भी होना तो उसमें जरूर पॉजिटिव ढूंढें क्योंकि उस पॉजिटिव से हम बड़ा कुछ सीखते हैं तो मैं ये कहूंगी कि मुझे बहुत अच्छा हिंदी क्यों बोलना पड़ी है राहुल जी आप क्या कर रहे हो गड़बड़ मेरे को मारी गल हो रही है गड़बड़ गड़बड़ क्योंकि आपने हिंदी में लिखा है इसलिए तो मैनू ये लगता है कि जो रब दिंदा ना मतलब जो लैमन दे रहा है वाहेगुरु तो उन्होंने लैमनेट बना के पियो लैमन का अचार पाओ लैमन के जो जो चीज़ा बनती है वो करो सो मैं बहुत शुक्रगुजार हाँ इस इंटरनेट की क्योंकि ओदे थ्रू ही असि सारे प्रोग्राम कर पा रहे हैं और ओदे थ्रू ही असि सारे आर्टिस्टा नु मिल पा रहे हैं और ओदे थ्रू ही असि एक दूसरे आप लोगों से भी उधर से मिल रहे हैं सो मैं इहदा थैंक यू मैं रियली तहे दिल तो थैंक यू करना चाहवांगी इंटरनेट का भी टेक्नोलॉजी का ਹੁਣ ਲੱਗ ਜਾਏ ਤੇ ਬੜੀ ਮਿਹਰਬਾਨੀ ਐਸੇ ਮੀਂਹ ਜ਼ਿਆਦਾ ਹੀ ਪੈ ਗਿਆ ਲੱਗ ਗਿਆ ਸਿਗਨਲ ਲੱਗ ਗਿਆ ਤਾਂ ਫਿਰ ਇਹ ਸਾਊਂਡ ਆਉਂਦੀ ਹੈ ਜੀ कोई बात नहीं जो भी हो रहा है ठीक हो रहा है बिल्कुल कोई गलती नहीं कोई परवाह नहीं अगले साल अगर कोरोना सर ये तुम्हारा टीवी अगला साल नहीं तुम जब मर्जी आओ अगले साल ठीक है गाना गा
ये गजल मेरी लोग बड़े प्यार से बड़ी मोहब्बत से सुनते हैं क्योंकि इसमें बहुत सारे रागों का इम्तिजाज है जो मैंने बताया था वो ही मिक्सर करके अभी को रूहदारी वाली गजल किया थे मैं ता सुना लगा जी, मैं दुनियादारी की है चैनल वाले कहते दुनियादारी करो जी मैं चैनल वाले वाला काम किया है जिन्ना को
ਫਲੈਟ ਚ ਚਾਹੀਦਾ ਤੇ ਅਰੇ ਕਾਫੀ ਸਾਰੇ ਕੰਮ ਸਨ ਲੇਕਿਨ ਮੈਂ ਕਿਹਾ ਨਹੀਂ ਜਲਦੀ ਜਲਦੀ ਇੱਕ ਮੈਂ ਗਜ਼ਲ ਦਾ ਬੋਲ ਸੁਣਾਉਣ ਲੱਗਾ ਕਿ ਤੁਹਾਨੂੰ ਇਹ ਦੱਸਣ ਲੱਗਾ ਕਿ ਅੱਜ ਤੋਂ 70-80 ਸਾਲ ਪਹਿਲੇ ਜਦੋਂ ਗਜ਼ਲ ਸ਼ੁਰੂ ਹੋਈ ਹੈ ਤੇ ਔਰਤਾਂ ਵਿੱਚ ਹੁੰਦੀ ਸੀ ਗਜ਼ਲ ਔਰਤਾਂ ਗਾਉਂਦੀਆਂ ਸਨ ਠੀਕ ਹੈ ਜੀ ਔਰ ਔਰਤਾਂ ਫਿਰ ਉਹ ਹੁੰਦਾ ਸੀ ਜਿਵੇਂ ਬਾਜ਼ਾਰ ਵਿੱਚ ਗਾਉਣ ਵਾਲੀਆਂ ਉਹਨਾਂ ਨੇ ਗਾਉਣਾ ਤੇ ਅਕਸੂਲਨ ਇਹ ਹੁੰਦਾ ਸੀ ਕਿ ਉਹਦਾ ਅੰਤਰੇ ਵਿੱਚ ਮਿਊਜ਼ਿਕ ਨਹੀਂ ਹੁੰਦਾ ਸੀ ਤਬਲਾ ਜਾਂ ਰਿਦਮ ਨਹੀਂ ਵੱਜਦਾ ਸੀ ਠੀਕ ਹੈ ਤੋ ਮੈਨੇ ਉਹ ਕੰਪੋਜੀਸ਼ਨ ਕੀ ਹੈ ਕਿ ਅੰਤਰੇ ਦੇ ਵਿੱਚ ਉਹ ਨਹੀਂ ਵੱਜਣਾ ਤਬਲਾ ਇਹ ਤੁਹਾਨੂੰ ਸੁਣਾ ਦਿੰਦਾ ਜਲਦੀ ਜਲਦੀ 1-27 ਅੰਤਰ ਹੈ ਸੁਣਾ ਦਿੰਦੇ ਜੀ ਫਿਰ ਬੱਤੀ ਇਹ ਵੀ ਚਲੇ ਜਾਏਗੀ ਤੇ ਮੈਂ ਆਪ ਚਲੇ ਜਾਵਾਂਗਾ ਤੁਸੀਂ ਵੀ ਚਲੇ जो लिखा बहुत बहुत शुक्रिया मैं अपनी तारीफ बार बार नहीं करना चाहती तो विभा जी बहुत अच्छा म्यूजिक लिसनर ने जी बहुत अच्छा सुनकार बहुत अच्छे ने साढ़े जी ऑडियंस है मैं बड़ी खुश हाँ कि जिन्हें ऑडियंस है बहुत ही सुनकार
ਔਰ ਕਿਉਂਕਿ ਇਸ ਤਰ੍ਹਾਂ ਦਾ ਮਿਊਜ਼ਿਕ ਹਰ ਕੋਈ ਬੰਦਾ ਡਾਈਜੈਸਟ ਨਹੀਂ ਕਰ ਸਕਦਾ, ਉਹਨੂੰ ਸਮਝ ਨਹੀਂ ਆਉਂਦੀ, ਅਤੇ ਇਹ ਤੁਹਾਡਾ ਜ਼ੇਹਨ ਬਹੁਤ ਸਮਾਰਟ ਹੋਣਾ ਚਾਹੀਦਾ, ਦਿਮਾਗ ਬਹੁਤ ਅੱਛਾ ਨੌਲੇਜੇਬਲ ਹੋਣਾ ਚਾਹੀਦਾ ਉਸ ਮਿਊਜ਼ਿਕ ਨੂੰ ਅਡੋਪਟ ਕਰਨ ਵਾਸਤੇ, ਭਾਵੇਂ ਉਹ ਵਾਜਾ ਵੱਜ ਰਿਹਾ, ਵਾਜੇ ਦੇ ਐਂਡ ਦੇ ਸੁਰ ਤੱਕ ਤੁਸੀਂ ਵਾਜੇ ਨੂੰ ਬਚਾਉਂਦੇ ਹੋ, ਕਿ ਮੇਰੇ ਖਿਆਲ ਨਾਲ ਇਹ ਵਾਜਾ ਤਾਂ ਤੁਹਾਡਾ ਪੂਰਾ ਖੁਸ਼ ਹੁੰਦਾ ਹੋਏਗਾ ਤੁਹਾਡੇ ਹੱਥ 'ਚ ਆ ਕੇ, ਕਿ ਬਈ ਮੇਰੇ 'ਚ ਜਿੰਨੇ ਸੁਰ ਨੇ ਨਾ ਇਹਦੇ ਤੇ ਸਾਰਿਆਂ ਤੋਂ ਉਂਗਲੀਆਂ ਵੱਜਦੀਆਂ ਨੇ ਖਾਨ ਸਾਹਿਬ ਦੀਆਂ। ਕਹਿੰਦੇ ਜੀ ਬਸ ਅੱਛਾ, ਇਹ ਹੁਣ ਮੈਂ ਆ ਜਿਵੇਂ ਹੁਣ ਗਾਤਾ ਜੀ ਜਿਹੜਾ ਤੁਹਾਡੇ ਕੋਲ ਰਿਕਾਰਡਿੰਗ ਹੈ, ਅਗਰ ਇਹ ਮੈਂ ਕਿਤੇ ਹੋਰ ਗਜ਼ਲ ਗਾਈ ਹੋਏਗੀ ਤੁਸੀਂ ਉਹਨੂੰ ਸੁਣ ਲਓਗੇ, ਉੱਥੇ ਕੁਛ ਹੋਰ ਹੋਇਆ ਹੋਵੇ, ਕੁਛ ਹੋਰ ਹੋਏਗਾ ਜੋ ਉਸ ਵਕਤ ਰੂਹ ਕਰਦਾ ਤੁਸੀਂ ਉਹ ਕਰਦੇ ਹੋ, ਪਤਾ ਜਿਹੜਾ ਉਹ ਜਿਹੜਾ ਮੌਕੇ ਦੇ ਉੱਤੇ ਜੋ ਹੋਣਾ ਉਹੀ ਹੋਣਾ ਬਸ, ਹੋਰ ਕੁਛ ਨਹੀਂ। ਸਹੀ ਹੈ, ਇਹੀ ਗੱਲ ਹੈ ਕਿਉਂਕਿ ਉਹ ਹੁੰਦਾ ਵੀ ਨਹੀਂ ਇਸ ਤਰ੍ਹਾਂ, ਉਹ ਫਿਕਸੇਸ਼ਨ ਆਫ ਤੇ ਗਾਣਿਆਂ ਦੀ ਹੁੰਦੀ ਨਾ, ਫਿਲਮਾਂ ਦੇ ਗਾਣਿਆਂ ਦੀ। ਤੇ ਡੋਲੀ ਦੀਦੀ ਕਹਿ ਰਹੇ ਨੇ ਯੂ ਆਰ ਯੂਨਿਕ, ਬਿਲਕੁਲ ਜੀ ਯੂਨਿਕ ਨੇ, ਥੈਂਕ ਯੂ। ਇਹ 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 ਮੈਂ ਪੰਜਾਬੀ ਚ ਕਹਿ ਦਿੰਦਾ ਅਜੂਬਾ ਨਮੂਨਾ, ਅਨਮੋਲ ਅਨਮੋਲ, ਥੈਂਕ ਯੂ ਦੀਦੀ, ਥੈਂਕ ਯੂ ਨਾ ਨਾ ਇਦਾਂ ਦਾ ਕੋਈ ਹੋਰ ਹੋਣਾ, ਨਾ ਹੀ ਕਦੀ ਕੋਈ ਐਸਾ ਦਾ ਕੋਈ ਹੋਰ ਹੋਏਗਾ, ਸੇ ਇਹ ਆਪਣੇ ਹੀ ਟਾਈਪ ਦੇ ਕੁਝ ਅਲੱਗ ਵਾਹਿਗੁਰੂ ਨੇ ਬਣਾ ਕੇ ਭੇਜਿਆ ਇਹਨਾਂ ਨੂੰ। ਤੇ ਸਾਰੇ ਜਾਣੇ ਲਿਖ ਰਹੇ ਨੇ ਢੋਲ ਢੋਲਾ ਕਿੱਥੇ ਗਿਆ, ਢੋਲਾ ਮੈਂ ਸੁਣਾ ਦੇਣਾ ਜੀ ਕਿਉਂਕਿ ਲਾਈਟ ਚਲੇ ਜਾਣੀ, ਹਾਂਜੀ ਤੁਸੀਂ ਵੀ ਜਾਣਾ ਹੀ ਆ, ਮੈਂ ਵੀ ਜਾ ਉਸਤਾਦ ਜੀ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਮਾਈਕ ਦੂਜੇ ਵਾਲੇ ਹੈਡਫੋਨ ਚ ਹੁੰਦਾ ਟੁੱਟੀ ਪਾਵਾਂ, ਸਹੀ ਮਫਲਰ ਡਾਕਟਰ ਬਦਮਾਸ਼ ਤੁਸੀਂ ਰਾਜਕੁਮਾਰ ਵਰਗਾ ਜਾਨੀ, ਡਾਕਟਰ ਬਦਮਾਸ਼ ਕਾਈ ਜਾਨੀ ਰਾਜਕੁਮਾਰ ਬਣ ਗਏ, ਕਿਉਂਕਿ ਨਹੀਂ ਹੈ ਆ ਮੈਂ ਪੱਲੂ ਇੰਜ ਸਿੱਟਿਆ ਹੈ ਨਾ ਉਹਨਾਂ ਨੂੰ, ਉਹ ਤੋਂ ਅਹਿਸਾਸ ਹੋਇਆ ਥੋੜਾ ਓਕੇ। ਮੇਰੀ ਆਵਾਜ਼ ਆਣੀ ਚਾਹੀਦੀ ਹੈ, ਬਾਕੀ ਕੁਲਦੀਪ ਦੀ, ਕੁਲਦੀਪ ਦੀ ਆਵਾਜ਼ ਆਵੇ ਨਾ, ਮੇਰੀ ਆਵਾਜ਼ ਆਣੀ ਚਾਹੀਦੀ ਹੈ। Yeah.
देखो जी, ये जो कुछ भी है, but this is not a routine work. That's it. Yes. Siddhika. Exactly. ये जो कुछ भी है, मैं कह सकता कि this is superb. This I don't want to say that. मैं इतना जरूर कहूँगा कि something change. Because देखो ना, अगर मैं ढोलना गा रही हूँ तो मैं इसमें change भी कर सकता हूँ. ढोलना ठेका भी है बजा सकता हूँ. क्या है बजा? मैं नहीं करता ना, मुझे करने की जरूरत सर, मैं जो करते हो बस वही बात होती है. इट इज माय बाजा तमाशा. मैं वो अपने बिकॉज़ आई नीड माय ऑडियंस विद मी. बस बिल्कुल तमाशा नहीं, बाजे दे जादूगर म्यूजिशियन. तमाशा नहीं, तुसी जिवें टोपी जो खरगोश काट लेते ना, बाजा जो एंसुरा काट दे बाहर. Thank you very much, yaar. Thank you, Tada. Bahut shukriya. Aur you are giving these kind words. Thank you very much. So please, apna bachyan ko sikhao. Aap pyare ho, kahan hai sab kuch. Nahi.
ਲੋਕਾਂ ਨੂੰ ਅਸੀਂ ਤਾਂ ਵੀ ਤੁਹਾਨੂੰ ਅਪਰੋਚ ਕਰਨ ਤੁਹਾਨੂੰ ਕੰਟੈਕਟ ਕਰਨ ਤੁਹਾਡੇ ਤੋਂ ਸਿੱਖਣ ਮੈਂ ਜ਼ਰੂਰ ਮੇਰਾ ਬੇਟਾ ਲੈ ਕੇ ਆਵਾਂਗੀ ਪਾਕਿਸਤਾਨ ਕਿਉਂਕਿ ਮੇਰਾ ਬੇਟਾ ਪਿਆਨੋ ਦੇ ਵਿੱਚ ਬਹੁਤ ਰੂਹਦਾਰੀ ਰੱਖਦਾ ਹੈ ਔਰ ਮੈਂ ਜ਼ਰੂਰ ਚਾਹਾਂਗੀ ਕਿ ਉਹ ਜ਼ਰੂਰ ਵਾਜਾ ਵੀ ਸਿੱਖੇ ਤੁਹਾਡੇ ਤੋਂ ਕਿਉਂਕਿ ਉਹਨੂੰ ਚਲੋ ਸਰ ਜ਼ਿੰਦਗੀ ਲਈ ਤੁਹਾਨੂੰ ਲਿਆ ਕੇ ਤੁਹਾਡਾ ਹੱਥ ਉਹਦੇ ਸਿਰ ਤੇ ਰਖਾਵਾਂਗੇ ਜਨਾਬ ਮੈਂ ਜਿਵੇਂ ਕਿਹਾ ਕਿ ਮੈਨੂੰ ਆਰ ਡੀ ਬਰਮਨ ਦੀ ਯਾਦ ਤਾਜ਼ਾ ਹੋ ਗਈ ਤੇ ਮੈਂ ਜ਼ਰੂਰ ਚਾਹਾਂਗੀ ਕਿ ਤੁਹਾਡੀ ਇੱਕ ਛੋਟੀ ਜਿਹੀ ਝਲਕ ਵੀ ਅਗਰ ਸਾਡੇ ਬੱਚਿਆਂ 'ਚ ਵੰਡੀ ਜਾਵੇ ਤੇ ਅਸੀਂ ਤਨ ਭਾਗ 10% ਵੀ ਆ ਗਿਆ ਨਾ ਜੇ 10% ਬਹੁਤ ਆਪਣੇ ਹੋ ਜੀ ਅਖੀਰਲੇ ਅਖੀਰਲੇ ਪਿਆਰੇ ਹੋ ਅਖੀਰਲੇ ਵਾਜੇ 'ਚ ਤੇ ਤੁਸੀਂ ਜੇਮਸ ਬੌਂਡ ਤੱਕ ਦੀ ਯਾਦ ਦਵਾਤੀ ਸਾਨੂੰ ਹਾਂ ਦੋਨਾਂ ਦੇ ਸਾਰੇ ਉਹ ਪਤਾ ਕੀ ਹੁੰਦਾ ਜੀ ਕਿ ਤੁਸੀਂ ਹੁਣੇ ਨੌਲੇਜ ਹੋਏਗਾ ਤੇ ਸਭ ਕੁਝ ਹੋਏਗਾ ਨਾ ਜੀ ਕਿਉਂਕਿ ਤੁਸੀਂ ਅਸੀਂ ਆਪਣੀਆਂ ਜਿਹੜੇ ਅਸੀਂ ਸੈਡ ਗਾਉਣੇ ਗਾਉਣੇ ਨਾ ਉਹਨਾਂ ਤੋਂ ਅਸੀਂ ਬਾਹਰ ਹੀ ਨਹੀਂ ਆ ਯੂ ਨੋ ਸਹੀ ਗੱਲ ਪਹਿਲੇ ਅਸੀਂ ਉਹ ਹਿਜਰ ਦਾ ਹਿਜਰ ਬਹੁਤ ਗਾਇਆ ਅਲੀ ਭਾਈ ਕਿਆ ਕਹਿ ਰਹੇ ਤੂੰ ਜਦੋਂ ਵੀ ਬੰਦ ਹੋ ਗਿਆ ਤੇ ਮੈਂ ਅਸੀਂ ਸਾਰਿਆਂ ਚੋਂ ਜ਼ਿਆਦਾ ਲੈ ਲੈਣੇ ਤੇ ਆਪੇ ਬੰਦ ਹੁੰਦਾ ਹੈ ਤੇ ਆਪੇ ਹੋ ਜਾਏ ਨਹੀਂ ਤੁਸੀਂ ਆਪਣੇ ਬੰਦ ਕਰ ਦੋ ਆਪਾਂ ਬੜੇ ਸੋਹਣੇ ਤਰੀਕੇ ਨਾਲ ਆਪਣੇ ਹੱਥੀ ਬੰਦ ਕਰਾਂਗੇ ਅਸੀਂ ਨੈਟ ਨੂੰ ਇਹ ਇਜਾਜ਼ਤ ਨਹੀਂ ਦੇਣੀ ਨੈਟ ਨੂੰ ਅਸੀਂ ਇਹ ਇਜਾਜ਼ਤ ਨਹੀਂ ਦੇਣੀ ਕਿ ਆਪਣੇ ਆਪ ਬੰਦ ਹੋ ਜਾਏ ਤੁਹਾਨੂੰ ਸਾਡੇ ਤੇ ਆਪਾਂ ਤੁਹਾਨੂੰ ਫਿਊਚਰ ਚ ਦੁਬਾਰਾ ਲੈ ਕੇ ਆਉਂਗੇ ਕਹਿੰਦਾ ਨੈਟ ਅੱਛਾ ਜੀ ਇੱਕ ਇੱਕ ਮੈਂ ਚਾਹੂੰਗਾ ਇੱਕ ਕਸੀਦੇ ਕਾ ਮੈਨੇ ਕਸੀਦਾ ਇੱਕ ਬਣਾਇਆ ਮੌਲਾ ਕੀ ਯਾਦ ਹੋ ਜਾਏ ਵਾਹ ਵਾਹ ਠੀਕ ਹੈ ਜੀ ਕੀ ਬਾਤ ਹੈ ਮੇਰੇ ਸਾਰੇ ਮੋਮਨ ਭਾਈ ਬੈਠੇ ਹਨ ਮੈਨੇ ਇੱਕ ਕਸੀਦਾ ਬਣਾਇਆ ਜੋ ਆਪ ਇਰਸ਼ਾਦ ਹੋਵੇ ਠੀਕ ਹੈ ਵਾਈਂਡ ਅਪ ਜਿਹੜਾ ਨਾ ਉਹ ਮੌਲਾ ਦੇ ਨਾਮ ਤੋਂ ਹੋਣਾ ਤੇ ਬੜਾ ਕਮਾਲ ਹੋ ਜਾਂਦਾ ਜੀ ਬਸ ਇਰਸ਼ਾਦ ਹੋ ਜਾਏ ਕਿਵੇਂ ਹੋ ਜਾਏ ਬੜੀ ਅੱਛੀ ਬਾਤ ਹੈ ਜੀ ਜਗ ਸਾਰਾ ਮੈਨੂੰ ਮੋਨੀ ਗਿੱਲ ਵੱਲੋਂ ਅਤੇ ਮਾਈ ਟੀਵੀ ਵੱਲੋਂ
ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਮਿਲਾ ਦਾ ਆਲਰੇਡੀ ਡਿਸਕਨੈਕਟ ਹੋ ਗਿਆ ਸੋ ਲੋ ਜੀ ਇੰਟਰਨੈਟ ਸ਼ੁਕਰ ਹੈ ਕਿ ਪੂਰਾ ਅਲੀ ਦਾ ਨਾਮ ਲੈ ਕੇ ਖਤਮ ਹੋਇਆ ਪੂਰਾ ਉਹਨਾਂ ਨੇ ਖਤਮ ਕਰਨ ਤੋਂ ਬਾਅਦ ਪਰਫਾਰਮੈਂਸ ਤੇ ਬਾਕੀ ਇਹ ਜਿਹੜੇ ਬਲੱਡ ਆਰਟਿਸਟਾਂ ਚ ਹੈ ਨਾ ਜਿਹੜਾ ਬਲੱਡ ਕਹਿੰਦੇ ਬਲੱਡ ਬਲੱਡ ਬਾਰ ਬਾਰ ਜਿਹੜੇ ਰੂਹ ਦਾਰੀ ਹੈ ਉਹ ਮੁੰਡਾ ਦੇਖ ਲਓ ਐਸਾ ਤਬਲਾ ਕਿਆ ਤਬਲਾ ਯਾਰ ਮਜ਼ਾ ਆ ਗਿਆ ਬਾਕੀ ਹਸਨੈਨ ਨੇ ਹਸਨੈਨ ਹੀ ਕਰ ਛੱਡਿਆ ਤੇ ਏਡੇ ਵੱਡੇ ਖਾਨ ਸਾਹਿਬ ਲੋਕ ਨੇ ਔਰ ਖੁਸ਼ਕਿਸਮਤ ਅਸੀਂ ਆ ਕਿ ਸਾਨੂੰ ਮੌਕਾ ਮਿਲਦਾ ਹੈ ਇਹਨਾਂ ਨਾਲ ਗੱਲ ਕਰਨ ਦਾ ਬੀਬਾ ਜੀ ਨੇ ਲਿਖਿਆ ਦੇਰ ਆਏ ਦੋਸਤ ਆਏ ਬੀਬਾ ਜੀ ਆਪ ਟਕਾ ਕੇ ਬਾਤ ਕਰਤੀ ਹੈ ਬੀਬਾ ਵੀ ਸਾਡੇ ਵਰਗੀ ਹੈ ਹਾਂ ਬਹੁਤ ਰੂਦਾਰੀ ਗੱਲ ਵਾਲੀ ਗੱਲ ਕਰਦੀ ਹੈ ਬੀਬਾ ਵੀ ਚਲੋ ਇਸੀ ਨਾਲ ਅਗਲੇ ਸੰਡੇ ਫੇਰ ਮੁਲਾਕਾਤ ਕਰਾਂਗੇ ਇੱਕ ਹੋਰ ਨਵੇਂ ਆਰਟਿਸਟ ਨਾਲ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਬੜੇ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਖਾਨ ਸਾਹਿਬ ਨਦੀਮ ਸਲਾਮਤ ਜੀ ਦਾ ਸਭ ਬਹੁਤ ਬਹੁਤ ਸ਼ੁਕਰੀਆ Amazing. ਮੈਨੂੰ ਇਹ ਮੈਂ ਸੋਚਿਆ ਨਹੀਂ ਸੀ ਕਿ ਸ਼ੋਅ ਇਸ ਤਰ੍ਹਾਂ ਦਾ ਹੋਏਗਾ ਕਿਉਂਕਿ ਮੈਨੂੰ ਲੱਗਿਆ ਖਾਨ ਸਾਹਿਬ ਕਿਉਂਕਿ ਹੀ ਇਜ਼ ਵੈਰੀ ਕ੍ਰੀਏਟਿਵ ਤੇ ਐਂਡ ਵੈਰੀ ਨੌਲੇਜੇਬਲ ਔਰ ਉਹਨਾਂ ਨੇ ਐਂਕਰਿੰਗ ਕੀਤੀ ਹੀ ਡਨ ਮਲਟੀਪਲ ਥਿੰਗਸ ਤੇ ਮਲਟੀ ਟੈਲੈਂਟ ਹੋਣ ਦੇ ਨਾਲ ਮੇਰਾ ਸਾਡੇ 'ਤੇ ਪ੍ਰੈਸ਼ਰ ਬਹੁਤ ਹੈਵੀ ਹੋ ਜਾਂਦਾ ਕਿ ਓ ਮਾਈ ਗੋਡ ਕਿ ਐਸਾ ਦਾ ਫਨਕਾਰ ਅਸੀਂ ਹੈਂਡਲ ਕਰ ਪਾਵਾਂਗੇ ਆਈ ਵਾਸ ਸੋ ਸਕੇਅਰਡ ਆਈ ਵਾਸ ਸੋ ਸਕੇਅਰਡ ਆਮ ਵੈਰੀ ਥੈਂਕਫੁਲ ਕਿ ਉਹ ਆਪ ਐਂਕਰ ਹੁੰਦੇ ਉਹਨਾਂ ਨੇ ਸਾਡੀ ਤਾਰੀਫ ਕੀਤੀ ਸੋ ਅਸੀਂ ਵੀ ਸਿੱਖ ਰਹੇ ਹਾਂ ਅਸੀਂ ਉਹਨੇ ਜੋਗੇ ਹੈ ਨਹੀਂ ਲੇਕਿਨ ਵੀ ਆਰ ਲਰਨਿੰਗ ਵਿਦ ਐਵਰੀ ਸ਼ੋਟ ਸਾਡੀ ਮੈਂ ਕੱਲ ਜ਼ਰੂਰ ਇੱਥੇ ਕੁਲਦੀਪ ਦੇ ਨਾਲ ਮੈਂ ਐਗਰੀ ਕਰਾਂਗੀ ਔਰ ਮੈਂ ਕਹਿਣਾ ਚਾਹਾਂਗੀ ਹਾਲੇ ਅਸੀਂ ਨਵੇਂ ਹਾਂ ਇਸ ਫੀਲਡ ਦੇ ਵਿੱਚ ਮੇ ਬੀ ਸ਼ਾਇਦ ਉਰਦੂ ਅੱਛੀ ਨਹੀਂ ਬੋਲਦੇ ਹਿੰਦੀ ਅੱਛੀ ਨਹੀਂ ਬੋਲਦੇ ਪੰਜਾਬੀ ਹੀ ਜ਼ਿਆਦਾ ਬੋਲਦੇ ਹਾਂ ਲੇਕਿਨ ਮੈਂ ਕਹਿਣਾ ਚਾਹਾਂਗੀ ਜਿਹੜਾ ਸਾਨੂੰ ਆਉਂਦਾ ਨਾ ਮਿਊਜ਼ਿਕ ਮੈਨੂੰ ਲੱਗਦਾ ਕਿ ਉਹ ਵਾਹਿਗੁਰੂ ਸਾਨੂੰ ਇੱਥੇ ਬਖਸ਼ਿਆ ਇੱਥੇ ਕੰਨਾਂ ਦੇ ਵਿੱਚ ਸੁਣਨ ਨੂੰ ਜਾਂ ਜ਼ਿਹਨ 'ਚ ਬਖਸ਼ਿਆ ਤੇ ਮੈਂ ਕਹਾਂਗੀ ਮੈਂ ਉਸ ਚੀਜ਼ ਦਾ ਰੱਬ ਤੋਂ ਵੀ ਸ਼ੁਕਰਾਨਾ ਕਰਨਾ ਚਾਹਾਂਗੀ ਰੱਬ ਦਾ ਕਿ ਐਟਲੀਸਟ ਉਹ ਹੈ ਕਿਉਂਕਿ ਇਹੋ ਜਿਹੇ ਫਨਕਾਰ ਨੂੰ ਜੇ ਤਾਂ ਤੁਸੀਂ ਉਹ ਗਾ ਰਹੇ ਨੇ ਔਰ ਤੁਹਾਨੂੰ ਸੁਰ ਨਾ ਸਮਝ ਆਉਣ ਓਏ ਹੋਏ ਫਿਰ ਲਾਨਤ ਹੈ ਬਈ ਜੋ ਜੋ ਉਹ ਗਾ ਰਹੇ ਨੇ ਜੋ ਉਹਨਾਂ ਦਾ ਵਾਜਾ ਵਜਾ ਰਿਹਾ ਜੇ ਉਹ ਸੁਰ ਨਾ ਸਮਝ ਆਉਣ ਫਿਰ ਵੀ ਲਾਨਤ ਹੈ ਤਬਲੇ ਦਾ ਠੇਕਾ ਮੁੰਡਾ ਵਜਾ ਰਿਹਾ ਜੇ ਉਹ ਨਾ ਸਮਝ ਆਵੇ ਫਿਰ ਵੀ ਲਾਨਤ ਹੈ ਸੋ ਮੈਂ ਕਹਾਂਗੀ ਕਿ ਮੈਂ ਵਾਹਿਗੁਰੂ ਤੋਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਵਾਹਿਗੁਰੂ ਨੇ ਕਿ ਸਾਨੂੰ ਇਹ ਸੋਝੀ ਐਟਲੀਸਟ ਦਿੱਤੀ ਹੈ ਸਾਨੂੰ ਅਗਰ ਬੋਲਣਾ ਨਹੀਂ ਆਉਂਦਾ ਜਾਂ ਸਾਨੂੰ ਕੁਛ ਹੋਰ ਨਹੀਂ ਆਉਂਦਾ ਐਟਲੀਸਟ ਸਾਨੂੰ ਸੁਣਨਾ ਆਉਂਦਾ ਮੈਂ ਉਹਦੇ 'ਚ ਬਹੁਤ ਸ਼ੁਕਰੀਆ ਮੈਂ ਕੀ ਕਿਹਾ ਮੈਂ ਪੋਜ਼ਿਟਿਵ ਬਹੁਤ ਮੈਂ ਆਈ ਐਮ ਵੈਰੀ ਪੋਜ਼ਿਟਿਵ ਪਰਸਨ ਕਿਉਂਕਿ ਮੇਰਾ ਬਲੱਡ ਹੀ ਉਹ ਪੋਜ਼ਿਟਿਵ ਹੈ ਤੇ ਮੇਰੇ ਨਾਲ ਹੀ ਉਹ ਪੋਜ਼ਿਟਿਵਿਟੀ ਨਾਲ ਆਈ ਹੈ ਮੇਰੇ ਸੋ ਇਸੇ ਪੋਜ਼ਿਟਿਵਿਟੀ ਨਾਲ ਆਪਾਂ ਸ਼ੋਅ ਨੂੰ ਕਰੀਏ ਖਤਮ ਲੇਕਿਨ ਮੈਂ ਅਗਲੇ ਹਫਤੇ ਜਿਹੜੇ ਇੱਕ ਫਨਕਾਰ ਆ ਰਹੇ ਨੇ ਜੀ ਉਹ ਬੜੇ ਖਾਸ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਰਾਜਸਥਾਨ ਘਰਾਣੇ ਤੋਂ ਗੁਲਾਮ ਅਬਾਸ ਸਾਕਿਬ ਜੀ ਇਹ ਰੇਸ਼ਮਾ ਜੀ ਪਾਕਿਸਤਾਨ ਦੀ ਰੇਸ਼ਮਾ ਕਿਹਨੂੰ ਕਿਹਨੂੰ ਯਾਦ ਹੈ ਜ਼ਰਾ ਦੱਸਣਾ ਤੇ ਕਿਆ ਬੁਲੰਦ ਆਵਾਜ਼ ਔਰ ਕਿਆ ਜ਼ਬਰਦਸਤ ਫੋਕ ਉਹਨਾਂ ਨੇ ਗਾਏ ਨੇ ਔਰ ਬੜੀ ਸਿੰਪਲ ਵੈਰੀ ਸਿੰਪਲ ਪਰਸਨ ਤੇ ਉਹਨਾਂ ਦੇ ਘਰਾਣੇ ਤੋਂ ਜੀ ਆ ਰਹੇ ਨੇ ਗੁਲਾਮ ਅਬਾਸ ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਇੱਕ ਸੀਡੀ ਵੀ ਮੈਂ ਤੁਹਾਡੇ ਗਾਣਾ ਉਹਨਾਂ ਨੇ ਸ਼ੇਅਰ ਕੀਤਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਨਾਂ ਦੀ ਬਾਇਓ ਦੇ ਵਿੱਚ ਤੇ ਅਗਲੇ ਹਫ਼ਤੇ ਜ਼ਰੂਰ ਆਉਣਾ ਇੱਕ ਤੇ ਹੀ ਇਜ਼ ਬਲਾਇੰਡ ਫਰੋਮ ਬਰਥ ਬਲਾਇੰਡ ਨੇ ਉਸ ਤੋਂ ਬਾਅਦ ਵੀ ਵਾਜਾ ਵਜਾਉਣਾ ਔਰ ਗਾਇਕੀ ਯਾਦ ਰੱਖਣਾ ਗਾਇਕੀ ਮਤਲਬ ਕਿ ਜੋ ਲਿਰਿਕਸ ਨੇ ਕਿਉਂਕਿ ਬਾਏ ਹਾਰਟ ਯਾਦ ਕਰਨੇ ਪੈਂਦੇ ਨੇ ਤੁਸੀਂ ਸਾਹਮਣੇ ਪੇਪਰ ਦੇਖ ਕੇ ਨਹੀਂ ਤੁਸੀਂ ਪੜ੍ਹ ਸਕਦੇ ਜਿੱਥੇ ਮਰਜੀ ਆਪਣੇ ਆਪਣੇ ਟਾਈਮ ਦੇ ਹਿਸਾਬ ਨਾਲ ਉੱਠਣਾ ਤੇ ਆਪਾਂ ਤੁਹਾਨੂੰ ਸੰਡੇ ਨੂੰ ਮਿਲਾਂਗੇ ਜੀ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਐਡਵਰਟਾਈਜ਼ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਡੂ ਕੰਸੀਡਰ ਯੋਰਸੈਲਫ ਯੂ نو ਅਗਰ ਗਾਣਾ ਤੁਸੀਂ ਔਰ ਜੇ ਅੱਛੇ ਅੱਛੇ ਖਾਸਾ ਬਾਤ ਕੁਝ ਸਿੱਖਣਾ ਚਾਹੁੰਦੇ ਹੋ ਤੇ ਉਹਦੇ ਲਈ ਵੀ ਕੰਟੈਕਟ ਕਰੋ ਅਸੀਂ ਉੱਥੇ ਤੱਕ ਤੁਹਾਡਾ ਮੈਸੇਜ ਪਹੁੰਚਾ ਦਾਂਗੇ ਜੀ ਹੁਣ ਮੋਨੀ ਗਿੱਲ ਔਰ ਕੁਲਦੀਪ ਅਲਵਿਦਾ ਲੈਂਦੇ ਨੇ ਕਿਉਂਕਿ ਮੈਂ ਇੱਕ 뮤직 ਜ਼ੋਨ ਚ ਟ੍ਰੈਵਲ ਕਰ ਗਈ ਆ ਤੇ ਮੈਂ ਹਲੇ ਹੋਰ ਸੁਣਾਂਗੀ ਉਸ ਤੋਂ ਪਹਿਲਾਂ ਕਿ ਇਹ ਜ਼ਿਆਦਾ ਹੋਰ ਉੱਪਰ ਚਲੀ ਜਾਵੇ ਤੇ ਅਸੀਂ ਲੈਣੇ ਆ Ram Ji Astrologer, everything begins with faith. We walk by faith, not by sight. Ram Ji is in the USA. Virginia offers reliable and practical astrology solutions to all of life's problems. Confidentiality promise.
Phone number is 571-551-8142. Email is ramjiastrologer@yahoo.com. Hi, my name is Kuldeep Gill. I'm broker of Sky Realty. The reason we are so successful, because clients trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.